ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲਗਈ, ਦੇਹੀ ਰੋਗ ਨਾ ਲਗਈ, ਦੇਹੀ ਰੋਗ ਨਾ ਲਗਈ, ਪੱਲੇ ਸਭ ਕਿਛ ਪਾਏ, ਜਿਹਨੇ ਸੁਣਿਆ ਦੇਖਿਆ ਗੁਰੂ ਨਾਨਕ, ਜਿਹਨੇ ਸੁਣਿਆ ਦੇਖਿਆ ਸੇ ਫਿਰ ਦਰਦਾਸ ਨਾ ਭਰਿਆ, ਸਾਰੀ ਸੰਗਤ ਬੱਜ ਕੇ ਬੋਲਣਾ ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਾਹਾ ਤੇਰੀ ਜੱਗ ਨਾਲੋਂ ਅਣਖਿਆਲ ਵੱਖਰੀ ਮੀਰੀ ਪੀਰੀ ਦਾ ਐਸਾ ਸੁਮੇਲ ਕੀਤਾ ਝਾੜੀ ਸਿੱਖਾਂ ਨੂੰ ਦਾ ਦਿਆ ਪਾਣ ਵੱਖਰੀ ਮਾਲਾ ਸਿੱਖ ਕੌਮ ਵਿੱਚ ਪਾਈ ਜਿੰਦ ਜਾਨ ਵੱਖਰੀ ਬੈਰੀ ਰੋਲਦਿਆਂ ਨੂੰ ਅਰਸ਼ੀ ਚਾੜ ਦਿੱਤਾ ਬਖਸ਼ੀ ਵਾਂਗ ਸਿਤਾਰਿਆਂ ਸ਼ਾਨ ਵੱਖਰੀ ਬਖਸ਼ੀ ਵਾਂਗ ਸਿਤਾਰਿਆਂ ਸ਼ਾਨ ਵੱਖਰੀ
ਨੱਥ ਹੈ ਓ ਨੱਥ ਲੈ ਜਾਨ ਬਾਲੂ ਪਾਕੇ ਨੱਥ ਨੱਥ ਹੈ ਸਾਰੀਆਂ ਨਿਆਮਤਾਂ ਦੀ ਚਾਬੀ ਤੇਰੇ ਹੱਥ ਹੈ ਸਾਰੀਆਂ ਨਿਆਮਤਾਂ ਦੀ ਚਾਬੀ ਤੇਰੇ ਹੱਥ ਹੈ ਟਿੱਕੀਆਂ ਦੇ ਤਾਰੇ ਟਿੱਕੀਆਂ ਦੇ ਕਾਜ ਸਵਾਰੇ ਸਹਿਬਾ ਮੇਰੀ ਪੀਰੀ Thank you.
ਸਾਹਿਬਾ ਮੇਰੀ ਪੀਰੀ ਵਾਲਿਆ, ਸਾਹਿਬਾ ਮੇਰੀ ਪੀਰੀ ਵਾਲਿਆ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਜੁਗੋ ਜੋਗੇ ਅਟਲ ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਬਿਰਾਜਮਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਤੇ ਮੁਬਾਰਕ ਚਰਨਾਂ ਦੇ ਅੰਦਰ, ਮਹਾਂਪੁਰਸ਼ਾਂ ਦੀ ਯਾਦ ਅੰਦਰ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਹੋ ਕੇ ਦੂਸਰੇ ਦਿਨ ਦੇ ਸੱਜੇ ਹੋਏ ਦੀਵਾਨਾਂ ਅੰਦਰ ਹਾਜ਼ਰੀ ਭਰ ਕੇ ਮਨੁੱਖਾ ਜੀਵਨ ਦਾ ਲਾਹਾ ਲੈ ਰਹੀ ਗੁਰੂ ਕੀ ਸੰਗਤ ਕੋਈ ਰਸਨਾ ਵਾਂਝੀ ਨਾ ਰਹੇ। ਜਿਤਨੀ ਵੀ ਸੰਗਤ ਸਤਿਗੁਰਾਂ ਦੇ ਦਰਬਾਰ ਅੰਦਰ ਜੁੜ ਕੇ ਬੈਠੀ ਆ, ਸਾਰੀ ਸੰਗਤ ਅਦਬ ਤੇ ਸਤਿਕਾਰ ਸਹਿਤ ਸੀਸ ਝੁਕਾਓ ਤੇ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਪਲਾ। ਭਜਨ ਬੰਦਗੀ ਵਾਲੀਆਂ ਰੂਹਾਂ ਦੇ ਦਰਬਾਰ ਚ ਬੈਠੇ ਹੋ, ਜਿਨ੍ਹਾਂ ਨੇ ਤਪ ਕਰਕੇ ਤੇ ਆਪਣਾ ਮੂਲ ਪਛਾਣ ਲਿਆ, ਆਪਣਾ ਮੂਲ ਕੀ ਆ, ਮੁੱਢ ਕੀ ਆ, ਉਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਰਕੇ ਆਖਿਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਬੰਦਿਆ ਤੂੰ ਜੋਤ ਰੂਪ ਆ, ਤੇ ਜੋਤ ਕਿਹਦੀ ਆ? ਪਰਮਾਤਮਾ ਦੀ। ਪਰਮਾਤਮਾ ਹਰ ਇੱਕ ਦੇ ਅੰਦਰ ਹੀ ਵਰਤ ਰਿਹਾ, ਜਿੰਨਾ ਦਾ ਤੁਹਾਡੇ ਅੰਦਰ ਹੈ ਉਦਾਂ ਦਾ ਹੀ ਮੇਰੇ ਅੰਦਰ ਹੈ। ਬਸ ਉਸ ਕੁੰਡੀ ਨੂੰ ਪਛਾਣਨਾ ਵਾ, ਬਸ ਉਸ ਚੀਜ਼ ਨੂੰ ਸਮਝਣਾ ਵਾ। ਜਿਹਨੇ ਸਮਝ ਲਿਆ ਉਹਨਾਂ ਦੀਆਂ ਯਾਦਾਂ ਜੁੜ ਕੇ ਬੈਠਿਆ, ਜਿਹਨਾਂ ਨਹੀਂ ਸਮਝਿਆ ਉਹ ਆ ਕੇ ਜ਼ਿੰਦਗੀ ਭੋਗ ਕੇ ਦੁਨੀਆਂ ਤੋਂ ਚਲੇ ਗਏ। ਫਰਕ ਇਹਨਾਂ ਕੀ ਆ ਨਾ। ਹੁਣ ਬਾਬਾ ਗੁਰਮੁਖ ਦਾਸ ਮਹਾਰਾਜ ਮਹਾਂਪੁਰਸ਼ਾਂ ਨੇ ਜਨਮ ਲਿਆ, ਸਵਾਸ ਵੀ ਤੁਹਾਡੇ ਵਰਗੇ ਜਿੱਦਾਂ ਆਪਾਂ ਲੈਂਦੇ ਹਾਂ, ਰਹਿਣ ਸਹਿਣ ਵੀ ਤੁਹਾਡੇ ਸਾਡੇ ਵਰਗਾ ਹੀ ਹੋਊਗਾ, ਪ੍ਰਸ਼ਾਦਾ ਪਾਣੀ ਤੋਂ ਵੀ ਛਕਦੇ ਹੋਣਗੇ, ਚਾਹ ਪਾਣੀ ਤੋਂ ਵੀ ਪੀਂਦੇ ਹੋਣਗੇ, ਰਹਿਣ ਸਹਿਣ ਸਾਰਾ ਕੁਝ। ਬਸ ਫਰਕ ਇਹਨਾਂ ਵੀ ਉਹਨਾਂ ਨੇ ਉਹ ਮੂਲ ਪਛਾਣ ਲਿਆ ਵੀ ਮਨ ਤੋਂ ਜੋਤ ਸਰੂਪ ਹੈ। ਉਹਨਾਂ ਘੁੰਡੀ ਲੱਭ ਲਈ ਆ ਵੀ ਮੇਰਾ ਇੱਥੇ ਆਉਣ ਦਾ ਮਕਸਦ ਕੀ ਆ ਧਰਤੀ ਉੱਤੇ, ਮੇਰੇ ਵਰਗੇ ਬੰਦੇ ਵਾਸਤੇ ਧਰਤੀ ਤੇ ਆਉਣ ਦਾ ਮਕਸਦ ਪਤਾ ਕੀ ਆ? ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ। ਤੇ ਜਿਨ੍ਹਾਂ ਦੀਆਂ ਯਾਦਾਂ 'ਚ ਤੁਸੀਂ ਜੁੜ ਕੇ ਬੈਠੇ ਹੋ ਉਹਨਾਂ ਨੇ ਉਸ ਚੀਜ਼ ਨੂੰ ਕਿੱਦਾਂ ਪਛਾਣਿਆ? ਉਹ ਕਹਿੰਦੇ ਆ ਭਾਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਫਰਕ ਪੈ ਗਿਆ ਨਾ। ਮੇਰੇ ਵਰਗੇ ਨੇ ਆਖਿਆ ਖਾਓ ਪੀਓ ਨਜ਼ਾਰੇ ਲਓ, ਜ਼ਿੰਦਗੀ ਮਿਲੀ ਆ ਭੋਗ ਕੇ ਚਲੇ। ਜ਼ਿੰਦਗੀ ਭੋਗਣ ਦਾ ਨਾਂ ਨਹੀਂ ਆ, ਜ਼ਿੰਦਗੀ ਜਿਉਣ ਦਾ ਨਾਮ ਆ ਭਾਈ। ਵੇਖੋ ਰੱਬ ਨੇ ਜ਼ਿੰਦਗੀ ਬਾਰ ਬਾਰ ਨਹੀਂ ਦੇਣੀ। ਅਗਲਾ ਜਨਮ ਤੁਸੀਂ ਵੇਖਿਆ ਜਾਂ ਮੈਂ ਵੇਖਿਆ, ਸਾਡੇ ਦਾਦੇ ਪੜਦਾਦੇ ਮਰ ਗਏ, ਕਿਸੇ ਨੇ ਕਦੀ ਆ ਕੇ ਆਖਿਆ ਵੀ ਫਲਾਣਾ ਸਿਆ ਮੈਂ ਫਲਾਣੇ ਜਨਮ ਦੇ ਵਿੱਚ ਹੀ, ਜਿਹੜਾ ਚਲਾ ਗਿਆ ਉਹ ਨਹੀਂ ਮੁੜ ਕੇ ਮਿਲਿਆ। ਜ਼ਿੰਦਗੀ ਜਿਉਣੀ ਆ, ਜ਼ਿੰਦਗੀ ਭੋਗਣੀ ਨਹੀਂ ਆ, ਜ਼ਿੰਦਗੀ ਕੱਟਣੀ ਨਹੀਂ ਆ। ਜ਼ਿੰਦਗੀ ਕੱਟ ਕੇ ਤੇ ਰੁੱਖਾਂ ਨੇ ਵੀ ਚਲੇ ਜਾਣਾ ਵਾ, ਪਸ਼ੂ ਪੰਛੀਆਂ ਵੀ ਚਲੇ ਜਾਣਾ, ਕੁੱਤੇ ਬਿੱਲੀਆਂ ਵੀ ਕੱਟ ਕੇ ਚਲੇ ਜਾਣਾ, ਜ਼ਿੰਦਗੀ ਕੱਟਣ ਤੇ ਉਹ ਵੀ ਆਏ ਆ ਭਾਈ। ਤੇ ਜੇ ਬੰਦਾ ਵੀ ਆ ਕੇ ਤੁਸੀਂ ਵੀ ਆਖੋ ਮੈਂ ਵੀ ਆਖਾਂ ਵੀ ਜ਼ਿੰਦਗੀ ਕੱਟਣ ਹੀ ਆਏ ਆ, ਜ਼ਿੰਦਗੀ ਕੱਟਣ ਦਾ ਨਾਂ ਨਹੀਂ ਆ, ਜ਼ਿੰਦਗੀ ਜਿਉਣ ਦਾ ਨਾਂ ਆ। ਜ਼ਿੰਦਗੀ ਜੀਓ, ਖੁੱਲ ਕੇ ਜੀਓ,
ਤੇ ਜ਼ਿੰਦਗੀ ਜਿਨ੍ਹਾਂ ਨੇ ਜੀ ਕੇ ਵੇਖੀ ਆ ਉਹਨਾਂ ਨੂੰ ਮਹਾਂਪੁਰਸ਼ ਆਖਿਆ ਗਿਆ ਵਾ, ਨਹੀਂ ਤਾਂ ਦੁਨੀਆ ਕਲਪ ਕੇ ਆਈ ਸੀ ਤੇ ਕਲਪ ਕੇ ਹੀ ਚਲੀ ਗਈ। ਚੱਲਦੇ ਪਾਣੀ ਨੂੰ ਸਲਾਮ ਆ, ਪਾਣੀ ਖਲੋ ਜਾਵੇ ਤੇ ਬੋ ਮਾਰਨ ਲੱਗ ਪੈਂਦਾ, ਲੋਕੀ ਕੱਪੜਾ ਨੱਕ ਤੇ ਰੱਖ ਲੈਂਦੇ, ਪਾਣੀ ਤੁਰਿਆ ਜਾਵੇ ਨਾ ਲੱਗ ਤੁਹਾਡੇ ਨਹਿਰ ਲੰਘਦੀ ਆ, ਭਾਵੇਂ ਸਾਰੇ ਪਿੰਡਾਂ ਦਾ ਗੰਦਾ ਪਾਣੀ ਪਈ ਜਾਵੇ ਹੈ ਇਹਦੇ ਵਿੱਚ, ਪਰ ਚੱਲਦਾ ਵਾ। ਉਹਦੇ ਕਿਨਾਰੇ ਖਲੋ ਕੇ ਲੋਕੀ ਫੋਟੋਆਂ ਵੀ ਖਿਚਾਉਣਗੇ, ਸੋਹਣਾ ਲੱਗਣਾ, ਚੱਲਦਾ ਸੀ। ਚੱਲਦੇ ਪਾਣੀ ਨੂੰ ਵੀ ਲੋਕੀ ਮੱਥਾ ਟੇਕਦੇ ਆ ਖਲੋਤੇ, ਤੇ ਪਾਣੀ ਨੂੰ ਵੀ ਲੋਕੀ ਨੱਕ ਢਾਕ ਕੇ ਲੰਘ ਜਾਂਦੇ ਆ। ਗੁੱਟ ਤੇ ਘੜੀ ਭਾਵੇਂ 50 ਲੱਖ ਦੀ ਬੰਨੀ ਫਿਰੋ, ਜੇ ਟਾਈਮ ਨੀ ਨਾ ਦੱਸਦੀ ਲੋਕੀਆਂ ਦੇ ਲਾ ਸੁੱਟ ਕੂੜੇ 'ਚ ਸੁੱਟ, ਇਹਨੂੰ ਇਹਨੇ ਕੀ ਕਰਨਾ ਤੈਨੂੰ, ਟਾਈਮ ਤਾਂ ਦੱਸਿਆ ਹੀ ਨਹੀਂ। ਤੇ 10 ਰੁਪਈਆਂ ਦੀ ਬੰਨ ਲਓ ਤੇ ਟਾਈਮ ਦੱਸਦੀ, ਉਹਦੇ ਲੋਕੀ ਗੁੱਟ ਫੜ ਫੜ ਕਹਿੰਦੇ ਆ ਆ ਟਾਈਮ ਦੱਸੀ ਫਲਾਣਾ ਸਿਆ। ਇਸੇ ਤਰ੍ਹਾਂ ਬੰਦੇ ਦੀ ਜ਼ਿੰਦਗੀ ਆ, ਜੇ ਚੱਲਦੀ ਰਹੇ ਨਾ ਜ਼ਿੰਦਗੀ, ਚੱਲਦੀ ਰਹੇ ਤੇ ਲੋਕੀ ਕੋਲ ਆ ਕੇ ਬਣ ਗਏ, ਜਿੰਦਣ ਜ਼ਿੰਦਗੀ ਰੁਕ ਗਈ ਉਦਣ ਵੇਖਿਓ ਨਾ, ਉਹੋ ਹੀ ਹੁੰਦਾ ਜਿਹਦੀਆਂ ਆਪਾਂ ਅੱਖਾਂ ਵੇਖ ਕੇ ਕਹਿੰਦੇ ਵਾਹ ਤੇਰੀਆਂ ਅੱਖਾਂ ਕਿੰਨੀਆਂ ਸੋਹਣੀਆਂ, ਵਾਹ ਤੇਰਾ ਰੰਗ ਰੂਪ ਕਿੰਨਾ ਸੋਹਣਾ, ਤੇਰੇ ਨੈਣ ਨਕਸ਼ ਕਿੰਨੇ ਸੋਹਣੇ, ਕਿੰਨਾ ਤੂੰ ਮੈਨੂੰ ਸੋਹਣਾ ਲੱਗਦਾ। ਉਹ ਸੋਹਣਾ ਇਸੇ ਕਰਕੇ ਲੱਗਦਾ ਕਿਉਂਕਿ ਸੋਹਣੇ ਦੇ ਅੰਦਰ ਇੱਕ ਸੋਹਣਾ ਬੈਠਾ ਸੀ, ਤੇ ਜਿੱਦਣ ਅੰਦਰਲਾ ਸੋਹਣਾ ਉਡਾਰੀ ਮਾਰ ਗਿਆ ਆਹ ਸੋਹਣਾ ਤੇ ਫਿਰ ਮਿੱਟੀ ਆ, ਲੋਕਾਂ ਨੂੰ ਡਰ ਲੱਗਦਾ ਭਾਈ ਕੱਢੋ ਛਾਵਾਂ ਤੋਂ ਪਹਿਲਾਂ ਪਹਿਲਾਂ ਸਾੜ ਦਿਓ ਇਹਨੂੰ। ਜ਼ਿੰਦਗੀ ਚੱਲਦੀ ਨਮਸਕਾਰਾਂ ਕਰਾਉਂਦੀ ਆ। ਸੋ ਮਹਾਂਪੁਰਸ਼ਾਂ ਦੇ ਦਰਬਾਰ ਅੰਦਰ ਬੈਠਿਓ ਜਿਨ੍ਹਾਂ ਨੇ ਜ਼ਿੰਦਗੀ ਜੀ ਕੇ ਵੇਖੀ ਆ, ਜਿਨ੍ਹਾਂ ਨੇ ਆਪਣਾ ਮੁੱਢ ਮੂਲ ਪਛਾਣਿਆ, ਸਮਾਂ ਬੜਾ ਕੀਮਤੀ ਜਿਹਾ। ਸੋ ਜਿਹੜੀ ਬਾਹਰ ਸੰਗਤ ਵਾਧੂ ਆ, ਵਾਧੂ ਸ਼ਬਦ ਮਿਸ ਕਰਕੇ ਸੰਗਤ ਵਹਿ ਵਾਧੂ ਨਹੀਂ ਹੁੰਦੀ, ਵਾਧੂ ਉਹਨਾਂ ਲਈ ਸ਼ਬਦ ਵਰਤਿਆ ਮੈਂ ਜਿਹੜੇ ਨਾ ਤੇ ਅੰਦਰ ਦਰਬਾਰ 'ਚ ਆਏ ਤੇ ਨਾ ਹੀ ਸੇਵਾ ਕਰਦੇ ਆ। ਹਾਂ ਜਿਹੜੇ ਸੇਵਾ ਕਰਦੇ ਉਹ ਸੇਵਾ ਕਰਨ, ਪਰ ਜਿਹੜੇ ਸੇਵਾ ਨਹੀਂ ਕਰਦੇ ਤੇ ਉਦਾਂ ਹੀ ਖਲੋਤੇ ਆ ਢਾਕਾਂ ਦੇ ਹੱਥ ਰੱਖ ਕੇ, ਉਹਨਾਂ ਦੇ ਚਰਨਾਂ 'ਚ ਬੇਨਤੀ ਆ ਵੀ ਸੇਵਾ ਕਰ ਲਓ ਤੇ ਜਾਂ ਗੁਰੂ ਦੇ ਦਰਬਾਰ ਅੰਦਰ ਆ ਜਾਓ। ਸੱਚੇ ਪਾਤਸ਼ਾਹ ਦਾ ਸੋਹਣਾ ਪੰਡਾਲ ਸੱਜ ਗਿਆ ਵਾ, ਮਾਰੋ ਚੌਂਕੜੇ ਭਾਈ, ਜੋੜੋ ਹੱਥ, ਝੁਕਾਓ ਸੀਸ, ਗੱਜ ਕੇ ਫਤਿਹ ਬੁਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਪਾਤਸ਼ਾਹ ਕਿਰਪਾ ਕਰਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਸਮਾਂ ਤੁਸੀਂ ਸਰਵਣ ਕਰ ਲਿਆ, ਪ੍ਰਸੰਗ ਮੈਂ ਸਾਰਿਆਂ ਨੂੰ ਤਾਂ ਦੱਸਿਆ ਨਹੀਂ, ਪਰ ਸਟੇਜ ਤੇ ਆਉਂਦੇ ਆਉਂਦੇ ਤੱਕ 5-6 ਪ੍ਰਸੰਗ ਮੈਨੂੰ ਦੱਸ ਦਿੱਤੇ, ਪ੍ਰਬੰਧਕਾਂ ਨੇ ਆਪਣਾ ਦੱਸ ਦਿੱਤਾ, 1-2 ਵੀਰ ਹੋਰ ਆ ਕੇ ਕਹਿੰਦੇ ਅਸੀਂ ਆਹ ਸੁਣਨਾ ਹੈ, ਕੋਈ ਕਹਿੰਦਾ ਆਹ ਸੁਣਨਾ ਹੈ। ਤੇ ਜਦੋਂ ਇੰਨੀਆਂ ਡਿਮਾਂਡਾਂ ਹੋਣ ਤੇ ਨਾ ਦੇ ਇੰਨੇ ਕੁ ਟਾਈਮ 'ਚ ਪੂਰੀਆਂ ਹੀ ਹੋਣੀਆਂ, ਤੇ ਫਿਰ ਸਾਨੂੰ ਮਰਜ਼ੀ ਕਰ ਲੈਣ ਦਿਓ ਥੋੜ੍ਹੀ ਜਿਹੀ। ਮਰਜ਼ੀ ਦੇ ਵਿੱਚ ਇਹ ਆ ਵੀ ਥੋੜ੍ਹਾ ਜਿਹਾ ਹੀ ਭਲਵਾਨ ਖੁੱਲ੍ਹ ਕੇ ਘੁਲ ਲੈਂਦਾ ਵਾ, ਅਤੇ ਜੇ ਆਖ ਵੀ ਇਹਨੂੰ ਜੱਫਾ ਨਾ ਲਾਈ ਤਾਂ ਉਹਨੂੰ ਨਾ ਲਾਈ, ਫਿਰ ਉਹਦੇ ਢਿਆ ਹੀ ਢਿਆ, ਅਤੇ ਇਸ ਕਰਕੇ ਉਹਨੂੰ ਥੋੜ੍ਹਾ ਜਿਹਾ ਖੁੱਲ੍ਹ ਕੇ ਜੀ ਲੈਣ ਦਿਓ, ਸਾਨੂੰ ਮਰਜ਼ੀ ਕਰ ਲੈਣ ਦਿਓ, ਤੁਹਾਡੀ ਡਿਮਾਂਡ ਫਿਰ ਕਿਤੇ ਆ ਕੇ ਪੂਰੀ ਕਰ ਲਾਂਗੇ ਗੁਰੂ ਕਿਰਪਾ ਕਰੇ। ਆ 2-4 ਅਰਦਾਸਿਆ ਮੈਂ ਛੇਤੀ ਨਾ ਕਰਕੇ ਤੇ ਤੁਹਾਡੇ ਕੋਲੋਂ ਆਗਿਆ ਲੈਣੀ, ਤੇ ਪ੍ਰਸੰਗ ਆਪਾਂ ਨਾਲ ਹੀ ਭਾਈ ਸ਼ੁਰੂ ਕਰ ਦੇਣਾ। ਸਰਦਾਰ ਕੁਲਵੰਤ ਸਿੰਘ ਪੋਤਰਾ ਅਨਾਹਤ ਸਿੰਘ ਜਨਮ ਦੀ ਖੁਸ਼ੀ ਵਿੱਚ ਕੈਨੇਡਾ ਤੋਂ 200 ਰੁਪਈਆ ਮਾਣ ਤੇ ਸਨਮਾਨ ਦੇ ਕੇ ਨਵਾਜਦੇ, ਗੁਰੂ ਕਿਰਪਾ ਕਰੇ। ਦਸ਼ਮੇਸ਼ ਟੀਵੀ ਵਾਲੇ ਵੀਰਾਂ ਵੱਲੋਂ ਬਹੁਤ ਸਾਰਾ ਮਾਣ ਤੇ ਸਨਮਾਨ ਆਇਆ। ਸਰਦਾਰ ਰਾਜ ਸਿੰਘ ਸਰਪੰਚ ਸਾਹਿਬ, ਸਰਦਾਰ ਸਵਰਨ ਸਿੰਘ ਜੀ ਰਾਜੋਕੇ, ਉਹਨਾਂ ਵੱਲੋਂ ਬੇਅਦ ਅਸੀਸਾਂ ਆਈਆਂ ਨੇ। ਬਾਪੂ ਹਰੀ ਸਿੰਘ ਬੈਠੇ ਆ ਮਗਰ ਸਟੇਜ ਸੈਕਟਰੀ। ਤੰਦਰੁਸਤੀ ਦੁਨੀਆ ਦਾ ਸਭ ਤੋਂ ਵੱਡਾ ਗਹਿਣਾ ਬਜ਼ੁਰਗੋ, ਜਿਸ ਬੰਦੇ ਕੋਲ ਤੰਦਰੁਸਤੀ ਆ ਨਾ ਸਮਝੋ ਤੁਸੀਂ ਸਭ ਤੋਂ ਜ਼ਿਆਦਾ ਅਮੀਰ ਜੇ। 11-12 ਸਾਲ ਪਹਿਲਾਂ ਮੈਂ ਸਟੇਜ 'ਤੇ ਵੇਖਿਆ ਬਾਪੂ ਉਦਣ ਵੀ ਇੱਦਾਂ ਦਾ ਸੀ, ਸਾਡੀ ਚਿੱਟੀ ਹੋ ਗਈ ਆ, ਬਾਪੂ ਅੱਜ ਵੀ ਉੱਦਾਂ ਦਾ ਹੀ ਆ। ਉਦੋਂ ਕਾਲੀ ਤੋਂ ਅਸੀਂ ਚਿੱਟੇ ਹੋ ਚੱਲੇ ਆ, ਪਰ ਬਾਪੂ ਗੁਰੂ ਕਿਰਪਾ ਕਰੇ ਤੁਸੀਂ ਤੰਦਰੁਸਤ ਰਹੋ, ਇਹ ਮੇਰੀ ਅਰਦਾਸ ਆ ਮਹਾਂਪੁਰਸ਼ਾਂ ਦੇ ਦਰਬਾਰ ਅੰਦਰ। ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਣ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਸਰਦਾਰ ਧਰਮਵੀਰ ਸਿੰਘ ਦੋਹਾ ਕਤਰ, ਉਹਨਾਂ ਵੱਲੋਂ ਬੇਅੰਤ ਅਸੀਸਾਂ ਨੇ। ਸਰਦਾਰ ਅੰਮ੍ਰਿਤਪਾਲ ਸਿੰਘ, ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਹੈ। ਸਰਦਾਰ ਚਰਨਾਮ ਸਿੰਘ, ਉਹਨਾਂ ਦੇ ਸਪੁੱਤਰ ਸਰਦਾਰ ਗੁਰਪਾਲ ਸਿੰਘ ਵੱਲੋਂ
ਦੋਵਾਂ ਜਥਿਆਂ ਦੀ ਸਾਡੀ ਤੇ ਸਾਡੇ ਤੋਂ ਆਉਣ ਵਾਲਾ ਜਿਹੜਾ ਬਾਅਦ ਵਾਲਾ ਜਥਾ ਹੈ ਉਹਨਾਂ ਦੀ ਭੇਟਾ ਇਤਿਹਾਸ ਰੂਪੰਦਰ ਜਿੰਨੀ ਵੀ ਅਸੀਂ ਕੀਤੀ ਉਹਨਾਂ ਨੇ ਭੇਟਾ ਦੇਣੀ ਆ। ਸੋ ਇਹ ਵੀ ਇੱਕ ਵੱਡੀ ਸੇਵਾ, ਭਾਈ ਗੁਰੂ ਕਿਰਪਾ ਕਰੇ ਉਹਨਾਂ ਵੀਰਾਂ ਨੂੰ, ਉਹਨਾਂ ਪਰਿਵਾਰਾਂ ਨੂੰ ਤੰਦਰੁਸਤੀ ਦੀ ਦਾਤ ਬਖਸ਼ੇ, ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੀ ਦਾਤ ਬਖਸ਼ੇ, ਸਰਦਾਰ ਹਰਜਿੰਦਰ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਤੇ ਸਨਮਾਨ ਹੈ, ਸ਼ਹੀਦ ਭਾਈ ਸਾਰਜ ਸਿੰਘ ਦੇ ਨਾਂ ਤੋਂ ਉਹਨਾਂ ਦੇ ਭਰਾਤਾ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਤੇ ਸਨਮਾਨ ਹੈ, ਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਦੀ ਦਾਤ ਬਖਸ਼ੇ, ਸਰਦਾਰ ਸਤਨਾਮ ਸਿੰਘ ਜੀ ਉਹਨਾਂ ਵੱਲੋਂ ਵਿਦੇਸ਼ ਜਾਣ ਵਾਸਤੇ ਅਰਦਾਸ ਬੇਨਤੀ ਕਰਵਾਈ ਗਈ ਹੈ, ਸਰਦਾਰ ਮੱਖਣ ਸਿੰਘ ਸਿੰਘਾਪੁਰ, ਸਰਦਾਰ ਕਸ਼ਮੀਰ ਸਿੰਘ ਵੱਲੋਂ ਆਪਣੇ ਬੇਟੇ ਦੀ ਚੜ੍ਹਦੀ ਕਲਾ ਵਾਸਤੇ ਬਹੁਤ ਸਾਰਾ ਮਾਣ ਤੇ ਸਨਮਾਨ ਆਇਆ ਹੈ, ਸਰਦਾਰ ਬਲਵੀਰ ਸਿੰਘ ਰੱਤੋਕੇ, ਬੂਟਾ ਸਿੰਘ ਰੱਤੋਕੇ, ਇਹਨਾਂ ਵੀਰਾਂ ਵੱਲੋਂ ਬੇਅੰਤ ਅਸੀਸਾਂ, ਸਰਦਾਰ ਤਰਲੋਚਨ ਸਿੰਘ ਦੇ ਨਾਂ ਤੋਂ ਬਹੁਤ ਸਾਰਾ ਮਾਣ ਤੇ ਸਨਮਾਨ ਆਇਆ, ਗੁਰੂ ਕਿਰਪਾ ਕਰੇ। ਬਾਕੀ ਦੀ ਅਰਦਾਸ ਆਪਾਂ ਅਖੀਰਲੇ ਇੱਕ ਅੱਧੇ ਮਿੰਟ 'ਚ ਕਰਾਂਗੇ, ਹੁਣ ਆਓ ਪ੍ਰਸੰਗ ਦੇ ਨੇੜੇ ਆਪਾਂ ਜੁੜੀਏ। ਇੱਕ ਵਾਰ ਸਾਰੀ ਸੰਗਤ ਹੱਥ ਜੋੜ ਕੇ ਆਖੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਨ 1699 ਦੀ ਵਿਸਾਖੀ ਨੂੰ ਖਾਲਸੇ ਪੰਥ ਦੀ ਸਾਜਨਾ ਕੀਤੀ। ਸਿਆਣੇ ਤੇ ਸੂਝਵਾਨ ਬੈਠੇ ਹੋ, ਵਿਸਾਖੀ ਸਿੱਖਾਂ ਦਾ ਕੌਮੀ ਤਿਉਹਾਰ ਹੈ। ਵਿਸਾਖੀ ਕਦੋਂ, ਕਿੱਥੇ ਤੇ ਕਿੰਨੇ ਪਹਿਲੀ ਵਾਰ ਮਨਾਈ, ਸਿੱਖ ਹੋਣ ਦੇ ਨਾਤੇ ਸਾਨੂੰ ਇਸ ਗੱਲ ਦਾ ਜ਼ਰੂਰ ਪਤਾ ਹੋਣਾ ਚਾਹੀਦਾ, ਕਿਉਂਕਿ ਅਸੀਂ ਕਹਿ ਤੇ ਦਿੰਦੇ ਹਾਂ ਵਿਸਾਖੀ ਵਾਲੇ ਦਿਨ ਖਾਲਸਾ ਸਾਜਿਆ, ਵਿਸਾਖੀ ਵਾਲੇ ਦਿਨ ਖਾਲਸਾ ਸਾਜਿਆ, ਤੇ ਜੇ ਸਾਨੂੰ ਮੋਟਾ ਜਿਹਾ ਕੋਈ ਪ੍ਰਸ਼ਨ ਕਰ ਲਵੇ, ਤੁਹਾਡਾ ਏਡਾ ਵੱਡਾ ਤਿਉਹਾਰ ਹੈ, ਇਹਨੂੰ ਸਿੱਖ ਇਤਿਹਾਸ 'ਚ ਪਹਿਲੀ ਵਾਰ ਕਦੋਂ, ਕਿੰਨੇ ਤੇ ਕਿੱਥੇ ਮਨਾਇਆ, ਸਾਨੂੰ ਇਸ ਗੱਲ ਦਾ ਜ਼ਰੂਰ ਪਤਾ ਹੋਵੇ। ਸਿੱਖ ਇਤਿਹਾਸ ਦੇ ਅੰਦਰ ਸਭ ਤੋਂ ਪਹਿਲੀ ਵਿਸਾਖੀ ਤੀਸਰੇ ਪਾਤਸ਼ਾਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮਨਾਈ। ਤੁਸੀਂ ਗੋਇੰਦਵਾਲ ਸਾਹਿਬ ਜਾਓ, 84 ਪੌੜੀਆਂ ਵਾਲੀ ਬੌਲੀ ਤੁਸੀਂ ਵੇਖੀ ਆ, ਦਰਸ਼ਨ ਦਿਦਾਰੇ ਕੀਤੇ ਆ, ਇਸ਼ਨਾਨ ਕੀਤਾ। ਜਿੱਦਣੇ ਬੌਲੀ ਬਣ ਗਈ ਨਾ, ਪੌੜੀਆਂ ਬਣ ਗਈਆਂ, ਤੇ ਮਿਸਤਰੀ ਚੱਲ ਕੇ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਆਏ। ਮਿਸਤਰੀ ਕਹਿੰਦੇ, ਸੱਚੇ ਪਾਤਸ਼ਾਹ ਬੌਲੀ ਬਣ ਗਈ ਆ, ਪਰ ਸਭ ਤੋਂ ਔਖਾ ਕੰਮ ਰਹਿ ਗਿਆ। ਮਹਾਰਾਜ ਨੇ ਆਖਿਆ, ਕਿਹੜਾ ਔਖਾ ਕੰਮ? ਤੇ ਮਿਸਤਰੀ ਨੇ ਹੱਥ ਜੋੜ ਕੇ ਆਖਿਆ, ਸੱਚੇ ਪਾਤਸ਼ਾਹ ਲਾਗੋ ਲੰਘਦਾ ਦਰਿਆ ਬਿਆਸਾ, ਬਿਆਸਾ ਦਾ ਪਾਣੀ ਪਾਉਣਾ ਨਾ ਆਪਾਂ ਬੌਲੀ ਦੇ ਵਿੱਚ, ਉਦੋਂ ਕਿਹੜੇ ਸਮਰਸੀ ਬਲਿਆ ਜਾਂ ਖੂਹਾਂ ਦਾ ਪਾਣੀ ਪਾਉਣਾ। ਮਹਾਰਾਜ, ਲਾਗੋ ਦਰਿਆ ਬਿਆਸਾ ਲੰਘਦਾ, ਬਿਆਸਾ ਦਰਿਆ ਦਾ ਪਾਣੀ ਆਪਾਂ ਬੌਲੀ ਦੇ ਵਿੱਚ ਪਾਉਣਾ, ਤੇ ਥੱਲੇ ਉਤਰ ਕੇ ਬੌਲੀ ਦਾ ਕੜ੍ਹ ਤੋੜਨਾ ਪੈਣਾ ਕਿਸੇ ਨੂੰ। ਤੇ ਮਹਾਰਾਜ, ਇਹ ਕੰਮ ਇੰਨਾ ਖਤਰਨਾਕ ਹੈ, ਜਿਹੜਾ ਬੌਲੀ ਦੇ ਵਿੱਚ ਉਤਰ ਕੇ ਬੰਦਾ ਬੌਲੀ ਦਾ ਕੜ੍ਹ ਤੋੜੂਗਾ ਨਾ, ਦਰਿਆ ਬਿਆਸਾ ਦਾ ਪਾਣੀ ਇੰਨੇ ਜ਼ੋਰ ਨਾਲ ਤਾਂ ਨੂੰ ਚੜ੍ਹਨਾ ਵੀ ਬੰਦਾ ਡੁੱਬ ਕੇ ਮਰ ਸਕਦਾ। ਤੇ ਸੱਚੇ ਪਾਤਸ਼ਾਹ, ਇਹ ਤੇ ਕੰਮ ਕਿਸੇ ਮਿਸਤਰੀ ਦਿਹਾੜੀਦਾਰ ਨੇ ਤੇ ਕਰਨਾ ਨਹੀਂ, ਇਹਦੇ ਕੋਲ ਸੇਵਕ ਹੀ ਕਰੂਗਾ। ਵੇਖੋ, ਪੈਸੇ ਲੈ ਕੇ ਕੰਮ ਕਰਨ 'ਚ ਫਰਕ ਹੁੰਦਾ ਵਾ, ਆਪਾਂ ਭਾਵ ਨਿਸ਼ਾਵਰ ਕਰਕੇ ਕੰਮ ਕਰਨ ਦੇ ਵਿੱਚ ਫਰਕ ਹੁੰਦਾ ਵਾ। ਮਹਾਰਾਜ ਨੇ ਸਾਹਮਣੇ ਵੇਖਿਆ ਤੇ ਸਾਹਮਣੇ ਇੱਕ ਮੁੰਡਾ ਖਲੋਤਾ, ਇਹਦਾ ਨਾਮ ਆ ਮਾਣਕ ਚੰਦ ਵੈਰੂ ਨੰਗਲ ਦਾ। ਹੱਥ ਜੋੜ ਕੇ ਕਹਿੰਦਾ, ਸੱਚੇ ਪਾਤਸ਼ਾਹ ਕਰੋ ਕਿਰਪਾ, ਮੈਨੂੰ ਇਸ ਬੌਲੀ ਵਿੱਚ ਉਤਰਨ ਦਾ ਮੌਕਾ ਦਿਓ। ਉਹ ਮੁੰਡਾ ਬੌਲੀ ਦੇ ਵਿੱਚ ਉਤਰਿਆ, ਕੜ੍ਹ ਤੋੜਿਆ, ਦਰਿਆ ਪਿਆਸਾ ਦਾ ਪਾਣੀ ਇੰਨੇ ਜ਼ੋਰ ਨਾਲ ਉੱਤੇ ਨੂੰ ਆਇਆ ਕਿ ਸੰਗਤ ਦੇ ਵਹਿੰਦਿਆਂ ਵਹਿੰਦਿਆਂ ਮੁੰਡਾ ਉਸ ਘੁੰਮਣ ਘੇਰੀ 'ਚ ਡੁੱਬ ਗਿਆ। ਸਿੱਖ ਕਹਿੰਦੇ, ਮਹਾਰਾਜ ਮੁੰਡਾ ਡੁੱਬ ਕੇ ਮਰਦੇ ਨਾ ਜਾਓ। ਪਾਤਸ਼ਾਹ ਗੁਰਦੇਵ ਕਹਿੰਦੇ, ਕੁਝ ਨਹੀਂ ਹੁੰਦਾ, ਗੁਰੂ ਕਿਰਪਾ ਕਰੇਗਾ। ਉਹ ਮੁੰਡਾ ਬੌਲੀ ਦੇ ਵਿੱਚੋਂ ਤਰ ਕੇ ਉੱਤੇ ਨੂੰ ਆ ਗਿਆ। ਜਦੋਂ ਉੱਤੇ ਨੂੰ ਤਰ ਕੇ ਆ ਗਿਆ ਤੇ ਕਹਿੰਦਾ, ਹੱਥ ਜੋੜ ਕੇ, ਸੱਚੇ ਪਾਤਸ਼ਾਹ ਬੌਲੀ ਦਾ ਕੜ੍ਹ ਟੁੱਟ ਗਿਆ। ਮਹਾਰਾਜ ਨੇ ਜੱਫੀ ਵਿੱਚ ਲੈ ਕੇ ਉਸ ਮੁੰਡੇ ਨੂੰ ਆਖਿਆ, ਨੌਜਵਾਨਾਂ ਤੋਂ ਤੇ ਸਾਡਾ ਮਰਜੀਵੜਾ ਹੈ,
ਵੇਖੋ ਆਪਾਂ ਇਹ ਗੱਲ ਕਹਿੰਦੇ ਹਾਂ ਵੀ ਸਿੱਖ ਕੌਮ ਮਰਜੀਵੜਿਆਂ ਦੀ ਕੌਮ ਆ, ਮਰਜੀਵੜਿਆਂ ਦੀ ਕੌਮ ਆ। ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਸਿੱਖ ਹਿਸਟਰੀ ਦੇ ਸਭ ਤੋਂ ਪਹਿਲੇ ਮਰਜੀਵੜੇ ਦਾ ਖਿਤਾਬ ਕਿਹਨੂੰ, ਕਿੱਥੇ ਤੇ ਕਿਹਨੇ ਦਿੱਤਾ। ਸਭ ਤੋਂ ਪਹਿਲੇ ਮਰਜੀਵੜੇ ਦਾ ਖਿਤਾਬ ਮਿਲਿਆ ਮਾਨਕ ਚੰਦ ਨੂੰ, ਗੋਇੰਦਵਾਲ ਸਾਹਿਬ। ਗੁਰੂ ਅਮਰਦਾਸ ਮਹਾਰਾਜ ਨੇ ਜੱਫੀ ਵਿੱਚ ਲੈ ਕੇ ਆਖਿਆ, ਕਾਕਾ ਤੂੰ ਤੇ ਮਰਜੀਵੜਾ ਏ, ਤੈਨੂੰ ਕੌਣ ਮਾਰ ਸਕਦਾ। ਕੋਲ ਖਲੋਤਾ ਸੀ ਡੱਲੇ ਪਿੰਡ ਦਾ ਰਹਿਣ ਵਾਲਾ, ਬੜੇ ਸਤਿਕਾਰਯੋਗ ਸ਼ਖਸੀਅਤ ਭਾਈ ਪਾਰੂ। ਭਾਈ ਪਾਰੂ ਹੱਥ ਜੋੜ ਕੇ ਕਹਿੰਦਾ, ਸੱਚੇ ਪਾਤਸ਼ਾਹ ਤੁਸੀਂ ਇੰਨੀ ਕਿਰਪਾ ਕੀਤੀ ਹੈ, ਕੁਝ ਮੰਗ ਲਈਏ ਤੁਹਾਡੇ ਕੋਲੋਂ। ਮਹਾਰਾਜ ਕਹਿੰਦੇ ਮੰਗ ਲਓ। ਹੱਥ ਜੋੜ ਕੇ ਭਾਈ ਪਾਰੂ ਕਹਿੰਦਾ, ਸੱਚੇ ਪਾਤਸ਼ਾਹ ਅੱਜ ਦਾ ਦਿਨ ਬੜਾ ਭਾਗਾਂ ਵਾਲਾ, ਵਿਸਾਖੀ ਦਾ ਦਿਨ ਆ, ਬੌਲੀ ਦਾ ਕੱਲ ਟੁੱਟਾ ਵਾ, ਆਹ ਦਿਨ ਪੱਕਾ ਹੀ ਕਰ ਦਿਓ। ਅੱਗੋਂ ਪਿੱਛੋਂ ਕਿਸੇ ਕੋਲੋਂ ਆਇਆ ਜਾਵੇ ਨਾ ਆਇਆ ਜਾਵੇ, ਕੋਈ ਭੇਟਾ ਲਿਆਵੇ ਨਾ ਲਿਆਵੇ, ਇਹ ਵੱਖਰੀ ਗੱਲ ਆ। ਪਰ ਸਾਲ ਵਿੱਚ ਵਿਸਾਖੀ ਪੱਕੀ ਕਰ ਦਿਓ ਕਿ ਸਾਲ ਵਿੱਚ ਵਿਸਾਖੀ ਵਾਲੇ ਦਿਨ ਸੰਗਤ ਗੁਰੂ ਦੇ ਦਰਬਾਰ ਵਿੱਚ ਜ਼ਰੂਰ ਚੱਲ ਕੇ ਆਇਆ ਕਰੇ। ਗੁਰੂ ਅਮਰਦਾਸ ਮਹਾਰਾਜ ਨੇ ਉਸ ਦਿਨ ਤੋਂ ਵਿਸਾਖੀ ਦਾ ਮੇਲਾ ਪੱਕਾ ਕੀਤਾ ਜਿਹੜਾ ਅੱਜ ਤੱਕ ਮਨਾਇਆ ਜਾਂਦਾ ਹੈ। ਸਾਨੂੰ ਇਹ ਪਤਾ ਹੋਣਾ ਚਾਹੀਦਾ ਵਿਸਾਖੀ ਕਦੋਂ ਕਿੱਥੇ ਤੇ ਕਿੰਨੇ ਤੇ ਕਿਵੇਂ ਮਨਾਈ। ਉਦੋਂ ਤੋਂ ਲੈ ਕੇ ਚੌਥੇ, ਪੰਜਵੇਂ, ਛੇਵੇਂ, ਸੱਤਵੇਂ, ਅੱਠਵੇਂ, ਨੌਵੇਂ ਤੇ ਦਸਵੇਂ ਪਾਤਸ਼ਾਹ ਨੇ ਵਿਸਾਖੀ ਦੇ ਮੇਲੇ ਮਨਾਏ। ਲਓ ਜੀ, ਟਾਈਮ ਆ ਗਿਆ ਦਸਵੇਂ ਪਾਤਸ਼ਾਹ ਦਾ, ਵਿਸਾਖੀ ਵਾਲਾ ਦਿਨ। ਤੁਹਾਡੇ ਬਾਪੂ ਨੇ ਹੱਥ 'ਚ ਨੰਗੀ ਸ਼ਮਸ਼ੀਰ ਲੈ ਕੇ ਪੰਜ ਸਿਰਾਂ ਦੀ ਮੰਗ ਕੀਤੀ, ਪੰਜਾਂ ਨੇ ਉੱਠ ਕੇ ਸਿਰ ਦਿੱਤੇ, ਪੰਜਾਂ ਨੇ ਉੱਠ ਕੇ ਸਿਰ ਦਿੱਤੇ, ਅੰਮ੍ਰਿਤ ਤਿਆਰ ਹੋਇਆ, ਪੰਜਾਂ ਦੇ ਮੂੰਹ ਵਿੱਚ ਅੰਮ੍ਰਿਤ ਪਾਇਆ, ਪੰਜ ਚੁਲੇ ਕੇਸਾਂ ਵਿੱਚ, ਪੰਜ ਛੱਡੇ ਅੱਖਾਂ ਦੇ ਵਿੱਚ ਚੁਲੇ ਉਹਨੂੰ ਪਿਆਏ ਗਏ, ਤੇ ਨਾਲ ਹਰਵਰੀ ਮਹਾਰਾਜ ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਇਆ ਰਾਮ ਦਇਆ ਸਿੰਘ ਬਣਾ ਦਿੱਤਾ, ਹਿੰਮਤ ਰਾਏ ਹਿੰਮਤ ਸਿੰਘ ਬਣਾ ਦਿੱਤਾ, ਧਰਮਦਾਸ ਧਰਮ ਸਿੰਘ ਬਣਾ ਦਿੱਤਾ, ਮੋਕਮ ਚੰਦ ਮੋਕਮ ਸਿੰਘ ਬਣਾ ਦਿੱਤਾ, ਸਾਹਿਬ ਚੰਦ ਸਾਹਿਬ ਸਿੰਘ ਬਣਾ ਦਿੱਤਾ। ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਪੰਜਾਂ ਦੇ ਵਿੱਚ ਖਲੋ ਕੇ ਆਖਿਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਦੁਨੀਆਂ ਤੇ ਗੱਲਾਂ ਕਰਨੀਆਂ ਤੇ ਬੜੀਆਂ ਸੌਖੀਆਂ, ਪਰ ਗੁਰੂ ਗੋਬਿੰਦ ਸਿੰਘ ਨੇ ਕਿਸੇ ਕੋ ਬਣਿਆ ਜਾਣਾ। ਬੜੇ ਬੰਨ ਪਏ, ਇੱਕ ਉਹ ਸਰਸੇ ਬੈਠਾ ਸ਼ਰਬਤ ਘੋਲ ਘੋਲ ਕੇ ਪਿਆ ਗਿਆ, ਪਤਾ ਤੁਹਾਨੂੰ, ਉਹ ਕਹਿੰਦੇ ਸ਼ਰਬਤ ਪਿਆਇਆ ਵੀ ਗੁਰੂ ਗੋਬਿੰਦ ਸਿੰਘ ਬਣ ਜਾਈਦਾ। ਦੁਨੀਆਂ ਦਾ ਇੱਕੋ ਇੱਕ ਅਵਤਾਰ, ਇੱਕੋ ਇੱਕ ਗੁਰੂ ਜਿਹੜਾ ਆਪਣੇ ਸਿੱਖਾਂ ਨੂੰ ਆਪਣੀ ਜਾਨ ਕਹਿੰਦਾ ਵਾ, ਨਹੀਂ ਤਾਂ ਲੋਕਾਂ ਨੇ ਮੱਥੇ ਟਕਵਾਏ, ਮੱਥੇ ਟਕਵਾਏ, ਚੇਲੇ ਬਣਾਏ ਤੇ ਛੱਡ ਦਿੱਤੇ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਇਕੱਲੇ ਮੱਥੇ ਨਹੀਂ ਟਕਵਾਉਣੇ, ਇਹਨਾਂ ਵਾਸਤੇ ਜਾਨ ਵੀ ਹਾਜ਼ਰ ਆ। ਮਹਾਰਾਜ ਨੇ ਆਖਿਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਜਦੋਂ ਪੰਜਾਂ ਪਿਆਰਿਆਂ ਦੀ ਸਿਰਜਣਾ ਹੋਈ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਹੱਥ ਜੋੜ ਕੇ ਆਖਿਆ ਭਾਈ ਦਇਆ ਸਿੰਘ ਨੂੰ, ਦਇਆ ਸਿੰਘ ਜੀ ਅੰਮ੍ਰਿਤ ਮੈਨੂੰ ਵੀ ਛਕਾ ਦਿਓ, ਮੈਨੂੰ ਵੀ ਛਕਾ ਦਿਓ। ਭਾਈ ਦਇਆ ਸਿੰਘ ਨੇ ਆਖਿਆ, ਸੱਚੇ ਪਾਤਸ਼ਾਹ ਹੁਣੇ ਤੁਸੀਂ ਇੱਕ ਗੱਲ ਆਖੀ ਆ ਕਿ ਪੰਜਾਂ ਤੋਂ ਵੱਡਾ ਕੋਈ ਨਹੀਂ, ਜਿੱਥੇ ਪੰਜ ਪਿਆਰੇ ਉੱਥੇ ਰੱਬ ਖਲੋਤਾ ਹੋਊਗਾ। ਮਹਾਰਾਜ ਅਸੀਂ ਅੰਮ੍ਰਿਤ ਛਕਿਆ, ਕੁਝ ਦਿੱਤਾ ਹੈ, ਸਿਰ ਦਿੱਤੇ ਆ ਨਾ, ਫਿਰ ਅੰਮ੍ਰਿਤ ਲਿਆ। ਮਹਾਰਾਜ ਤੁਸੀਂ ਅੰਮ੍ਰਿਤ ਮੰਗਦੇ ਹੋ, ਤੁਸੀਂ ਪੰਥ ਨੂੰ ਕੀ ਦਿਓ। ਦੇਖੋ ਸਿੱਧਾ ਸਾਫ ਸਪਸ਼ਟ ਗੱਲ ਆ ਵੀ ਸਿਰ ਦਿੱਤੇ ਆ ਤੇ ਅੰਮ੍ਰਿਤ ਲਿਆ ਏ, ਮਹਾਰਾਜ ਤੁਸੀਂ ਕੀ ਦਿੰਦੇ ਹੋ ਜੇ ਅੰਮ੍ਰਿਤ ਛਕਣਾ ਇਹਦੇ। ਗੁਰੂ ਕਲਗੀਧਰ ਪਾਤਸ਼ਾਹ ਨੇ ਹੱਥ ਜੋੜ ਕੇ ਆਖਿਆ, ਦਇਆ ਸਿਆ ਤੁਸੀਂ ਇੱਕ ਸਿਰ ਦਿੱਤਾ, ਮੇਰੇ ਕੋਲ ਜਿੰਨੇ ਸਿਰ ਆ ਮੈਂ ਸਾਰੇ ਲਾ ਦੇਣੇ।
ਦਾਮ ਤੋਂ ਮੈਂ ਦੇ ਨਾ ਸਕੂੰ ਭੇਟਾ ਮਨਜ਼ੂਰ ਕਰੋ। ਸੁਣੋ ਦਇਆ ਸਿੰਘ ਜੋ ਜੋ ਭੇਟ ਮੈਂ ਚੜਾਉਂਗਾ। ਆ ਸੁਣ ਲਾ ਦਇਆ ਸਿੰਘ, ਤੁਸੀਂ ਇੱਕ ਸਿਰ ਦਿੱਤਾ ਮੈਨੂੰ ਅੰਮ੍ਰਿਤ ਦੇ ਦਿਓ, ਮੈਂ ਕਿੰਨੇ ਸਿਰ ਦੇਣੇ ਆ। ਦਾਮ ਤੋਂ ਮੈਂ ਦੇ ਨਾ ਸਕੂੰ ਭੇਟਾ ਮਨਜ਼ੂਰ ਕਰੋ। ਸੁਣੋ ਦਇਆ ਸਿੰਘ ਜੋ ਜੋ ਭੇਟ ਮੈਂ ਚੜਾਉਂਗਾ। ਪਿਤਾ ਕਟਵਾ ਕੇ ਜੈਸੇ ਖੂਨ ਕੀ ਖਿਲਾਈ ਹੋਲੀ, ਵੈਸੇ ਹੋਲੀ ਬੇਟਿਓ ਕੇ ਖੂਨ ਕੀ ਖਿਲਾਉਂਗਾ। ਦੋ ਚਮਕੌਰ ਮੈਂ ਕਟਾਉਂਗਾ ਕਟਾਰ ਸੰਗ, ਦੋ ਸਰਹੰਦ ਕੀ ਦੀਵਾਰੋਂ ਮੈਂ ਚਲਾਉਂਗਾ। ਹੱਥ ਪੇ ਨਾ ਬਾਜ ਹੋਗਾ, ਸਰ ਪੇ ਨਾ ਤਾਜ ਹੋਗਾ, ਖੁਸ ਗਿਆ ਰਾਜ ਹੋਗਾ, ਮਾਹੀ ਗੁਣ ਗਾਊਂਗਾ। ਤੁਸੀਂ ਇੱਕ ਸਿਰ ਦਿੱਤਾ, ਮੈਂ ਚੌਵਾਂ ਪੁੱਤਾਂ ਦੇ ਵੀ ਸਿਰ ਦੇ ਦੇਣੇ ਆ, ਬਾਪੂ ਦਾ ਵੀ ਦੇ ਦੇਣਾ, ਮਾਤਾ ਦਾ ਸਿਰ ਵੀ ਦੇ ਦੇਣਾ, ਲੋੜ ਪਈ ਤਾਂ ਮੈਂ ਆਪਣਾ ਸਿਰ ਵੀ ਦੇ ਦੇਣਾ। ਅੰਮ੍ਰਿਤ ਦਿਓ ਤੇ ਸਹੀ, ਮੈਨੂੰ ਇੰਨਾ ਮਹਿੰਗਾ ਸੀ ਅੰਮ੍ਰਿਤ। ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਨਾ ਵੀ ਛਕਦੇ ਤੇ ਕਿੰਨਾ ਕੁ ਉੱਥੇ ਕੰਮ ਚੜ ਜਾਣਾ। ਮਹਾਰਾਜ ਨੇ ਆਖਣਾ ਮੈਂ ਗੁਰੂ ਹਾਂ, ਤੁਹਾਨੂੰ ਚਕਾਰਤਾ ਬਥੇਰਾ। ਇਹ ਗੱਲ ਮੈਂ ਇਸ ਕਰਕੇ ਕਹਿਣ ਲੱਗਾ, ਤੁਸੀਂ ਸਾਰੇ ਮੇਰੇ ਵੱਡੇ ਬੈਠੇ ਹੋ, ਸਿਆਣੇ ਬੈਠੇ ਹੋ, ਬਜ਼ੁਰਗ ਬੈਠੇ ਹੋ, ਬੜੀ ਗੁਰੂ ਦੀ ਕਿਰਪਾ ਤੁਹਾਡੇ ਉੱਤੇ, ਬਹੁਤ ਕਰਦੇ ਹੋ ਤੁਸੀਂ, ਸੇਵਾ ਬੜੀ ਕਰਦੇ ਹੋ, ਪਰ ਅੰਮ੍ਰਿਤ ਛਕਣਾ ਬੜਾ ਜ਼ਰੂਰੀ ਹੈ, ਜ਼ਰੂਰ ਛਕੋ। ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲੋਂ ਤੇ ਕੋਈ ਸਿਆਣਾ ਨਹੀਂ ਨਾ, ਸਾਨੂੰ ਕੋਈ ਅੰਮ੍ਰਿਤ ਛਕਣ ਨੂੰ ਕਹਦੇ ਨਹੀਂ ਜੀ, ਮਨ ਸਾਫ ਚਾਹੀਦਾ। ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਦਾ ਮਨ ਮੈੜਾ ਸੀ। ਮਹਾਰਾਜ ਨਾ ਹੀ ਕਰ ਦਿੰਦੇ ਵੀ ਨਹੀਂ ਮੈਂ ਨਹੀਂ ਛਕਣਾ, ਤੁਸੀਂ ਛਕ ਲਿਆ ਬਥੇਰਾ, ਮੈਂ ਨਹੀਂ ਛਕਦਾ। ਕੋਈ ਧੱਕੇ ਨਾ ਥੋੜਾ ਛਕਾ ਦੇਣ ਲੱਗਾ ਸੀ। ਸਾਡੇ ਵਿੱਚੋਂ ਬਹੁਤੇ ਕਹਿਣਗੇ ਨਹੀਂ ਨਹੀਂ ਅੰਮ੍ਰਿਤ ਤਾਂ ਅੰਦਰ ਦਾ ਹੋਣਾ ਚਾਹੀਦਾ ਹੈ, ਬਾਹਰ ਦੇ ਅੰਮ੍ਰਿਤ ਦੀ ਕਿਹੜੀ ਗੱਲ ਆ। ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਦੇ ਅੰਦਰ ਅੰਮ੍ਰਿਤ ਨਹੀਂ ਸੀ ਹੈਗਾ, ਜਿਹਨੇ ਅੰਮ੍ਰਿਤ ਛਕਣ ਵਾਸਤੇ ਪੂਰਾ ਸਰਬੰਸ ਪੰਥ ਦੇ ਲੇਖੇ ਲਾ ਦਿੱਤਾ। ਮੈਂ ਢਾਡੀ ਹੋਣ ਦੇ ਨਾਲ ਇੱਕੋ ਬੇਨਤੀ ਹੱਥ ਜੋੜ ਕੇ ਕਰੂੰਗਾ, ਜ਼ਰੂਰ ਛਕੋ ਭਾਈ, ਗੁਰੂ ਕਿਰਪਾ ਕਰੇ। ਲਓ ਜੀ ਅੰਮ੍ਰਿਤ ਛਕਾਇਆ ਗਿਆ, ਖਾਲਸੇ ਪੰਥ ਦੀ ਹੋਈ ਸਾਜਨਾ। ਅਨੰਦਪੁਰ ਦੇ ਘੇਰੇ ਘੇਰੇ 22 ਹਿੰਦੂ ਰਾਜਿਆਂ ਦੀਆਂ ਰਿਆਸਤਾਂ ਵਾ, ਉਹਨਾਂ 22 ਦੇ 22 ਰਾਜਿਆਂ ਨੇ ਬਹਿ ਕੇ ਮੀਟਿੰਗ ਕੀਤੀ। ਉਹ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਨੇ ਨਵਾਂ ਹੀ ਕੰਮ ਸ਼ੁਰੂ ਕਰ ਦਿੱਤਾ, ਜੋ ਜੱਟ ਛੀਂਬਾ ਨਾਈ ਝੂਰ ਮਜ਼ਬੀ ਇਕੱਠਾ ਕਰਕੇ ਇੱਕੋ ਹੀ ਬਾਟੇ 'ਚ ਸਾਰੇ ਅੰਮ੍ਰਿਤ ਛਕਾ ਕੇ ਆਖਿਆ ਅਹੇ ਮੇਰਾ ਖਾਲਸਾ ਹੁੰਦਾ। ਉਹ ਕੱਲ ਤੱਕ ਜਿਹਨਾਂ ਨੂੰ ਅਸੀਂ ਖੂਹ ਤੇ ਨਾ ਚੜਨ ਦਈਏ, ਕੱਲ ਤੱਕ ਜਿਹਨਾਂ ਨੂੰ ਅਸੀਂ ਬੂਹੇ ਤੇ ਨਾ ਖਲੋਣ ਦਈਏ, ਉਹ ਪਾ ਕੇ 3-3 ਫੁੱਟੀਆਂ ਕਿਰਪਾਨਾਂ ਲਾ ਕੇ ਮੱਥੇ ਤੇ ਕਲਗੀਆਂ ਘੋੜੇ ਭਜਾਈ ਫਿਰਨ ਸਾਡੇ ਰਾਜ ਭਾਗ ਅੰਦਰ। ਇਹਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਲੋਕਾਂ ਨੂੰ ਤਗੜੇ ਕਰ ਦਿੱਤਾ ਜਿਹਨਾਂ ਲੋਕਾਂ ਉੱਤੇ ਅਸੀਂ ਡਾਂਗ ਦੇ ਜ਼ੋਰ ਨਾਲ ਰਾਜ ਕਰਨਾ ਹੈ। ਵੇਖੋ ਲੀਡਰ ਬੰਦਾ ਕਦੀ ਨਹੀਂ ਸੁਣਦਾ ਵੀ ਮਾੜੇ ਬੰਦੇ ਨੂੰ ਸੋਝੀ ਆ ਜੇ, ਉਹ ਜਿੱਦਾਂ ਮਾੜੇ ਦਿਹਾੜੀਆਂ ਕਰਦੇ ਮਰ ਕੇ ਗਾਂ ਉਹਨਾਂ ਦੇ ਨਿਆਣੇ ਵੀ ਦਿਹਾੜੀਆਂ ਕਰਦੇ ਰਹਿਣ, ਗਾਂ ਉਹਨਾਂ ਦੇ ਪੋਤਰੇ ਵੀ ਉੱਦਾਂ ਹੀ ਰਹਿ ਜਾਣ। ਉਹ ਕਹਿੰਦੇ ਵੀ ਜਿੱਦਣ ਇਹ ਪੜ੍ਹ ਲਿਖ ਕੇ ਅਕਲ ਵਾਲੇ ਹੋ ਗਏ, ਸਾਡਾ ਤੇ ਚੌਧਰਪੁਣਾ ਇਹਨਾਂ ਨੇ ਪੱਲੀ ਤੋਂ ਲਾ ਕੇ ਰੱਖ ਦੇਣਾ। ਇਸ ਕਰਕੇ ਲੀਡਰਾਂ ਨੂੰ ਕੰਮ ਸੌਖਾ ਵੀ ਉਹਨਾਂ ਗਰੀਬਾਂ ਦੇ ਉੱਤੇ ਇੱਕ ਅਟੈਕ ਕਰਨਾ ਦਾ ਵੀ ਆਟਾ ਦਾਲ ਲਓ, ਬੱਤੀ ਫਰੀ ਦੀ ਲਓ, ਆਹ ਲੈ ਲਓ, ਉਹ ਲੈ ਲਓ, ਪੜ੍ਹਾਈ ਨਾ ਲੈ ਲਿਓ, ਨਾ 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 ਨਾ, ਅਕਲ ਨਾ ਲੈ ਲਿਓ ਕਦੇ, ਤੇ ਅਗਲ ਵਾਲੇ ਪਾਸੇ ਮਾੜੇ ਬੰਦੇ ਨੂੰ ਜਾਣ ਨਹੀਂ ਦੇਣਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾੜੇ ਨਵਾਣੇ ਤੇ ਨਤਾਣੇ ਲੋਕਾਂ ਦੀ ਬਾਂਹ ਫੜੀ। ਰਾਜਿਆਂ ਨੇ ਇੱਕ ਚਿੱਠੀ ਲਿਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਰਾਜੇ ਕਹਿੰਦੇ ਗੁਰੂ ਗੋਬਿੰਦ ਸਿੰਘ ਆ ਕੰਮ ਗਲਤ ਆ, ਚੁੱਪ ਕਰਕੇ ਮੱਥੇ ਟਕਾਓ, ਚੜਾਵੇ ਚੜਨ ਡਏ ਆ, ਗੁਰੂ ਜੀ ਗੁਰੂ ਜੀ ਗੁਰੂ ਜੀ ਹੋਣ ਡਈ ਆ, ਤੁਸੀਂ ਇਹਨਾਂ ਲੋਕਾਂ ਦੇ ਵਿੱਚੋਂ ਕੀ ਲੈਣਾ। ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਖਿਆ ਹੋਇਆ ਕੀ। ਰਾਜੇ ਕਹਿੰਦੇ ਮਹਾਰਾਜ ਆਹ ਕੀ ਕੰਮ ਹੈ, ਨਵਾਂ ਹੀ ਅੰਮ੍ਰਿਤ ਤਿਆਰ ਕਰ ਦਿੱਤਾ, ਨਵਾਂ ਹੀ ਅੰਮ੍ਰਿਤ ਛਕਾ ਦਿੱਤਾ। ਤੇ ਮਹਾਰਾਜ ਨੇ ਆਖਿਆ ਰਾਜਿਓ ਮੈਂ ਤੁਹਾਨੂੰ ਕਿਹੜਾ ਰੋਕਿਆ, ਤੁਸੀਂ ਵੀ ਆਓ ਅੰਮ੍ਰਿਤ ਛਕ ਲਓ, ਤੁਸੀਂ ਵੀ ਗੁਰੂ ਵਾਲੇ ਬਣ ਜਾਓ, ਸਿੰਘ ਸੱਜ ਜਾਓ।
ਤੇ ਰਾਜਿਆਂ ਨੇ ਅੱਗੋਂ ਜਵਾਬ ਪਤਾ ਕੀ ਦਿੱਤਾ? ਉਹ ਕਹਿੰਦੇ ਮਹਾਰਾਜ ਅਸੀਂ ਆ ਰਾਜਪੂਤ ਕਸ਼ਤਰੀ, ਅੰਮ੍ਰਿਤ ਛਕ ਲੈਂਦੇ ਹਾਂ, ਸਾਡੇ ਲਈ ਬਾਟਾ ਵੱਖਰਾ, ਸਾਡੇ ਲਈ ਲੈਣਾ ਵੱਖਰੀਆਂ, ਸਾਡੇ ਲਈ ਖੰਡਾ ਵੱਖਰਾ, ਸਾਡੇ ਲਈ ਪਤਾਸੇ ਵੱਖਰੇ, ਸਾਡੇ ਲਈ ਪਾਣੀ ਵੱਖਰਾ ਲਿਆਓ, ਸਾਡੇ ਲਈ ਬਾਣੀ ਵੱਖਰੀ ਲਿਆਓ। ਉਹ ਇਹਨਾਂ ਲੋਕਾਂ 'ਚ ਬਹਿ ਕੇ ਅਸੀਂ ਅੰਮ੍ਰਿਤ ਨਹੀਂ ਛਕ ਸਕਦੇ। ਤੇ ਗੁਰੂ ਕਲਗੀਧਰ ਮਹਾਰਾਜ ਨੇ ਆਖਿਆ ਰਾਜਿਓ ਉਹ ਦਿਨ ਗਏ ਜਦਨ ਜਮਾਨਾ ਤੁਹਾਨੂੰ ਪੁੱਛ ਕੇ ਤੁਰਦਾ ਸੀ, ਮੈਂ ਤੇ ਪੰਥੀ ਇਦਾਂ ਦਾ ਸਾਜ ਦਿੱਤਾ ਜਮਾਨਾ ਇਹਨੂੰ ਪੁੱਛ ਕੇ ਤੁਰੇਗਾ, ਕਰੋੜਾਂ 'ਚ ਮੇਰਾ ਇੱਕ ਖਲੋਤਾ। ਉਹਦੇ ਲੋਕੀ ਕਿਆ ਕਰਨ ਗਿਆ? ਉਹ ਗੁਰੂ ਗੋਬਿੰਦ ਸਿੰਘ ਦਾ ਪੁੱਤ ਖਲੋਤਾ, ਪੁੱਤ ਕਿਆ ਕਰਨਗੇ? ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤ ਖਲੋਤਾ ਹੈ। ਰਾਜਿਓ ਉਹ ਨਿਕਲੋ ਜਾਤਾਂ ਪਾਤਾਂ ਦੇ ਕੋਟ ਵਿੱਚੋਂ, ਇਕੱਠੇ ਹੋ ਕੇ ਬਹੁ, ਭਾਈਚਾਰਾ ਬਚਿਆ ਰਹੂ ਤੁਹਾਡਾ। ਇੱਕ ਗੱਲ ਕਹਿ ਦਿਆ, ਮੈਂ ਪਿੰਡਾਂ 'ਚ ਘੱਟ ਵੇਖੀ, ਸ਼ਹਿਰਾਂ 'ਚ ਬਹੁਤ ਜ਼ਿਆਦਾ ਹੋ ਗਈ। ਉਹ ਗੁਰਦੁਆਰੇ 'ਤੇ ਪੈਸਾ ਪੂਰਾ ਲੱਗਾ, 50-50 ਲੱਖ ਰੁਪਈਆ ਵੀ ਲਾ ਦਿੱਤਾ, ਕਰੋੜ ਕਰੋੜ ਰੁਪਈਆ ਵੀ ਲੋਕਾਂ ਨੇ ਲਾ ਦਿੱਤਾ। ਪਰ ਜਿਹੜੀ ਅੱਗੇ ਲੋਕੀ ਨਾ ਆਪਣੇ ਬੂਹੇ ਦੇ ਅੱਗੇ ਆਪਣੀ ਤਖਤੀ ਟੰਗਦੇ ਹੁੰਦੇ ਸੀ, ਮੈਂ ਫਲਾਣਾ ਸੋਂ, ਮੈਂ ਫਲਾਣਾ ਸੋਂ, ਮੈਂ ਬਾਜਵਾ, ਮੈਂ ਗਿੱਲ, ਮੈਂ ਢਿੱਲੋਂ, ਮੈਂ ਸੰਧੂ, ਮੈਂ ਫਲਾਣਾ, ਮੈਂ ਰੰਗਰੇਟਿਆਂ 'ਚੋਂ ਹਾਂ, ਮੈਂ ਲਬਾਣਿਆਂ 'ਚੋਂ ਹਾਂ, ਮੈਂ ਦੂਜਿਆਂ 'ਚੋਂ। ਅਸੀਂ ਉਹ ਤਖਤੀਆਂ ਚੁੱਕ ਕੇ ਤੇ ਗੁਰਦੁਆਰੇ ਦੇ ਬੂਹੇ ਅੱਗੇ ਵੀ ਟੰਗ ਦਿੱਤੀਆਂ, ਗੁਰਦੁਆਰਾ ਰਾਮਗੜੀਆਂ ਦਾ, ਗੁਰਦੁਆਰਾ ਲਬਾਣਿਆਂ ਦਾ, ਗੁਰਦੁਆਰਾ ਰੰਗਰੇਟਿਆਂ ਦਾ, ਗੁਰਦੁਆਰਾ ਦੂਜਿਆਂ ਦਾ, ਤੀਜਿਆਂ ਦਾ। ਅੰਦਰ ਬੈਠਾ ਗੁਰੂ ਵੀ ਸੋਚਦਾ ਨਾ ਵੀ ਮੇਰਾ ਤਾਂ ਬਣਾਇਆ ਨਹੀਂ, ਆਪਣੇ ਬਣਾ ਕੇ ਬਹਿ ਗਏ ਜੇ ਸਾਰੇ। ਉਹ ਜਿਹੜੇ ਚਿੱਕੜ 'ਚੋਂ ਤੁਹਾਨੂੰ ਮੈਂ ਕੱਢਿਆ, ਤੁਸੀਂ ਉਸੇ ਚਿੱਕੜ 'ਚ ਜਾ ਡਿੱਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 22 ਧਾਰ ਦੇ ਰਾਜਿਆਂ ਨੂੰ ਆਖਿਆ 22 ਧਾਰ ਦੇ ਰਾਜੋ ਫਿਰ ਕਿੱਦਾਂ ਕਰਨੀ ਆ? ਅੰਮ੍ਰਿਤ ਵੱਖਰਾ ਤੇ ਛਕਾਉਣਾ ਨਹੀਂ, ਵਿੱਚ ਭਾ ਕੇ ਛਕਾਵਾਂਗੇ। ਤੇ 22 ਧਾਰ ਦੇ ਰਾਜੇ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਚੀਜ਼ ਬੜੀ ਮਹਿੰਗੀ ਪੈਣੀ ਆ। ਤੇ ਸੱਚੇ ਪਾਤਸ਼ਾਹ ਨੇ ਆਖਿਆ ਜਦੋਂ ਸਿਰ ਦੇਣ ਤੋਂ ਰੁਪਏ ਫਿਰ ਮਹਿੰਗੇ ਸਸਤੇ ਨਹੀਂ ਵੇਖੀ ਦੇ ਹੁੰਦੇ। ਜਦੋਂ ਮਾੜੇ ਨਪਾਣਿਆਂ ਦੀ ਬਾਂਹ ਹੀ ਫੜ ਲਈਏ ਫਿਰ ਸਿਰਾਂ ਦੀ ਪਰਵਾਹ ਨਹੀਂ ਕੋਈ ਕਰਦਾ। ਹਾਂ ਰਾਜਿਓ ਪਿਆਰ ਨਾ ਆਇਓ, ਮੁਹੱਬਤ ਨਾ ਆਇਓ, ਛਕਣ ਵਾਸਤੇ ਦੇਗ ਦਿਆਂਗੇ ਤੇ ਜੇ ਸਿਰ ਨੂੰ ਚੜ੍ਹ ਕੇ ਆਓਗੇ ਤੇ ਫਿਰ ਤੇਗ ਦਿਆਂਗੇ। ਪ੍ਰਬੰਧ ਮੈਂ ਦੋਵੇਂ ਕਰਕੇ ਰੱਖੇ ਆ। ਇੱਕ ਵਾਰੀ ਆਨੰਦਪੁਰ ਨੂੰ ਮੂੰਹ ਤੇ ਕਰਕੇ ਵੇਖੋ, ਜਿੱਦਾਂ ਦੇ ਹੋ ਕੇ ਆਓਗੇ ਉਦਾਂ ਦੇ ਹੋ ਕੇ ਟੱਕਰਾਂਗੇ। 22 ਧਾਰ ਦੇ ਹਿੰਦੂ ਰਾਜੇ ਬੈਠੇ ਸੋਚਣ ਲੱਗੇ ਕਰੀਏ ਕੀ। ਰਾਜਿਆਂ ਵਿੱਚੋਂ ਇੱਕ ਰਾਜਾ ਬੋਲਿਆ, ਕਹਿੰਦਾ ਫਿਰ ਔਰੰਗਜ਼ੇਬ ਕੋਲੋਂ ਮਦਦ ਲੱਗੀ। ਵੇਖੋ ਇੱਕ ਚੀਜ਼ ਆ, 14 ਜੰਗਾਂ ਤੁਹਾਡੇ ਗੁਰੂ ਨੇ ਲੜੀਆਂ, ਗੁਰੂ ਜੰਗ ਦਾ ਹਾਮੀ ਕਿਤੇ ਨਹੀਂ ਜੀ ਹੈਗਾ। ਇੱਕ ਥਾਂ ਤੇ ਮੈਨੂੰ ਲਿਖਿਆ ਵਿਖਾ ਦਿਓ ਗੁਰੂ ਨੇ ਪਹਿਲ ਕੀਤੀ ਹੋਵੇ। ਇਹਦੇ ਗਲ ਪਿਆ ਢੋਲ ਵਜਾਇਆ, ਗਲ ਪਿਆ ਢੋਲ। ਵੈਸੇ ਵੀ ਪਾਣੀ ਜਦੋਂ ਸਿਰ ਤੋਂ ਲੰਘ ਜਾਵੇ ਫਿਰ ਕਿੰਨੇ ਕੁ ਹੱਥ ਬੰਦਾ ਜੋੜਦਾ ਹੁੰਦਾ। ਇੱਕ ਚੀਜ਼ ਆ ਜਿਹੜੀ ਸਾਡੇ ਤੋਂ ਲੁਕਾਈ ਗਈ ਆ, ਉਹ ਬਾ ਪ੍ਰੂਫ ਮੈਂ ਤੁਹਾਡੇ ਚਰਨਾਂ 'ਚ ਬਿਣੇ ਕਰਨੀ ਚਾਹਾਂਗਾ। 14 ਦੇ ਵਿੱਚੋਂ 12 ਜੰਗਾਂ ਉਹ ਆ ਜਿਹੜੀਆਂ ਹਿੰਦੂ ਰਾਜਿਆਂ ਨੇ ਲੜੀਆਂ, 2 ਜੰਗਾਂ ਮੁਗਲਾਂ ਨਾਲ ਲੜੀਆਂ ਮਹਾਰਾਜ ਨੇ। ਤੇ ਸਾਨੂੰ ਪੜ੍ਹਾਇਆ ਕੀ ਜਾ ਰਿਹਾ? ਗੁਰੂ ਗੋਬਿੰਦ ਸਿੰਘ ਮੁਗਲਾਂ ਨਾਲ ਲੜਿਆ, ਗੁਰੂ ਗੋਬਿੰਦ ਸਿੰਘ ਦੀ ਮੁਗਲਾਂ ਨਾਲ ਲੜਾਈ ਹੋਈ, ਮੁਗਲਾਂ ਨੇ ਉਹ ਕਰ ਦਿੱਤਾ, ਮੁਗਲਾਂ ਨੇ ਆਹ ਕਰ ਦਿੱਤਾ। ਜਦੋਂ ਕਿ 12 ਜੰਗਾਂ ਹਿੰਦੂ ਰਾਜਿਆਂ ਨੇ ਗੁਰੂ ਕਲਗੀਧਰ ਪਾਤਸ਼ਾਹ ਨਾਲ ਲੜੀਆਂ, ਇਹ ਉਹ ਬੇਈਮਾਨ ਬੰਦੇ ਸੀ ਜਿਨ੍ਹਾਂ ਦੇ ਧਰਮ ਵਾਸਤੇ ਗੁਰੂ ਨੇ ਆਪਣਾ ਪਿਤਾ ਵੀ ਦਿੱਲੀ ਦੇ ਚਾਂਦਨੀ ਚੌਂਕ 'ਚ ਦੇ ਦਿੱਤਾ। ਇਹ ਉਹ ਕੰਮੇ ਬੰਦੇ ਸੀ ਜਿਨ੍ਹਾਂ ਦੇ ਦਾਦੇ ਗਵਾਲੀਅਰ ਦੇ ਕਿੜੇ 'ਚੋਂ ਕੱਢ ਕੇ ਲਿਆਂਦੇ ਗੁਰੂ ਹਰਗੋਬਿੰਦ ਮਹਾਰਾਜ ਨੇ। ਦੀਵਾਲੀ ਆਉਣ ਵਾਲੀ ਹੈ ਨਾ, ਜਿਹੜੇ 52 ਰਾਜੇ ਗਵਾਲੀਅਰ ਦੇ ਕਿੜੇ 'ਚੋਂ ਕੱਢਿਆ, ਇਹਨਾਂ 52 ਰਾਜਿਆਂ ਦੇ ਪੁੱਤ ਪੋਤਰੇ ਸਾਰੀ ਉਮਰ ਹੀ ਗੁਰੂ ਕਲਗੀਧਰ ਪਾਤਸ਼ਾਹ ਨਾਲ ਜੰਗ ਯੁੱਧ ਕਰਦੇ ਰਹੇ। ਹੁੰਦਾ ਤੇ ਇਹ ਆ
ਕਿ ਜਿਹੜੇ ਬੰਦੇ ਨੇ ਸਾਡੇ ਦਾਦੇ ਪੜਦਾਦੇ ਦੀ ਔਖੇ ਟਾਈਮ ਮਦਦ ਕੀਤੀ ਹੋਵੇ, ਲੋਕੀ ਬਾਹ ਫੜ ਕੇ ਤੁਰਦੇ ਆ, ਇਹ ਏਡੇ ਨਿਕੰਮੇ ਨਿਕਲੇ। ਇਹਨਾਂ ਗੁਰੂ ਦੇ ਪੁੱਤ ਵੀ ਸ਼ਹੀਦ ਕਰਾਏ ਤੇ ਗੁਰੂ ਦੇ ਪੁੱਤਾਂ ਨੂੰ ਮੈਦਾਨੇ ਜੰਗ 'ਚ ਘੇਰ ਕੇ ਵੀ ਸ਼ਹੀਦ ਕਰਨ ਦਾ ਯਤਨ ਕੀਤਾ ਤੇ ਪੂਰੀ ਕੋਸ਼ਿਸ਼ ਲਾ ਦਿੱਤੀ। ਮੈਂ ਗਵਾਲੀਅਰ ਗਿਆ, ਉੱਥੇ ਕਿਲ੍ਹਾ ਘੁੰਮਣ ਦਾ ਮੈਨੂੰ ਮੌਕਾ ਮਿਲਿਆ ਤੇ ਇੱਕ ਬੰਦਾ ਅਸੀਂ ਉੱਥੋਂ ਦਾ ਹੀ ਸੀ, ਉਹਨੂੰ ਲੈ ਲਿਆ ਨਾਲ। ਉਸ ਬੰਦੇ ਨੂੰ ਆਖਿਆ ਵੀ ਸਾਨੂੰ ਕਿਲ੍ਹਾ ਘੁਮਾ, ਉਹਨੇ ਕਿਲ੍ਹਾ ਘੁਮਾਇਆ, ਆ ਰਾਣੀ ਦਾ ਮਾਲਿਆ ਫਲਾਣਾ ਫਲਾਣਾ, ਉੱਥੇ ਆ ਗਿਆ ਜਿੱਥੇ 52 ਰਾਜੇ ਬੰਨੇ ਜਾਂਦੇ, ਸੁਣਨ ਵਾਲੀ ਆ, ਜਿੱਥੇ 52 ਰਾਜੇ ਬੰਨੇ ਜਾਂਦੇ। ਉਹ ਜਿਹੜਾ ਬੰਦਾ ਸੀ ਨਾ, ਉਹ ਸਮਝਾਉਂਦਾ ਸਮਝਾਉਂਦਾ ਸਾਨੂੰ ਆਂਦਾ ਕਿ ਇਹਨਾਂ ਥੰਮਾਂ ਦੇ ਨਾਲ ਜਿਹੜੇ 52 ਰਾਜੇ ਬੰਨੇ ਗਏ ਆ, ਇਹ 52 ਰਾਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੇ ਗੁਰੂਆਂ ਦੇ ਬਣ ਗਏ। ਉਹ ਬੰਦਾ ਮੈਨੂੰ ਕਹਿੰਦਾ ਗਵਾਲੀਅਰ ਦੇ ਕਿਲ੍ਹੇ 'ਚ, ਮੈਂ ਆਖਿਆ ਆਪਣੀ ਜਾਣਕਾਰੀ ਦਰੁਸਤ ਕਰ, ਬਾਕੀ ਤਾਂ ਤੂੰ ਸਾਰਾ ਸਹੀ ਦੱਸਿਆ, ਇੱਥੇ ਆ ਕੇ ਤੂੰ ਝੂਠ ਬੋਲਣਾ ਲੋਕਾਂ ਦੇ ਨਾਲ। ਆਹ ਜਿਹੜੇ 52 ਰਾਜੇ ਗੁਰੂ ਹਰਗੋਬਿੰਦ ਮਹਾਰਾਜ ਨੇ ਗਵਾਲੀਅਰ ਦੇ ਕਿਲ੍ਹੇ 'ਚੋਂ ਕੱਢੇ ਆ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਸਾਰੀ ਉਮਰ ਕਲੇ ਦਾ ਮੁੱਢ ਬੰਨਦੇ ਰਹੇ ਆ, ਇਹ ਗੁਰੂ ਦੇ ਸਕੇ ਸਾਰੀ ਉਮਰ ਨਹੀਂ ਹੋ ਸਕੇ। ਕਹਿੰਦਾ ਐਸੇ ਕੈਸੇ? ਮੈਂ ਆਖਿਆ ਪੜ੍ਹ ਕੇ ਆਈ ਅਗਲੀ ਵਾਰੀ, ਤੈਨੂੰ ਸਾਰਾ ਕੁਝ ਲੱਭੂ ਇਤਿਹਾਸ ਦੇ ਵਿੱਚੋਂ। 22 ਧਾਰ ਦੇ ਰਾਜਿਆਂ ਨੇ ਮੁੱਖ ਦੀ ਗੱਲ ਮੀਟਿੰਗ ਕੀਤੀ, ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਤੱਕ ਪਹੁੰਚ ਕੀਤੀ। ਔਰੰਗਜ਼ੇਬ ਕਹਿੰਦਾ ਰਾਜਿਓ ਕਿੱਧਰ ਮਾਰ ਧਾਰ ਕਰੀ ਫਿਰਦੇ ਹੋ? ਰਾਜੇ ਕਹਿਣ ਲੱਗੇ ਬਾਦਸ਼ਾਹ ਸਲਾਮਤ, ਜੇ ਤੂੰ ਨਾ ਸਾਡੀ ਬਾਹ ਫੜੀ ਤੇ ਬਿਸਤਰਾ ਤੇਰਾ ਵੀ ਗੋਲ ਤੇ ਸਾਡਾ ਵੀ ਗੋਲ। ਕਹਿੰਦਾ ਦੱਸੋ, ਆਓ ਸੁਣੋ, ਢਾਡੀ ਸਿੰਘ ਬੈਂਦ ਦੀਆਂ ਰਚਨਾ ਕਹਿਣ ਲੱਗੇ ਨੇ, ਮੈਂ ਆਪਣੇ ਵੱਲੋਂ ਪੁਰਜ਼ੋਰ ਕੋਸ਼ਿਸ਼ ਕਰਨੀ ਆ ਕਿ ਪ੍ਰਸੰਗ ਤੁਸੀਂ ਅੱਜ ਤੋਂ ਪਹਿਲਾਂ ਨਾ ਸੁਣਿਆ ਹੋਵੇ, ਪਰ ਇਹ ਵੀ ਦਾਵਾ ਨਹੀਂ ਵੀ ਸੁਣਿਆ ਹੀ ਨਹੀਂ ਹੋਊਗਾ। ਜੇ ਸੁਣਿਆ ਹੋਊਗਾ ਤੇ 1% ਨੇ, 99% ਨੇ, ਹੋ ਸਕਦਾ ਪ੍ਰਸੰਗ ਨਾ ਸੁਣਿਆ ਹੋਵੇ। ਬਿਲਕੁਲ ਨਵਾਂ ਨਕੋਰ ਮੈਂ ਸਟੇਜ ਤੇ ਪ੍ਰਸੰਗ ਲੈ ਕੇ ਆਇਆ ਹਾਂ। ਆਓ ਤੱਕੋ, ਖਾਲਸੇ ਪੰਥ ਦੀ ਸਾਜਨਾ ਤੋਂ ਤੁਰੰਤ ਬਾਅਦ ਹਿੰਦੂ 22 ਧਾਰ ਦੇ ਰਾਜਿਆਂ ਨੇ ਗੁਰੂ ਕਲਗੀਧਰ ਪਾਤਸ਼ਾਹ ਦੀ ਇੱਕ ਲਿਖਤੀ ਸ਼ਿਕਾਇਤ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਅੰਦਰ
ਮੈਂ ਆ ਗੱਲ ਬੈਂਤ ਤੋਂ ਵਾਅਦਾ ਵੀ ਕਹਿ ਦਿੰਦਾ, ਮੈਂ ਗੱਲ ਕਹੀ ਇਸ ਕਰਕੇ ਨਹੀਂ ਆ, ਮੈਨੂੰ ਜੋ ਸਟੇਜ ਤੋਂ ਮਹਿਸੂਸ ਹੋਇਆ ਮੈਂ ਕਹਿਣ ਲੱਗਾ। ਆ ਜਿਹੜੀਆਂ ਬੀਬੀਆਂ ਨੇ ਆਪਣੇ ਨਿਆਣੇ ਖੁੱਲੇ ਛੱਡ ਦਿੱਤੇ ਨਾ, ਵੀ ਭੱਜੋ ਨਸੋ ਭਗਾਨੇ ਲੈ ਗਏ, ਇਹ ਬੈਂਤ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਬਿਠਾ ਲਿਓ ਸਾਰੇ, ਜਿਹਦੇ ਨਹੀਂ ਟੇਕੇ ਪੈਂਦੇ ਉਹ ਕਿਰਪਾ ਕਰਕੇ ਬੱਚਾ ਲੈ ਕੇ ਪੰਡਾਲ ਤੋਂ ਬਾਹਰ ਚਲਾ ਜਾਓ। ਇਹ ਖੁੱਲੀ ਗੱਲ, 2 ਵਜੇ ਤੱਕ ਨਾ ਕੋਈ ਇੰਨਾ ਝੂਠਣਾ, ਨਹੀਂ ਤੇ ਸਾਰਿਆਂ ਦੇ ਭਗਾਨੇ ਜਮ੍ਹਾਂ ਹੋ ਜਾਣੇ, ਤੁਹਾਡਾ ਵੀ ਪੈਸਾ ਧੇਲਾ ਜਾਊਗਾ। ਕਿਰਪਾ ਕਰਕੇ ਬੱਚੇ ਤੁਹਾਡੇ, ਤੁਸੀਂ ਸੰਗਦਿਆਂ ਨੇ ਮੈਨੂੰ ਪਤਾ ਉੱਠ ਕੇ ਫੜਨੇ, ਇੱਥੋਂ 2.5-3 ਫੁੱਟ ਉੱਚੇ ਥਾਂ ਤੋਂ ਬਹੁਤ ਬੁਰਾ ਲੱਗਦਾ ਵਾ, ਇਹ ਸਾਡਾ ਡਿਸਿਪਲਨ ਨਹੀਂ ਹੈਗਾ। ਜਾਂ ਬੱਚੇ ਬਾਹਰ ਲੈ ਜਾਓ ਅਤੇ ਜਾਂ ਇਹਨਾਂ ਨੂੰ ਆਪਣੇ ਕੰਟਰੋਲ ਵਿੱਚ ਰੱਖੋ, ਇਹ ਮੇਰੀ ਬੇਨਤੀ ਆ। ਦੂਜੀ ਬੇਨਤੀ, ਮਨਿਆਰੀ ਵਾਲੀਆਂ ਦੁਕਾਨਾਂ ਤਦ ਲੱਗੀਆਂ ਵੀ ਚਲੋ ਬੱਚੇ ਆਉਂਦੇ ਆ, ਬੀਬੀਆਂ ਨਾਲ ਲੈ ਕੇ ਚਲੋ ਘੁੰਮ ਫਿਰ ਲਿਆ, ਮੇਲਾ ਕਿਲਾ ਵੇਖ ਲਿਆ, ਅਤੇ ਜੇ ਮੁੰਡੇ ਵੀ ਮਨਿਆਰੀ ਵਾਲੀਆਂ ਦੁਕਾਨਾਂ 'ਤੇ ਤੁਰੇ ਫਿਰਨ ਤਾਂ ਫਿਰ ਸ਼ਰਮ ਦਾ ਘਾਟਾ ਸਾਡੇ 'ਤੇ, ਤੁਸੀਂ ਕਿਹੜੇ ਕੰਨ ਬਣਾਉਣੇ ਆ। ਮੈਨੂੰ ਸਟੇਜ ਤੋਂ ਹੁਕਮ ਹੋਇਆ ਕਹਿਣ ਵਾਸਤੇ ਵੀ ਜੇ ਚੰਗੇ ਲੱਗਦੇ ਜੀ ਉੱਥੇ ਤਾਂ ਫਿਰ ਖਾਲੀ ਨਾ ਮੁੜਿਓ, ਵੀ ਐਵੇਂ ਧੱਕਾ ਮੁੱਕੀ ਮਾਰਨਾ, ਫਿਰ ਚੂੜੀਆਂ ਵੀ ਖਰੀਦੋ, ਫਿਰ ਗਜਰੇ ਵੀ ਖਰੀਦੋ, ਫਿਰ ਨੱਕ ਵੀ ਬਣਾ ਕੇ ਆਇਓ, ਫਿਰ ਕੰਨ ਵੀ ਪਤਾ ਲੱਗੇ ਨਾ ਮੇਲੇ 'ਚੋਂ ਆਇਆ ਮੁੰਡਾ, ਅਤੇ ਮਨਿਆਰੀ ਦੀ ਦੁਕਾਨ 'ਤੇ ਘੁੰਮਦਾ ਰਿਹਾ, ਘਰਦਿਆਂ ਨੂੰ ਪਤਾ ਵੀ ਤਾਂ ਲੱਗਣਾ ਚਾਹੀਦਾ ਨਾ, ਇਹ ਥੋੜ੍ਹਾ ਵੀ ਘਰਦਿਆਂ ਨੂੰ ਹੋਵੇ, ਬੜੀ ਸੇਵਾ ਕੀਤੀ ਅਤੇ ਸੇਵਾ ਤਾਂ ਉਹਨੇ ਕੀਤੀ ਬਾਹਰ ਮਨਿਆਰੀ ਦੀਆਂ ਦੁਕਾਨਾਂ 'ਤੇ। ਇੱਕ ਬੇਨਤੀ ਉਹਨਾਂ ਨੂੰ ਵੀ ਤਾਂ ਦੇ ਆਸੇ ਪਾਸੇ ਹੋ ਜਾਓ, ਪ੍ਰਬੰਧਕਾਂ ਵੱਲੋਂ ਬੇਨਤੀ ਆ। ਦੂਜੀ ਆ, ਭਗਾਨੇ ਵਾਲੇ ਜ਼ਰੂਰ ਆਪਣੇ ਕਬਜ਼ੇ 'ਚ ਕਰਕੇ ਰੱਖਿਓ ਬੱਚੇ, ਇਹ ਵਾਧੂ ਨਹੀਂ ਭੱਜਣੇ ਚਾਹੀਦੇ।
ਲਈ ਬਣੇਗਾ ਏ ਸਾਡੇ ਤੋਂ ਸਾਡੇ ਲਈ ਬਣੇਗਾ ਏ ਸਾਡੇ ਤੋਂ ਸਾਡੇ ਲਈ ਬਣੇਗਾ ਏ ਸਾ ਪੰਥ ਜਿਹੜਾ ਤਿਆਰ ਹੋਇਆ ਸਾ ਪੰਥ ਜਿਹੜਾ ਤਿਆਰ ਹੋਇਆ ਸਾਰੀ ਸੰਗਤ ਸੀਸ ਝੁਕਾ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਤੁਸੀਂ ਸਰਵਣ ਕਰ ਰਹੇ ਹੋ ਖਾਲਸੇ ਪੰਥ ਦੀ ਸਾਜਨਾ ਤੋਂ ਵਾਧਾ ਹਿੰਦੂ ਭਾਈਧਾਰ ਦੇ ਰਾਜਿਆਂ ਨੇ ਗੁਰੂ ਕਲਗੀਧਰ ਪਾਤਸ਼ਾਹ ਤੱਕ ਪਹੁੰਚ ਕੀਤੀ। ਮਹਾਰਾਜ ਨੂੰ ਬੜਾ ਵੱਧ ਘਾਟ ਆਖਿਆ, ਆਹ ਕਰ ਦਿੱਤਾ ਤੁਸੀਂ, ਉਹ ਧੱਕਾ ਕਰ ਦਿੱਤਾ, ਇਹਨਾਂ ਲੋਕਾਂ ਨੂੰ ਕਿਉਂ ਅੰਮ੍ਰਿਤ ਛਕਾ ਦਿੱਤਾ। ਮਹਾਰਾਜ ਨੇ ਆਖਿਆ ਭਾਈ ਮੈਂ ਤੇ ਇਹਨਾਂ ਦੀ ਬਾਂਹ ਫੜਨੀ ਆ। ਉਹਨਾਂ ਕਹਿੰਦੇ ਜੇ ਬਾਂਹ ਫੜਨੀ ਆ ਤੇ ਨਤੀਜੇ ਭੁਗਤਣੇ ਪੈਣਗੇ। ਜਿਹੜੇ ਪ੍ਰਸੰਗ ਮੈਨੂੰ ਪ੍ਰਬੰਧਕ ਜਨਾਂ ਵੱਲੋਂ ਦਿੱਤੇ ਗਏ ਸੀ ਉਹਨਾਂ 'ਚ ਇੱਕ ਪ੍ਰਸੰਗ ਸੀ ਸਾਹਿਬਜ਼ਾਦਿਆਂ ਦਾ। ਵੇਖੋ ਗੱਲ ਮੈਂ ਉੱਥੇ ਲੈ ਆਵਾਂ ਨਾਲ। ਅਸੀਂ ਇੱਕ ਗੱਲ ਤੋਂ ਕਹਿ ਦਿੰਦੇ ਹਾਂ ਵੀ 8 ਮਹੀਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਨੰਦਪੁਰ ਘੇਰਾ ਪਿਆ। ਛੋਟੀ ਜਿਹੀ ਗੱਲ ਨਹੀਂ ਹੈਗੀ 8 ਮਹੀਨੇ। ਅੰਦਰੋਂ ਕੋਈ ਬਾਹਰ ਨਹੀਂ ਤੇ ਬਾਹਰੋਂ ਕੋਈ ਅੰਦਰ ਨਹੀਂ। ਸਰਸਾ ਦੇ ਕੰਢੇ ਤੇ ਪਰਿਵਾਰ ਵਿਛੜ ਗਿਆ। ਚਮਕੌਰ ਦਾ ਵੱਡਾ ਯੁੱਧ ਹੋਇਆ, ਛੋਟੇ ਸਾਹਿਬਜ਼ਾਦੇ ਦੀਵਾਰਾਂ 'ਚ ਚਿਣੇ ਗਏ। ਅਸੀਂ ਇਹ ਗੱਲ ਕਹਿ ਕੇ ਲੰਘ ਜਾਂਦੇ ਹਾਂ, ਪਰ ਗੱਲ ਤੇ ਇਹ ਸੋਚਣੀ ਆ ਕਿ ਗੁਰੂ ਗੋਬਿੰਦ ਸਿੰਘ ਨੂੰ 8 ਮਹੀਨੇ ਘੇਰਾ ਪਾਇਆ ਕਿਉਂ? ਘੇਰਾ ਕਿਹਨਾਂ ਨੂੰ ਪੈਂਦਾ ਜਿਨ੍ਹਾਂ ਦੀ ਕਿਸੇ ਨਾਲ ਲਾਗ ਡਾਡ ਹੋਵੇ? ਮਹਾਰਾਜ ਦਾ ਕੋਈ ਵੱਟ ਬੰਨੇ ਦਾ ਰੌਲਾ ਸੀ ਰਾਜਿਆਂ ਨੂੰ? ਕੋਈ ਪੈਲੀ ਬੰਨੇ ਦਾ ਝਗੜਾ ਹੋਵੇ, ਕੋਈ ਪ੍ਰੋਪਰਟੀ ਦੀ ਲੜਾਈ ਹੋਵੇ, ਫਿਰ ਹੀ ਜਾਂਦੇ ਨੇ 8 ਮਹੀਨੇ ਆ ਕੇ ਘੇਰਾ ਪਾਇਆ ਨਾ ਗੁਰੂ ਕਲਗੀਧਰ ਪਾਤਸ਼ਾਹ ਨੂੰ। ਇਹਦਾ ਮੁੱਢ ਕੀ ਆ? ਇਹਦਾ ਮੁੱਢ ਉਹੀ ਆ ਜਿਸ ਮੁੱਢ ਨੂੰ ਅਸੀਂ ਕਹਿਣ ਤੋਂ ਗੁਰੇਜ ਕਰ ਜਾਂਦੇ ਹਾਂ। ਅਸਲ 'ਚ ਤੁਹਾਡੇ ਤੇ ਸਾਡੇ ਵਰਗੇ ਦੱਬੇ ਕੁਚਲੇ ਗਰੀਬ ਘਰਾਂ ਦੇ ਲੋਕਾਂ ਦੀ ਬਾਂਹ ਫੜਨ ਦਾ ਇਫਜ਼ਾਨਾ ਗੁਰੂ ਕਲਗੀਧਰ ਪਾਤਸ਼ਾਹ ਨੂੰ ਸਰਕਾਰ ਕਹਿੰਦੀ ਇੱਦਾਂ ਭੁਗਤਣਾ ਪਊਗਾ। ਸਰਕਾਰ ਕਹਿੰਦੀ ਮੱਥੇ ਟਿਕਾਓ, ਚੜਾਵੇ ਚੜਾਓ, ਖੀਰਾਂ ਖਾਓ, ਲੰਗਰਾਂ ਦੇ ਵਿੱਚ ਬਹਿ ਕੇ ਬੱਲੇ ਬੱਲੇ ਕਰਾਈ ਜਾਓ, ਕੋਈ ਬੰਦਾ ਤੁਹਾਨੂੰ ਕੁਝ ਨਹੀਂ ਕਹਿੰਦਾ। ਪਰ ਜਿੱਦਣ ਤੁਸੀਂ ਇਹਨਾਂ ਦੀ ਬਾਂਹ ਫੜ ਲਈ ਉਦਣ ਨਤੀਜੇ ਮਾੜੇ ਹੋਣਗੇ। ਇਹਦੇ ਗੱਲ ਅੱਜ ਵੀ ਆ ਨਾ, ਪਿੰਡ ਦੇ ਵਿੱਚ ਨਿਕੰਮੇ ਤੋਂ ਨਿਕੰਮੇ ਲੀਡਰ ਦੀ ਤੁਸੀਂ ਪਾਲਿਸ਼ ਕਰੀ ਜਾਓ, ਉਹਨੂੰ ਫੂਕ ਚਾੜ ਕੇ ਰੱਖੋ, ਤੁਹਾਡਾ ਤੁਸੀਂ ਇੱਕ ਦਿਨ ਕਹਿ ਦਿਓ ਵੀ ਫਲਾਣਾ ਸੋ ਗਲਤ ਕੰਮ ਕਰਦਾ, ਤੁਹਾਡੇ ਤੇ ਪਹਿਲੇ ਦਿਨ ਟੈਗ ਲੱਗੂਗਾ, ਇਹ ਬੰਦਾ ਬੜਾ ਮਾੜਾ ਜੇ, ਇਹ ਮਾੜਿਆਂ ਦੀ ਗੱਲ ਕਰਦਾ ਜੇ, ਨਿਕੰਮਿਆਂ ਦੀ ਗੱਲ ਕਰਦਾ ਜੇ, ਸ਼ੂਦਰਾਂ ਦੀ ਗੱਲ ਕਰਦਾ ਜੇ, ਇਹ ਉਹਨਾਂ ਦੀ ਗੱਲ ਕਰਦਾ ਜੇ। ਮਾੜੇ ਰਾਹ ਤੇ ਪੈ ਕੇ ਤੁਸੀਂ ਲੋਕਾਂ ਦੀ ਸਿਫਤ ਕਰੀ ਜਾਓ, ਤੁਹਾਡੀ ਬੱਲੇ ਬੱਲੇ ਆ। ਜਿੱਦਣ ਸੱਚ ਦੇ ਰਾਹ ਤੇ ਤੁਰੋਗੇ ਉਦਣ ਹੀ ਤੁਸੀਂ ਅੱਤਵਾਦੀ ਜੀ, ਉਦਣ ਹੀ ਤੁਸੀਂ ਵੱਖਵਾਦੀ ਜੀ।
ਇਹ ਸਿੱਖਾਣਾ ਬੜੀ ਵਾਰ ਵਾਪਰਿਆ। ਗੁਰੂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਿਕਾਇਤ ਕਰਕੇ ਹਿੰਦੂ ਰਾਜੇ ਕਹਿਣ ਲੱਗੇ ਔਰੰਗਜ਼ੇਬ ਜਿਹੜਾ ਰਾਹ ਗੁਰੂ ਗੋਬਿੰਦ ਸਿੰਘ ਨੇ ਫੜਿਆ ਨਾ ਤੇਰੇ ਲਈ ਵੀ ਖਤਰਨਾਕ ਹੈ, ਸਾਡੇ ਲਈ ਵੀ ਖਤਰਨਾਕ ਹੈ। ਉਹ ਜਿਨ੍ਹਾਂ ਲੋਕਾਂ ਨੇ ਕਦੀ ਕਰਦਨੀ ਹੱਥ 'ਚ ਫੜ ਕੇ ਵੇਖੀ ਉਹਦੇ ਖੰਡੇ ਚੁੱਕੀ ਫਿਰਦੇ। ਵੇਖੋ ਤਗੜੇ ਬੰਦੇ ਨੂੰ ਸਾੜਾ ਦੇਹੋ ਨਾ ਕਿ ਮਾੜਿਆਂ ਦਾ ਪੁੱਤ ਵੀ ਤਗੜਾ ਹੋ ਕੇ ਸਾਡੇ ਬਰਾਬਰ ਹੋ ਚੱਲਿਆ। ਪਹਿਲਾਂ ਸਾਡਾ ਹੀ ਬੁਲਟ ਘੁੰਮਦਾ ਸੀ, ਇਹਨਾਂ ਵੀ ਮਾੜਾ ਮੋਟਾ ਲੈ ਲਿਆ ਜੀ ਮੋਟਰਸਾਈਕਲ, ਸਾੜਾ ਦੇ ਇਸ ਗੱਲ ਦਾ ਵੀ ਇਹਦਾ ਪੁੱਤ ਪੜ ਕੇ ਸਾਡੇ ਬਰਾਬਰ, ਇਹਦਾ ਦਾਦਾ ਪੜਦਾਦਾ ਸਾਡੀ ਚਾਕਰੀ ਕਰਦਾ ਰਿਹਾ, ਉਹ ਇਹਨਾਂ ਦਾ ਮੁੰਡਾ ਵੀ ਸਾਡੇ ਬਰਾਬਰ, ਈਰਖਾ ਤੇ ਆ ਵੱਡ ਵੱਡ ਖਾਂਦੀ ਆ, ਹੋਰ ਕੋਈ ਈਰਖਾ ਨਹੀਂ। ਬਾਈ ਧਾਰ ਦੇ ਰਾਜੇ ਕਹਿਣ ਲੱਗੇ ਔਰੰਗਜ਼ੇਬ ਬਾਦਸ਼ਾਹ, ਗੁਰੂ ਗੋਬਿੰਦ ਸਿੰਘ ਨੇ ਜਿਹੜੇ ਤਰੀਕੇ ਨਾਲ ਲੋਕਾਂ ਨੂੰ ਜਗਾਉਣਾ ਸ਼ੁਰੂ ਕਰ ਦਿੱਤਾ ਹੈ, ਲੋਕਾਂ 'ਚ ਜਾਗ੍ਰਿਤੀ ਲਿਆਂਦੀ ਆ, ਸਾਡੇ ਪੱਲੇ ਦੇ ਕੱਖ ਨਹੀਂ, ਬਸ ਮਰੇ ਅਸੀਂ ਵੀ ਮਰੇ ਤੇ ਤੂੰ ਵੀ ਮਰਿਆ ਸਮਝ। ਕਹਿੰਦਾ ਕੀਤਾ ਕੀ? ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਮੁਲਕ ਦੀ ਕਾਇਆ ਕਲਪ ਕਰ ਦਿੱਤੀ ਆ। ਇਹ ਦੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੇਣ ਕਦੀ ਨਹੀਂ ਦੇ ਸਕਦਾ। ਇਹ ਵੱਖਰੀ ਗੱਲ ਆ, ਧੱਕੇ ਨਾ ਗਾਂਧੀ ਨੂੰ ਭਾਵੇਂ 100 ਵਾਰੀ ਬਾਪੂ ਆਪਣਾ ਬਣਾਈ ਜਾਣ, ਬਾਪੂ ਗੁਰੂ ਗੋਬਿੰਦ ਸਿੰਘ ਤੋਂ ਇਲਾਵਾ ਇਹਨਾਂ ਦਾ ਹੈ ਕੋਈ ਨਹੀਂ ਆ। ਸਾਡੇ ਬਾਪੂ ਦਾ ਬਾਪੂ ਕਿਤੇ ਚਾਂਦਨੀ ਚੌਂਕ 'ਚ ਨਾ ਚੌਂਕੜਾ ਮਾਰ ਕੇ ਬਹਿੰਦਾ, ਉਹ ਕਿਤੇ ਤੁਹਾਡੇ ਲਾਲ ਕਿਲੇ ਦੇ ਤੁਹਾਡੇ ਝੰਡੇ ਝੂਲ ਜਾਣੇ ਸੀ, ਜਾਂ ਤੁਸੀਂ ਇਰਾਕ ਦਾ ਹਿੱਸਾ ਹੋਣਾ ਸੀ ਤੇ ਜਾਂ ਇਰਾਨ ਦਾ ਹਿੱਸਾ ਹੋਣਾ ਸੀ ਜੇ ਵਿੱਚ ਸਾਡਾ ਬਾਪੂ ਨਾ ਖਲੋਂਦਾ ਆ ਕਿਤੇ। ਸਾਡਾ ਬਾਪੂ ਇਸ ਦੇਸ਼ ਦਾ ਰਾਸ਼ਟਰਪਿਤਾ, ਵੱਖਰੀ ਗੱਲ ਹੈ ਤੁਸੀਂ ਕੌਡੀ ਮੁੱਲ ਨਹੀਂ ਪਾਇਆ, ਸਾਡਿਆਂ ਨੇ ਕਿਹੜਾ ਪਾਇਆ? ਚਲੋ ਉਹਨਾਂ ਦੀ ਗੱਲ ਤੇ ਛੱਡੋ, ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸਰਦਾਰੀਆਂ ਦਿੱਤੀਆਂ ਹੋਣਾ, ਚਾਰ ਪੁੱਤ ਵਾਰ ਕੇ ਸਾਨੂੰ ਆਪਣੇ ਬਣਾਇਆ ਹੋਵੇ ਤੇ ਗੁਰੂ ਨੇ ਔਖਾ ਸੌਖਾ ਟਾਈਮ ਸਾਡੇ ਵਾਸਤੇ ਝੱਲਿਆ ਹੋਵੇ ਤੇ ਅੱਜ ਦਾ ਸਿੱਖ ਛੱਡ ਕੇ ਗੁਰੂ ਕਲਗੀਧਰ ਪਾਤਸ਼ਾਹ ਦਾ ਦੁਆਰਾ ਕਦੇ ਕ੍ਰਿਸ਼ਨਾ ਦੇ ਜਾ ਕੇ ਹਾਲੇਲੂਇਆ ਕਰਦਾ ਫਿਰੇ ਤੇ ਕਦੇ ਜਗਰਾਤੇ ਕਰਦਾ ਫਿਰੇ, ਸਾਨੂੰ ਸੋਚਣਾ ਨਹੀਂ ਚਾਹੀਦਾ? ਕਹਿਣ ਨੂੰ ਅਸੀਂ ਬਾਬਾ ਜੀਵਨ ਸਿੰਘ ਰੰਗਰੇਟੇ ਦੇ ਪੁੱਤ ਹੋਈਏ ਤੇ ਅਸੀਂ ਕਿਹੜੇ ਰਾਹ ਤੁਰੇ ਫਿਰੀਏ? ਜਿਸ ਗੁਰੂ ਨੇ ਸਾਡੇ ਲਈ ਸਾਰਾ ਕੁਝ ਹੀ ਦੇ ਦਿੱਤਾ, ਅਸੀਂ ਰਾਹ ਕਿਹੜਾ ਚੁਣ ਲਿਆ? ਅਸੀਂ ਤੇ ਆਪਣੇ ਗੁਰੂ ਦੇ ਸਕੇ ਨਹੀਂ ਹੋਏ। ਦੇਖੋ ਚਮਕੌਰ ਦੀ ਗੜੀ ਨੂੰ ਕਦੇ ਭੁੱਲਿਓ ਨਾ, ਚਮਕੌਰ ਦੀ ਗੜੀ 'ਚ ਤੁਹਾਡੇ ਗੁਰੂ ਦੇ 40 ਸਿੰਘ ਸਾਹਮਣੇ ਲੇਟੇ ਆ ਤੇ ਗੁਰੂ ਨੇ ਕੋਲ ਖਲੋ ਕੇ ਆਖਿਆ ਸੀ ਸਿੰਘੋ ਤੁਹਾਡੇ ਵਰਗਾ ਕੋਈ ਨਹੀਂ, ਕਿੰਨਾ ਔਖਾ ਟਾਈਮ ਤੁਸੀਂ ਝੱਲਿਆ ਤੇ ਮੈਨੂੰ ਇੱਕ ਵਾਰੀ ਲਾਮਾ ਮਾਰ ਕੇ ਨਹੀਂ ਆਖਿਆ ਮਰੀ ਚੱਲੇ ਆ। ਦੇਖੋ ਚਾਲੀਆਂ ਨੇ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਆਖਿਆ ਵੀ ਜਿੱਦਣ ਦੇ ਤੇਰੇ ਕੋ ਆਏ ਆ ਬਸ ਭੁੱਖ ਨੰਗ ਹੀ ਚੱਲੀ ਜਾਂਦੇ ਹਾਂ, ਕਦੇ ਉੱਧਰੋਂ ਹਮਲਾ ਹੋ ਗਿਆ ਕਦੇ ਇੱਧਰੋਂ ਹਮਲਾ ਹੋ ਗਿਆ ਤੇ ਅੱਜ ਖਾਂਦੇ ਪੀਂਦੇ ਵੀ ਲਾਮੇ ਮਾਰੀ ਜਾਂਦੇ, ਸਾਨੂੰ ਆਹ ਨਹੀਂ ਦਿੱਤਾ, ਸਾਨੂੰ ਉਹ ਨਹੀਂ ਦਿੱਤਾ, ਸਾਨੂੰ ਆਹ ਨਹੀਂ ਮਿਲਿਆ, ਸਾਨੂੰ ਆਹ ਨਹੀਂ ਮਿਲਿਆ, ਅਸੀਂ ਰਾਹ ਕਿਹੜਾ ਚੁਣ ਕੇ ਬੈਠੇ? ਨਾਰੇ ਗੁਰੂ ਕਲਗੀਧਰ ਪਾਤਸ਼ਾਹ ਦੇ ਲਾਈਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਇੰਨਾ ਵੀ ਭਰੋਸਾ ਨਾ ਕਰ ਸਕੀਏ। ਅਸੀਂ ਅੱਜ ਕਹਿੰਦੇ ਹਾਂ ਅਸੀਂ ਜੀ ਫਲਾਣੇ ਧਰਮ ਵਾਲੇ ਨਾ ਫਲਾਣਿਆਂ ਦੇ ਨਿਆਣੇ ਫਰੀ ਪੜਾਉਂਦੇ ਆ, ਸਾਡੇ ਨਿਆਣੇ ਕੋਈ ਪੜਾਉਂਦਾ ਨਹੀਂ, ਸਾਨੂੰ ਕੋਈ ਦੁਕਾਨ ਨਹੀਂ ਪਾ ਕੇ ਦਿੰਦਾ, ਸਾਨੂੰ ਕੋਈ ਲੈਂਟਰ ਨਹੀਂ ਪਾ ਕੇ ਦਿੰਦਾ, ਸਾਨੂੰ ਕੋਈ ਕੰਮ ਨਹੀਂ ਲੱਭ ਕੇ ਦਿੰਦਾ। ਇਹ ਗੱਲਾਂ ਸਿੱਖਾਂ ਨੂੰ ਸ਼ੋਭਾ ਨਹੀਂ ਸੀ ਦਿੰਦੀਆਂ, ਸਿੱਖਾਂ ਦਾ ਕੰਮ ਸੀ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਣ ਨਾਲ, ਮਿਹਨਤ ਕਰ ਮਸ਼ਕਤ ਕਰ। ਅਸੀਂ ਐਵੇਂ ਜਥੇਬੰਦੀਆਂ ਉੱਤੇ ਅਸੀਂ ਐਵੇਂ ਆ ਕੇ ਵੀ ਸ਼੍ਰੋਮਣੀ ਕਮੇਟੀ ਸਾਡੇ ਘਰ ਦਾਣੇ ਸੁੱਟ ਕੇ ਜਾਵੇ, ਕਿਉਂ ਸੁੱਟ ਕੇ ਜਾਵੇ ਭਾਈ? ਅਸੀਂ ਸਿੱਖ ਹਾਂ, ਅਸੀਂ ਦਾਨੀ ਲੋਕ ਆ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧੀਆਂ ਤੇ ਪੁੱਤ ਆ, ਅਸੀਂ ਐਵੇਂ ਬਹਾਨੇ ਨਾਲ ਸਾਡਾ ਤੇ ਆਪਣਾ ਵਿਹੜਾ ਹੀ ਬੜਾ ਵੱਡਾ ਸੀ ਨੱਚਣ ਨੂੰ, ਅਸੀਂ ਐਵੇਂ ਜਾ ਕੇ ਦੂਜੇ ਦੇ ਵਿਹੜੇ 'ਚ ਜਾ ਕੇ ਟਪੂਸੀਆਂ ਮਾਰਨ ਲੱਗ ਪਏ। ਸਾਡਾ ਤੇ ਆਪਣਾ ਗੁਰੂ ਨੇ ਇਤਿਹਾਸ ਐਡਾ ਲੰਮਾ ਚੌੜਾ ਬਣਾਇਆ, ਸਾਡੇ ਕੋਲ ਮੁੱਕਦਾ ਹੀ ਨਹੀਂ ਸੀ।
ਸਿੱਖ ਜੇ ਤੁਸੀਂ ਸਿੱਖ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਚਲੇ ਜਾਣ ਮਗਰ ਮਗਰ ਸਿੱਖ ਤੁਰੇ ਆਉਣ। ਸੱਚੇ ਪਾਤਸ਼ਾਹ ਨੇ ਹੱਥ 'ਚ ਇੱਕ ਵੱਟਾ ਫੜਿਆ, ਉਸ ਵੱਟੇ ਨੂੰ ਖੇਡਦਿਆਂ ਖੇਡਦਿਆਂ ਮਹਾਰਾਜ ਨੇ ਪਾਣੀ 'ਚ ਸੁੱਟ ਦਿੱਤਾ। ਜਦੋਂ ਪਾਣੀ 'ਚ ਸੁੱਟਿਆ ਤੇ ਪਾਣੀ 'ਚੋਂ ਡੁੱਬ ਗਿਆ। ਮਹਾਰਾਜ ਸਿੱਖਾਂ ਨੂੰ ਕਹਿੰਦੇ, ਸਿੱਖੋ ਪੱਥਰ ਡੁੱਬਾ ਕਿਉਂ ਤਰਿਆ ਨਹੀਂ? ਕਿਸੇ ਨੇ ਕੋਈ ਕਾਰਨ ਦੱਸਿਆ ਜੀ ਪੱਥਰ ਭਾਰਾ, ਕੋਈ ਕਹਿੰਦਾ ਜੀ ਪਾਣੀ ਭਾਰਾ, ਕੋਈ ਕਹਿੰਦਾ ਕੁਝ, ਕੋਈ ਕਹਿੰਦਾ ਕੁਝ। ਮਹਾਰਾਜ ਦੇ ਲਾਗੇ ਖਲੋਤਾ ਭਾਈ ਨੰਦ ਲਾਲ, ਕਹਿੰਦਾ ਸੱਚੇ ਪਾਤਸ਼ਾਹ ਮੈਂ ਵੀ ਦੱਸਾਂ ਕੁਝ। ਮਹਾਰਾਜ ਕਹਿੰਦੇ, ਤੂੰ ਵੀ ਦੱਸ ਦੇ ਨੰਦ ਲਾਲ ਕੀ ਚੱਕਰ ਆ। ਕਹਿੰਦਾ ਮਹਾਰਾਜ ਮੈਨੂੰ ਨਹੀਂ ਪਤਾ ਪੱਥਰ ਭਾਰਾ, ਮੈਨੂੰ ਨਹੀਂ ਪਤਾ ਪਾਣੀ ਭਾਰਾ, ਮੈਨੂੰ ਇੰਨਾ ਪਤਾ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਛੁੱਟ ਗਿਆ ਉਹ ਅੱਜ ਵੀ ਡੁੱਬੂਗਾ, ਕੱਲ੍ਹ ਵੀ ਡੁੱਬੂਗਾ, ਉਹ ਬੰਦਾ ਤਰ ਕਦੀ ਨਹੀਂ ਸਕਦਾ। ਮਾਣ ਨਾ ਕਿਆ ਕਰੋ, ਤੁਹਾਡੇ ਕੋਲ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਆ। ਜੇ ਦੇਸ਼ ਨਾ ਹੋਤਾ ਅਗਰ ਪਿਤਾ ਦਸ਼ਮੇਸ਼ ਨਾ ਹੋਤਾ, ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ। ਹੁਣ ਸਭ ਕੀ ਜਿਹਦੇ ਸਾਰੇ ਹੀ ਆ ਜਾਣੇ ਨਾ, ਜਿਹੜੇ ਤਖਤਾਂ ਤੇ ਬੈਠੇ ਆ, ਸਭ ਕੀ ਸੁਨਤ ਹੋਤੀ ਸਭ ਕੀ। ਜੇ ਗੁਰੂ ਗੋਬਿੰਦ ਸਿੰਘ ਵਰਗਾ ਕਲਗੀਧਰ ਵਰਗਾ ਬਾਪੂ ਨਾ ਹੁੰਦਾ, ਸਿੱਖੋ ਕੋਠੀ ਛੋਟੀ ਗੁਜ਼ਾਰਾ, ਜਾਇਦਾਦ ਛੋਟੀ ਗੁਜ਼ਾਰਾ, ਪਰ ਜਿਹਦੇ ਗੁਰੂ ਦੱਸਣ ਦੀ ਗੱਲ ਆਵੇ ਤੇ ਛਾਤੀ ਚੌੜੀ ਕਰਕੇ ਆਖਿਆ ਕਰੋ, ਸਾਡੇ ਕੋਲ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਹੈ। ਸਿੱਖ ਗੁਰੂ ਜੋਗਾ ਤੇ ਗੁਰੂ ਸਿੱਖ ਜੋਗਾ, ਜੋਗੇ ਆਪਣੇ ਦੀ ਜਾਣੀ ਜਾਣ ਰੱਖੇ, ਮਹਾ ਸਿੰਘ ਦਾ ਵੀ ਮੇਰਾ ਗੁਰੂ ਰਾਖਾ, ਮਹਾਰਾਜ ਦੇ ਨੈਣਾ ਚ ਵੇਖੋ ਸੱਚ ਵੇਖੋ ਕਿੰਨਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਵਾਸਤੇ ਸੈਦ ਖਾਨ ਨਾਂ ਦਾ ਜਰਨੈਲ ਆਇਆ। ਜਦੋਂ ਉਹਦੀਆਂ ਅੱਖਾਂ ਨਾਲ ਅੱਖਾਂ ਮਿਲੀਆਂ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ, ਤੇ ਤਲਵਾਰ ਥੱਲੇ ਸੁੱਟ ਕੇ ਕਹਿੰਦਾ ਦਾਤਾ ਮੈਂ ਤੇਰਾ। ਸੈਦ ਖਾਨ ਜਰਨੈਲ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਅੱਖਾਂ ਦੇ ਨਿਸ਼ਾਨੇ ਦੇ ਨਾਲ ਸੈਦੇ ਸ਼ਾਹ ਫਕੀਰ ਬਣਾ ਦਿੱਤਾ। ਹੁਣ ਤੱਕੋ ਦੂਜੇ ਬੰਨੇ ਅੱਖਾਂ ਦੀ ਵੇਖਣੀ ਕਿੱਦਾਂ ਦੀ, ਮਹਾਰਾਜ ਦੀ ਅੰਮ੍ਰਿਤ ਕਿੰਨਾ ਮੇਰੇ ਦਾਤੇ ਦੇ ਨੈਣਾ ਚ। ਹੁਣ ਗੁਰੂ ਕਲਗੀਧਰ ਪਾਤਸ਼ਾਹ ਬੈਠੇ ਆ ਉਹ ਗੋਦਾਵਰੀ ਨਦੀ ਦੇ ਕੰਢੇ ਨਦੇੜ, ਉੱਥੇ ਮਿਲਿਆ ਮਾਧੋ ਦਾਸ ਬੈਰਾਗੀ। ਤੇ ਮਾਧੋ ਦਾਸ ਬੈਰਾਗੀ ਨੇ ਮਹਾਰਾਜ ਦੇ ਅੱਖਾਂ ਚ ਜਦੋਂ ਅੱਖਾਂ ਪਾ ਕੇ ਵੇਖਿਆ, ਮੇਰੇ ਦਾਤੇ ਨੇ ਜਦੋਂ ਨੈਣ ਭਰ ਕੇ ਵੇਖਿਆ ਨਾ, ਤੇ ਮਾਧੋ ਦਾਸ ਬੈਰਾਗੀ ਨੂੰ ਤਲਵਾਰ ਚੁਕਾ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਬਣਾ ਦਿੱਤਾ। ਸੈਦੇ ਸ਼ਾਹ ਫਕੀਰ ਬਣਾਇਆ ਸੈਦ ਖਾਨ ਜਰਨੈਲ ਨੂੰ, ਤੇ ਮਾਧੋ ਦਾਸ ਬੈਰਾਗੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਣਾਇਆ। ਜਰਨੈਲਾਂ ਨੂੰ ਫਕੀਰ ਤੇ ਫਕੀਰਾਂ ਨੂੰ ਜਰਨੈਲ ਗੁਰੂ ਗੋਬਿੰਦ ਸਿੰਘ ਦੀ ਇੱਕੋ ਵੇਖਣੀ ਨੇ ਕਰ ਦਿੱਤਾ, ਇੱਕੋ ਵੇਖਣੀ।
ਸਿੱਖੋ, ਫਖਰ ਕਰੋ ਜਿੰਨਾ ਕਰ ਸਕਦੇ ਹੋ। ਗੁਰੂ ਗੋਬਿੰਦ ਸਿੰਘ ਦਾ ਲੜਨਾ ਕਦੀ ਜ਼ਿੰਦਗੀ 'ਚ ਛੱਡਿਓ। ਦੁਨੀਆਂ ਦੇ ਸੁੱਖ, ਦੁਨੀਆਂ ਦੀ ਕਾਇਨਾਤ, ਦੁਨੀਆਂ ਦੀ ਜਾਇਦਾਦ, ਸਾਰਾ ਕੁਝ ਤੁਹਾਡੇ ਅੱਗੇ ਪਿੱਛੇ ਹੋਵੇਗਾ ਜੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਧੋ ਕੇ ਮਰਾਂਗੇ ਦੁਨੀਆਂ ਤੋਂ। ਇੱਕ ਵਾਰੀ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਕਰੋ, ਹੱਥ ਜੋੜ ਕੇ ਆਖੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਾ। ਔਰੰਗਜ਼ੇਬ ਚਾਹੁੰਦਾ ਰਾਜਿਓ, ਮੰਗ ਕੀ ਆ ਤੁਹਾਡੀ? ਤੇ ਰਾਜਿਆਂ ਨੇ ਆਖਿਆ ਮੰਗ ਕਾਹਦੀ ਆ? ਗੁਰੂ ਗੋਬਿੰਦ ਸਿੰਘ ਨੇ ਹੱਥਾਂ ਨੂੰ ਹੱਥ ਘੜੀਆਂ, ਪੈਰਾਂ ਨੂੰ ਬੇੜੀਆਂ, ਤੇ ਉਹ ਜਿਹੜੇ ਨਵੇਂ ਨਵੇਂ ਕਿਰਪਾਨਾਂ ਪਾ ਕੇ ਤੁਰੇ ਫਿਰਦੇ ਨਾ ਅੱਗੇ ਅੱਗੇ, ਉਹ ਸਾਰੇ ਮਾਰ ਕੇ ਆਨੰਦਪੁਰ ਢਾ ਢੇਰੀ ਕਰਕੇ ਆ, ਤੇਰਾ ਵੀ ਰਾਜ ਗਿਆ ਤੇ ਸਾਡਾ ਵੀ ਰਾਜ ਗਿਆ। ਉਹਨੇ ਆਖਿਆ ਠੀਕ ਹੈ ਜੀ। ਔਰੰਗਜ਼ੇਬ ਨੇ ਉਹ ਜਿਹੜੀ ਚਿੱਠੀ ਸੀ ਉਹ ਭੇਜੀ ਵਜ਼ੀਰ ਖਾਨ ਨੂੰ ਵਾਪਸ, ਸੂਬਾ ਸਰਹੰਦ ਨੂੰ, ਤੇ ਚਿੱਠੀ ਦੇ ਕੇ ਆਖਿਆ ਵਜ਼ੀਰ ਖਾਨ ਆ ਹਿੰਦੂ ਰਾਜੇ ਆਏ, ਇਹਨਾਂ ਦੀ ਗੱਲ ਧਿਆਨ ਨਾਲ ਸੁਣੀ। ਵਜ਼ੀਰ ਖਾਨ ਦੇ ਕੋਲ ਚਿੱਠੀ ਆਈ, ਵਜ਼ੀਰ ਖਾਨ ਨੇ ਚਿੱਠੀ ਪੜ੍ਹੀ, ਰਾਜਿਆਂ ਨੂੰ ਕਹਿੰਦਾ ਦੱਸੋ ਕੀ ਗੱਲ ਆ? ਰਾਜੇ ਕਹਿੰਦੇ ਸਾਨੂੰ ਗੁਰੂ ਗੋਬਿੰਦ ਸਿੰਘ ਨਹੀਂ ਚਾਹੀਦਾ ਸਾਡੇ ਏਰੀਏ 'ਚ, ਜਿਹੜਾ ਗੁਰੂ ਤੁਹਾਡੇ ਲਈ ਪਿਤਾ ਹੱਸ ਕੇ ਦੇ ਦੇਵੇ ਉਹ ਬੰਦਾ ਹੀ ਨਹੀਂ ਚਾਹੀਦਾ ਤੁਹਾਨੂੰ। ਇਹ ਆ ਖਾਨਾ ਬਦੋਸ਼ ਲੋਕਾਂ ਦੀ ਰਾਜਨੀਤੀ। ਵੇਖੋ ਰਾਜੇ ਵੀ ਤੇ ਲੀਡਰ ਹੀ ਆ ਨਾ, ਲੀਡਰ ਹੀ ਦੋ ਬੰਦੇ ਕਰਦੇ ਹੁੰਦੇ ਆ, ਇੱਕ ਜੋ ਭੁੱਖ ਨੰਗ, ਇੱਕ ਹੁੰਦੇ ਆ ਜੱਦੀ ਸਰਦਾਰ ਰਾਜੇ। ਭੁੱਖ ਨੰਗ ਦਾ ਕੰਮ ਕੀ ਆ? ਉਹਦੀ ਸ਼ਿਕਾਇਤ ਉੱਥੇ ਕਰਦੇ, ਉਹਦੀ ਚੁਗਲੀ ਉੱਥੇ ਕਰਦੇ, ਉਹ ਪਿੰਡਾਂ 'ਚ ਬਥੇਰੀ ਤੁਰੀ ਫਿਰਦੀ ਹੈ ਸਾਡੇ, ਜਿੰਨਾ ਪਿੰਡਾਂ 'ਚ ਪੁਆੜੇ ਸਭ ਤੋਂ ਜ਼ਿਆਦਾ ਪਾ ਕੇ ਰੱਖੇ ਆ। ਆ ਚੋਣਾਂ ਆ ਗਈਆਂ ਨਾ ਪੰਚਾਇਤੀ, ਹੁਣ ਉੱਦਾਂ ਹੀ ਕਿਸੇ ਦਾ ਤੁਸੀਂ ਹਾਲ ਚਾਲ ਚੌਂਕ 'ਚ ਖਲੋ ਕੇ ਪੁੱਛ ਲਓਗੇ ਨਾ, ਫਲਾਣਾ ਸਾਹਿਬ ਕਿੱਦਾਂ, ਸੁਣਿਆ ਰਾਤੀ ਠੀਕ ਨਹੀਂ ਹਾਂ, ਉਹਨੇ ਆਪਣਾ ਹਾਲ ਦੱਸਣਾ, ਤੇ ਤਕੜੇ ਲੀਡਰ ਦਾ ਕੋਈ ਨਾ ਕੋਈ ਚਮਚਾ ਚੌਂਕ ਦੇ ਵਿੱਚ ਖਲੋਤਾ ਹੋਣਾ, ਉਹਨੇ ਆਪਣਾ CCTV ਕੈਮਰਾ ਦੂਰੋਂ ਕੱਸ ਕੇ ਤੇ ਸਿੱਧਾ ਫੋਨ ਕਰਨਾ, ਫਲਾਣਾ ਫਲਾਣੇ ਕੋਲ ਖਲੋਤਾ ਹੀ, ਉਹ ਹਾਲ ਚਾਲ ਪੁੱਛਣ ਡਿਆ, ਉਹਨਾਂ ਦਾ ਉੱਦਾਂ ਹੀ ਬੇੜਾ ਗਰ ਕਰਕੇ ਰੱਖ ਦੇਣਾ, ਬਚ ਕੇ ਰਿਹੋ ਭਾਈ ਇਹਨਾਂ ਦੇ ਕੋਲ। ਇਹ ਹੁੰਦੀ ਭੁੱਖੇ ਨੰਗੇ ਲੋਕਾਂ ਦੀ ਲੀਡਰਸ਼ਿਪ, ਜਿਹੜੇ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਭਾਈਚਾਰਾ ਵਿਗਾੜ ਕੇ ਬਹਿ ਜਾਂਦੇ। ਰੱਜੀ ਲੀਡਰਸ਼ਿਪ ਕਿਹੜੀ ਆ? ਮਹਾਰਾਜਾ ਰਣਜੀਤ ਸਿੰਘ ਨੂੰ ਪੁੱਛੋ ਰੱਜੀ ਲੀਡਰਸ਼ਿਪ। ਲੀਡਰ ਹੋਵੇ ਤੇ ਮਹਾਰਾਜਾ ਰਣਜੀਤ ਸਿੰਘ ਵਰਗਾ, ਸ਼ੇਰੇ ਪੰਜਾਬ ਬੈਠਾ ਤੇ ਸ਼ੇਰੇ ਪੰਜਾਬ ਦੇ ਨਾ ਡੌਲੇ ਦੇ ਉੱਤੇ ਕੋਹੇ ਨੂਰ ਹੀਰਾ ਵੱਜਾ, ਦੁਨੀਆਂ ਦਾ ਸਭ ਤੋਂ ਮਹਿੰਗਾ ਹੀਰਾ, ਹੀਰਾ ਵੱਜਾ। ਇੱਥੇ ਇੱਕ ਬੰਦਾ ਆ ਗਿਆ, ਉਹ ਕਹਿੰਦਾ ਮਹਾਰਾਜਾ ਸਾਹਿਬ ਗਲਤ ਆ। ਮਹਾਰਾਜ ਕਹਿੰਦੇ ਕੀ ਹੋਇਆ? ਉਹ ਕਹਿੰਦਾ ਹੀਰਾ ਡੌਲੇ ਤੇ ਨਹੀਂ ਬੰਨੀ ਦਾ, ਹੀਰਾ ਪੱਗ 'ਚ ਬੰਨੀ ਦਾ, ਮੱਥੇ 'ਤੇ ਬੰਨੀ ਦਾ। ਸ਼ੇਰੇ ਪੰਜਾਬ ਕਹਿੰਦਾ ਫਿਰ ਬੋਲੀ। ਉਹ ਕਹਿੰਦਾ ਵੀ ਮਹਾਰਾਜਾ ਸਾਹਿਬ ਤੁਸੀਂ ਗਲਤੀ ਕਰ ਰਹੇ ਜੇ, ਕੋਹੇ ਨੂਰ ਹੀਰਾ ਇਹ ਮੱਥੇ ਤੇ ਬੰਨੀ ਦਾ, ਡੌਲੇ ਤੇ ਨਹੀਂ ਬੰਨੀ ਦਾ। ਤੇ ਸ਼ੇਰੇ ਪੰਜਾਬ ਹੱਸ ਕੇ ਕਹਿੰਦਾ ਉਹ ਮਿੱਤਰਾ ਮੱਥੇ ਤੇ ਉਹ ਬੰਨਦੇ ਆ ਜਿਨ੍ਹਾਂ ਨੇ ਮੱਥੇ ਰਗੜ ਰਗੜ ਕੇ ਲਿਆ ਹੋਊਗਾ, ਪੁੱਤ ਅਸੀਂ ਤੇ ਡੌਲਿਆਂ ਦੇ ਜ਼ੋਰ ਨਾਲ ਲਿਆ, ਅਸੀਂ ਤੇ ਡੌਲੇ ਤੇ ਬੰਨ ਕੇ ਵਿਖਾਵਾਂਗੇ। ਅਸੀਂ ਲੀਡਰਸ਼ਿਪ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਲੀਡਰਸ਼ਿਪ, ਰੱਜੀ ਹੋਈ ਲੀਡਰਸ਼ਿਪ। ਅੱਜ ਤੇ ਲੀਡਰਸ਼ਿਪ ਵੀ ਵੈਸੇ ਧੰਦੇ ਵਾਲਾ ਕੰਮ ਰਹਿ ਗਿਆ ਕਿ ਲੋਕੀ ਆਉਂਦੇ ਹੁੰਦੇ ਫਲਾਣਾ ਸਿਆਂ ਬਣ ਜਾ ਪੰਚ ਸਰਪੰਚ, ਤੇ ਅਗਲਾ ਵੀ ਕਹਿੰਦਾ ਹੁੰਦਾ ਸੀ ਸੇਵਾ ਆਈਆ ਕਰ ਲਈਏ 5 ਸਾਲ। ਹੁਣ ਸੇਵਾ ਸੂ ਵਾਲੀ ਗੱਲ ਨਹੀਂ ਜੇ ਕਿਤੇ ਵੀ ਆ ਗਈ, ਭੁਲੇਖੇ 'ਚ ਨਾ ਰਿਹੋ। ਜਿਹਨੇ 20-25 ਲੱਖ ਜੇਬ 'ਚੋਂ ਲਾਇਆ ਉਹ 25 ਦਾ 35 ਕਰੂਗਾ ਤੇ 5 ਸਾਲਾਂ 'ਚ ਫਿਰ ਰੋਟੀ ਪਕੜੀ, ਤੇ 5 ਸਾਲਾਂ ਬਾਅਦ ਜੁੱਤੀਆਂ ਮਾਰ ਮਾਰ ਘਰਦਿਆਂ ਘਰੋਂ ਕੱਢ ਦੇਣਾ ਵੀ ਤੂੰ ਬਣ ਗਿਆ ਸਰਪੰਚ, ਪੰਚ 25 ਸਾਡਾ ਡੋਬਿਆ ਹੀ ਲਿਆ, 35 ਕਿੱਥੇ ਸਾਡਾ, ਉਹਨੇ ਤਾਂ ਪਹਿਲਾਂ ਆਪਣਾ ਢਿੱਡ ਭਰਨਾ। ਅੱਜ ਤੇ ਲੀਡਰੀ ਰਹਿ ਗਈ ਬਿਜ਼ਨਸਮੈਨਾਂ ਦਾ ਕੰਮ, ਉਹਦੇ ਚੰਦ ਬੰਦੇ ਆ ਜਿਨ੍ਹਾਂ ਨੂੰ ਗੁਰੂ ਨੇ ਰਜੀਵਾਂ ਦਿੱਤਾ, ਜਿਨ੍ਹਾਂ ਨੇ ਘਰੋਂ ਲਾ ਕੇ ਵੀ ਟਾਈਮ ਸਾਰਨਾ। ਹਾਲ ਚੋਣਾਂ ਦੇ ਵਿੱਚ ਵੀ ਤਾਂ 10-10 ਲੱਖ ਦੀ ਲਾਣ ਪਿਆ ਹੀ ਜਾਂਦੇ ਨਾ ਤੁਹਾਡੇ ਪਰਿਵਾਰਾਂ ਦੇ ਵਿੱਚ,
ਤੇ ਜਦੋਂ ਲਾ ਹੁਣ ਮੌਕਾ ਆਇਆ ਤੇ ਹੁਣ ਜੇ ਪਿੰਡ ਦਾ ਕੋਈ ਅੜਿਆ ਫੜਿਆ ਕੰਮ ਰਹਿ ਗਿਆ ਤੇ ਹੁਣ ਜੇਬ ਚੋਂ ਲਾਉਣ ਮਰਨ ਹੱਲੋ ਸਦਾ ਲੋਕਾਂ ਦੇ ਦਿਲਾਂ ਤੇ ਰਾਜ ਕਰਨਗੇ। ਹੁਣ ਇਹਨਾਂ ਕਹਿੰਦਾ ਨਹੀਂ ਨਹੀਂ ਪਿੱਛੋਂ ਫੰਡ ਹੀ ਬੰਦੇ ਆ। ਅੱਛਾ ਹੁਣ ਫੰਡ ਬੰਦੇ ਆ ਤੇ ਲਾਣ ਪਿਆਉਣ ਵਾਲੀ ਫੰਡ ਨਹੀਂ ਬੰਦ। ਉਦੋਂ ਤੇ ਲਿਮਟਾ ਚੁੱਕ ਚੁੱਕ ਕੇ ਪਿਆਤੀ ਸਾਰਾ ਪਿੰਡ, ਨਸ਼ੇ ਰੂੜੀਆਂ ਦੇ ਰੋਲਦਾ, ਨਾਲੀਆਂ 'ਚ ਰੋਲਦਾ, ਲੋਕਾਂ ਦੇ ਬਾਪੂ ਗਵਾਚੇ ਰਹਿਣੇ। ਹੁਣ ਵੇਖਿਓ 6 ਮਹੀਨੇ ਕਿਸੇ ਨੂੰ ਰੇੜੇ 'ਤੇ ਪਾ ਕੇ ਉੱਧਰ ਚੁੱਕੀ ਜਾਣਾ, ਕਿਸੇ ਨੂੰ ਰਿਕਸ਼ੇ 'ਤੇ ਪਾ ਕੇ, ਉਦੋਂ ਤੁਹਾਡਾ ਸਾਡੇ ਘਰ ਨਾ ਰਹਿ ਜੇ ਕਦੇ। ਸੱਲ ਸੱਚੀ ਆ, ਹੋਣਾ ਤੁਹਾਡੇ ਨਾਲ ਇੱਦਾਂ ਹੀ ਆ। ਲੀਡਰਸ਼ਿਪ ਹੋਵੇ ਤੇ ਰੱਜਿਆਂ ਦੀ। ਵਜ਼ੀਰ ਖਾਂ ਬਾਈ ਧਾਰ ਦੇ ਰਾਜਿਆਂ ਨੂੰ ਕਹਿੰਦਾ ਵੀ ਕਿੱਦਾਂ, ਹੁਣ ਬਾਈ ਧਾਰ ਦੇ ਰਾਜੇ ਸਾਰੀ ਭੁੱਖ ਨੰਗ ਇਕੱਠੀ ਹੋਈ, ਜਦੀ ਵੇਖਿਆ ਨੀ ਰਾਜ ਭਾਗ ਉਹਨਾਂ ਨੇ, ਉਹ ਕਹਿਣ ਲੱਗੇ ਵੀ ਗੁਰੂ ਗੋਬਿੰਦ ਸਿੰਘ ਨਹੀਂ ਚਾਹੀਦਾ ਸਾਨੂੰ, ਹੱਥਾਂ ਨੂੰ ਹੱਥ ਘੜੀਆਂ, ਪੈਰਾਂ ਨੂੰ ਬੇੜੀਆਂ, ਖਾਲਸਾ ਪੰਥ ਖਤਮ ਚਾਹੀਦਾ। ਵਜ਼ੀਰ ਖਾਂ ਕਹਿੰਦਾ ਠੀਕ ਹੈ ਤੁਹਾਡੀ ਮੁਹਿੰਮ ਚੱਲੇਗੀ। ਆ ਮੇਰੇ ਦੋ ਜਰਨੈਲ ਬੈਠੇ ਆ ਆ ਸਾਹਮਣੇ, ਇੱਕ ਦਾ ਨਾਂ ਜੇ ਅਦੀਨਾ ਬੇਗ ਤੇ ਇੱਕ ਦਾ ਨਾਂ ਜੇ ਪੈਂਦੇ ਖਾਂ। ਆਹ ਨਾਂ ਚੇਤੇ ਰੱਖਿਓ। ਮੈਂ ਇਹ ਗੱਲ ਪਹਿਲਾਂ ਇਸ ਕਰਕੇ ਦੱਸਣ ਲੱਗਾ, ਕਈ ਵਾਰੀ ਨਾ ਸਟੇਜ ਤੇ ਸਾਰਾ ਪ੍ਰਸੰਗ ਕਹਿ ਜਾਈਏ ਤੇ ਕਈ ਵਾਰੀ ਮਗਰੋਂ ਫੋਨ ਆਉਂਦਾ ਤੇ ਜਾਂ ਸਾਨੂੰ ਬਾਅਦ 'ਚ ਪੁੱਛ ਲੈਂਦੇ ਆ, ਕਿਉਂਕਿ ਜਿਨ੍ਹਾਂ ਨੇ ਇਤਿਹਾਸ ਚੰਗੀ ਤਰ੍ਹਾਂ ਪੜ੍ਹਿਆ ਉਹਨਾਂ ਨੂੰ ਇਹ ਆ ਕਿ ਪੈਂਦੇ ਖਾਂ 6ਵੇਂ ਪਾਤਸ਼ਾਹ ਦੇ ਵਕਤ ਹੋਇਆ, ਜਿਹੜਾ ਕਰਤਾਰਪੁਰ ਮਾਰਿਆ ਸੀ ਗੁਰੂ ਹਰਗੋਬਿੰਦ ਮਹਾਰਾਜ ਨੇ। ਇੱਕ ਪੈਂਦੇ ਖਾਂ ਉਹ ਆ। ਆਹ ਜਿਹੜਾ ਬੰਦਾ ਵਾ ਇਹਨੂੰ ਪੈਂਦੇ ਖਾਂ ਵੀ ਕਹਿ ਲੈਂਦੇ ਆ, ਪੈਂਡੇ ਖਾਂ ਵੀ ਕਹਿ ਲੈਂਦੇ ਆ, ਬਸ ਡਿਫਰੈਂਸ ਪਾਇਆ ਅਸਲ 'ਚ ਬੰਦਾ ਪੈਂਦੇ ਖਾਂ ਹੀ ਆ। ਪੈਂਦੇ ਖਾਂ ਨਾਂ ਦੇ ਦੋ ਬੰਦੇ ਆ, ਇੱਕ 6ਵੇਂ ਪਾਤਸ਼ਾਹ ਦੇ ਵਕਤ ਆ, ਇੱਕ 10ਵੇਂ ਪਾਤਸ਼ਾਹ ਦੇ ਵਕਤ ਆ। ਇਹ ਗੱਲ ਮੈਂ ਇਸ ਕਰਕੇ ਦੱਸੀ ਆ, ਨਾਵਾਂ ਵਰਗੇ ਨਾਂ ਹੁੰਦੇ, ਜ਼ਰੂਰੀ ਨਹੀਂ ਜੇ ਗੁਰਮੁਖ ਸਿੰਘ ਏਕਿਆ ਦੇ ਸਾਰੇ ਪਿੰਡ 'ਚ ਕੋਈ ਗੁਰਮੁਖ ਸਿੰਘ ਹੋਊਗਾ, ਗੁਰਮੁਖ ਸਿੰਘ ਹੋਰ ਵੀ ਤੇ ਹੋ ਸਕਦਾ ਹੈ ਨਾ ਕੋਈ। ਵਜ਼ੀਰ ਖਾਂ ਵੀ ਦੋ ਆ, ਇੱਕ ਵਜ਼ੀਰ ਖਾਂ ਸਾਹਿਬਜ਼ਾਦਿਆਂ ਨੂੰ ਕਤਲ ਕਰਦਾ, ਇੱਕ ਵਜ਼ੀਰ ਖਾਂ 6ਵੇਂ ਪਾਤਸ਼ਾਹ ਦਾ ਸ਼ਰਧਾਲੂ ਹੋਇਆ, ਵਜ਼ੀਰ ਖਾਂ ਉਹਦਾ ਵੀ ਨਾਂ ਸੀ। ਨਾਵਾਂ ਵਰਗੇ ਨਾਂ ਹੋਇਆ ਕਰਦੇ ਆ। ਵਜ਼ੀਰ ਖਾਂ ਕਹਿੰਦਾ ਆ ਬੈਠੇ ਆ ਮੇਰੇ ਦੋ ਬੰਦੇ। ਗੁਰੂ ਗੋਬਿੰਦ ਸਿੰਘ ਲੱਖ ਤਗੜਾ ਹੋਵੇ, ਲੱਖ ਯੋਧਾ ਜਰਨੈਲ ਬਹਾਦਰ ਹੋਵੇ, ਪਰ ਮੇਰੇ ਅਦੀਨਾ ਬੇਗ ਤੇ ਪੈਂਦੇ ਖਾਂ ਦਾ ਗੁਰੂ ਗੋਬਿੰਦ ਸਿੰਘ ਕੋਲੋਂ ਮੁਕਾਬਲਾ ਨਹੀਂ ਹੋਣਾ ਇਹ ਜਾਣਗੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜ ਕੇ ਮੇਰੇ ਕੋਲ ਲੈ ਆਉਣਗੇ। ਹਿੰਦੂ ਰਾਜਿਆਂ ਨੇ ਸੋਚਿਆ ਵੀ ਅੱਗ ਅਸੀਂ ਬਾਲੀਏ ਤੇ ਸੇਕੇ ਕੋਈ, ਵੀ ਕਲੇ ਦਾ ਮੁੱਢ ਤੇ ਅਸੀਂ ਬੰਨਿਆ, ਪਵਾੜਾ ਸਾਰਾ ਅਸੀਂ ਪਾਇਆ, ਤੇ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਟੌਰ ਤੇ ਇਹਨਾਂ ਦਾ ਬਣ ਗਿਆ। ਉਹ ਕਹਿੰਦੇ ਨਹੀਂ ਨਹੀਂ ਅਸੀਂ ਵੀ ਨਾਲ ਜਾਣਾ ਹੈ, ਅਸੀਂ ਵੀ ਨਾਲ ਜਾਵਾਂਗੇ। ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਫੜਿਓ, 100 ਵਾਰੀ ਫੜ ਕੇ ਲੈ ਆਇਓ, ਪਰ ਆਨੰਦਪੁਰ ਵਿੱਚੋਂ ਜਿੰਨੀ ਲੁੱਟ ਦਾ ਮਾਲ ਮਿਲਣਾ ਨਾ, ਰਾਜੇ ਕਹਿੰਦੇ ਅਸੀਂ ਘਰਾਂ ਨੂੰ ਪੰਡਾਂ ਬੰਨ ਕੇ ਖੜਨਾ ਜੇ, ਉਹਨਾਂ ਦੀ ਜਾਣੇ ਬਲਾ। ਉਹ ਤੁਸੀਂ ਆਨੰਦਪੁਰ ਵਾਲ ਨੂੰ ਮੂੰਹ ਤੇ ਕਰੋ, ਜੇ ਤੁਹਾਡੀਆਂ ਨਾ ਸਰਦਾਰਾਂ ਨੇ ਪੰਡਾਂ ਬੰਨ ਬੰਨ ਕੇ ਤੋਰੀਆਂ ਤੇ ਫੇਰ ਆਖਿਓ, ਅਦੀਨਾ ਬੇਗ ਤੇ ਪੈਂਦੇ ਖਾਂ 40,000 ਫੌਜ ਲੈ ਕੇ ਗੁਰੂ ਕਰਗੀ ਧਰ ਪਾਤਸ਼ਾਹ ਤੇ ਹਮਲਾਵਰ ਇੰਜੋ।
ਲਸ਼ਕਰ ਭਾਰੇ ਨੇਜੇ ਬੱਚੇ ਹੱਥਾਂ ਵਿੱਚ ਨੇਜੇ ਬੱਚੇ ਹੱਥਾਂ ਵਿੱਚ
ਸਾਰੀ ਸੰਗਤ ਹੱਥ ਜੋੜ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ। ਤੁਸੀਂ ਸਰਵਣ ਕਰ ਰਹੇ ਹੋ ਖਾਲਸੇ ਪੰਥ ਦੀ ਸਾਜਨਾ ਤੋਂ ਬਾਅਦ ਤੁਰੰਤ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਜਿਹੜਾ ਦੁਸ਼ਮਣ ਨੇ ਹਮਲਾ ਕਰਨਾ ਹੈ। 14 ਜੰਗਾਂ ਵਿੱਚੋਂ ਇਹ ਜੰਗ ਖਾਲਸੇ ਦੀ ਪਹਿਲੀ ਜੰਗ ਆ। ਦੇਖੋ ਜੰਗਾਂ ਪਹਿਲਾਂ ਵੀ ਹੋਈਆਂ ਨੇ, ਭੰਗਾਣੀ ਹੋ ਚੁੱਕਾ ਹੈ, ਨਦੌਣ ਹੋ ਚੁੱਕਾ ਹੈ, ਪਰ ਉਹਨੂੰ ਖਾਲਸੇ ਦੀ ਜੰਗ ਨਹੀਂ ਕਹਿੰਦੇ। ਖਾਲਸੇ ਦੀ ਪਹਿਲੀ ਜੰਗ ਉਦਨ ਹੋਣੀ ਆ ਜਿੱਦਣ ਖਾਲਸੇ ਦੀ ਸਾਜਨਾ ਤੋਂ ਬਾਅਦਾ ਪਹਿਲੀ ਲੜਾਈ ਲੜੀ ਜਾਊਗੀ। ਖਾਲਸੇ ਦੀ ਤੁਰੰਤ ਸਾਜਨਾ ਤੋਂ ਬਾਅਦਾ ਇਹ ਪਹਿਲਾ ਹਮਲਾ ਜਿਹੜਾ ਆਨੰਦਪੁਰ ਸਾਹਿਬ ਹੋਣ ਲੱਗਾ। 20,000 ਬੰਦਾ ਲੈ ਕੇ ਅਦੀਨਾ ਬੇਗ ਤੇ ਪੈਂਦੇ ਖਾਂ ਤੁਰ ਪਏ। ਬਾਈ ਧਾਰ ਦੇ ਰਾਜੇ ਜੈ ਜੈ ਮਈਆ ਹਰ ਹਰ ਮਹਾਂਦੇਵ ਨਾਲ ਕਰਦੇ ਆਉਣ। ਉਹ ਸਭ ਤੋਂ ਜ਼ਿਆਦਾ ਅੱਗੇ ਹੋ ਕੇ ਨੱਚਣ ਤੇ ਜਿੱਥੇ ਕਦੇ ਪੜਾਅ ਹੋਵੇ ਨਾ, ਹੁਣ ਜਿਹੜਾ ਭਲਵਾਨ ਆਪ ਡਰਾਕਲ ਹੋਵੇ ਨਾ ਜਿਹੜਾ ਬੰਦਾ, ਉਹ ਦੂਜੇ ਨੂੰ ਹੌਸਲਾ ਦੇ ਦੇ ਕੇ ਆਪਣੇ ਨੂੰ ਵੀ ਹੌਸਲਾ ਦਿੰਦਾ ਹੁੰਦਾ ਨਾਲ। ਡਰਦਾ ਉਹ ਆਪ ਹੁੰਦਾ ਤੇ ਪੈਰ ਦੂਜੇ ਦੇ ਬੰਨਦਾ ਬੰਦਾ, ਸੋਚੋ ਆਪਣਾ ਮਨ ਤਗੜਾ ਕਰਨ ਲਿਆਂਦਾ। ਰਾਜਿਆਂ ਨੂੰ ਡਾਂਗ ਬੜੀ ਵਾਰੀ ਫਿਰ ਗਈ ਇੱਥੋਂ। ਉਹਨਾਂ ਨੂੰ ਪਤਾ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਲੜਨਾ ਤੇ ਬੜਾ ਔਖਾ, ਚਲੇ ਤੇ ਚੱਲੇ ਆ, ਵੇਖੋ ਕਿਹੜੇ ਭਾਅ ਪੈਂਦੀ ਆ। ਗੁਰੂ ਕਹਿੰਦੇ ਨਵੀਂ ਫੌਜ ਬਣਾ ਕੇ ਬੈਠਾ, ਗੁਰੂ ਨੇ ਨਵੇਂ ਬਹਾਦਰ ਤਿਆਰ ਕੀਤੇ ਆ, ਵੇਹਨੇ ਆ। ਉਹ ਜਿੱਥੇ ਕਦੇ ਪੜਾਅ ਹੋਵੇ ਨਾ ਪੈਂਦੇ ਖਾਂ ਤੇ ਅਦੀਨਾ ਬੇਗ ਨੂੰ ਪਤਾ ਕੀ ਕਿਆ ਕਰਨ ਹਿੰਦੂ ਰਾਜੇ, ਪੈਂਦੇ ਖਾਂ ਸਾਹਿਬ ਤੁਸੀਂ ਪਠਾਣਾ ਦੇ ਪੁੱਤ, ਅਸੀਂ ਰਾਜਪੂਤ ਕਸ਼ਤਰੀਆਂ ਦੇ ਪੁੱਤ, ਸਬੂਤਾ ਸਬੂਤਾ ਦੁੰਬਾ ਖਾ ਜਾਣ ਵਾਲੇ। ਉਹ ਅਗਲੇ ਬੰਨੇ ਕੜਾਹ ਖਾ ਗਏ ਤੇ ਮਾਂ ਦੀ ਦਾਲ ਤੇ ਲੜਨ ਵਾਲੇ ਬੰਦੇ। ਹੁਣ ਕੜਾਹ ਖਾਣਿਆਂ ਨੂੰ ਮਾਂ ਦੀ ਦਾਲ ਤੇ ਗੁਜ਼ਾਰਾ ਕਰਨ ਵਾਲਿਆਂ ਨੂੰ ਕੀ ਪਤਾ ਪਠਾਣਾ ਦਾ ਮੁਕਾਬਲਾ ਕਿੱਦਾਂ ਕਰੀਦਾ। ਉਹ ਜਿੱਤੇ ਖਲੋਣ ਏਦਾਂ ਆਖਿਆ ਕਰਨ, ਉਹ ਜੋ ਵੱਟਾਂ ਤੋਂ ਘਾ ਖੋਤਣ ਵਾਲਾ ਗੁਰੂ ਨੇ ਫੌਜ ਇਕੱਠਾ ਕੀਤਾ, ਜਿਹੜੇ ਕੱਲ ਤੱਕ ਪੈਲੀਆਂ ਚੋਂ ਲਿੱਦਣ ਕੱਢਦੇ ਫਿਰਦੇ ਸੀ, ਉਹ ਸਾਡੇ ਨਾਲ ਲੜਨਗੇ। ਹੁਣ ਰਾਜਿਆਂ ਦੀ ਜਾਣੇ ਬਲਾ ਵੀ ਇਤਿਹਾਸ ਜਦੋਂ ਵੀ ਬਣਾਇਆ ਵੱਟਾਂ ਤੋਂ ਘਾ ਖੋਤਣ ਵਾਲਿਆਂ ਹੀ ਬਣਾਇਆ, ਠੰਡੇ ਏਸੀਆਂ ਥੱਲੇ ਸੌਣ ਵਾਲਿਆਂ ਥੋੜਾ ਬਣਾਇਆ। ਜਿਹੜੇ ਪੈਲੀਆਂ ਚੋਂ ਲਿੱਦਣ ਕੱਢਦੇ ਰਹੇ ਉਹਨਾਂ ਵਜ਼ੀਰ ਖਾਂ ਦੇ ਨੱਕ 'ਚ ਨਕੇਲ ਪਾਇਆ, ਇਹ ਮੋਦੀ ਵੀ ਬੂਹੇ ਤੇ ਜਾ ਕੇ ਉਹਨਾਂ ਹੀ ਢਾਇਆ। ਹੇ ਜਿਹੜੇ ਪੈਲੀਆਂ ਚੋਂ ਲਿੱਦਣ ਕੱਢਦੇ ਰਹੇ, ਹੇ ਆਮ ਲੋਕਾਂ ਦੀ ਕਿਸਾਨਾਂ ਦੀ ਜਦੋਂ ਸ਼ਕਤੀ ਇਕੱਠੀ ਹੁੰਦੀ ਹੈ, ਜਦੋਂ ਕਿਸਾਨ ਤੇ ਮਜ਼ਦੂਰ ਰਲਦਾ ਹੈ ਨਾ, ਫਿਰ ਇਤਿਹਾਸ ਬਦਲਦਾ ਤੇ ਬਦਲ ਕੇ ਵਿਖਾਇਆ ਕਈ ਵਾਰੀ। ਜਦੋਂ ਪੈਰ ਪੈਰ ਤੇ ਹਿੰਦੂ ਰਾਜੇ ਆਹ ਗੱਲ ਸਮਝਾਉਣ, ਪੈਂਦੇ ਖਾਂ ਗੁਰੂ ਦਾ ਪਾਸਾ ਬੜਾ ਮਾੜਾ, ਧਿਰ ਬੜੀ ਮਾੜੀ ਆ, 2 ਘੰਟੇ ਦੀ ਮਾਰ ਏ। ਅਦੀਨਾ ਬੇਗ ਪੈਂਦੇ ਖਾਂ ਨੂੰ ਪਾਸੇ ਕਰਕੇ ਕਹਿੰਦਾ, ਪੈਂਦੇ ਖਾਂ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਤੇ ਜ਼ਿਆਦਾ ਜੋਸ਼ ਨਹੀਂ ਖਾਣਾ, ਜੇ ਇੰਨੀ ਕਰਤੂਤ ਦੇ ਮਾਲਕ ਹੁੰਦੇ ਤੇ ਸਾਡੇ ਵੱਲ ਕਿਉਂ ਭਾਈ ਦੇ ਆਪ ਨਾਲ ਲੜਦੇ ਅੱਗੇ ਹੋ ਗਏ। ਕਈ ਵਾਰੀ ਗੁਰੂ ਨੇ ਤੇ ਗੁਰੂ ਦੇ ਸਿੱਖਾਂ ਨੇ ਇਹਨਾਂ ਦੀਆਂ ਨਾਸਾਂ ਚੋਂ ਧੂੰਆਂ ਕੱਢਿਆ, ਐਤਕੀ ਭੱਜੇ ਹੀ, ਇਹ ਟੱਬਰ ਹੈਗਾ ਹੀ ਉਂਗਲ ਲਾ ਕੇ ਭੱਜਣ ਵਾਲਿਆਂ ਚੋਂ, ਤੇ ਇਹ ਪਾਸੇ ਹੋ ਗਏ ਤਮਾਸ਼ਾ ਵੇਂਦੇ ਹੁੰਦੇ। ਇਹ ਬੰਦੇ ਤੁਹਾਨੂੰ ਹਰ ਜਗ੍ਹਾ ਹੀ ਮਿਲ ਜਾਣਗੇ ਉਂਗਲ ਲਾ ਕੇ ਤਮਾਸ਼ਾ ਵੇਖਣ ਵਾਲੇ। ਉਹ ਬੰਦਾ ਸੀ ਨਾ ਪਿੰਡ 'ਚ ਕੋਈ, ਉਹਦੇ ਕੋਲ ਖਲੋਵੇ ਕੋਈ ਨਾ, ਉਹਨੇ ਜਿੱਥੇ ਖਲੋਣਾ ਉੱਥੇ ਕਲੇ ਦਾ ਮੁੱਢ ਬੰਨੀ ਜਾਣਾ, ਜਿੱਥੇ ਖਲੋਣਾ ਉੱਥੇ 2 ਬੰਦੇ ਲੜਾ ਦਿਆ ਕਰਨੇ, ਸ਼ੈਤਾਨ ਹੀ ਆਪ ਉਹਨੇ ਪਾਸੇ ਹੋ ਜਾ ਕਰਨਾ। ਇੱਕ ਦਿਨ ਉਹ ਮਾੜੀ ਕਿਸਮਤ ਬਾਣੀਆਂ ਦੀ ਦੁਕਾਨ 'ਤੇ ਚਲ ਗਿਆ, ਤੈਨੂੰ ਕਵਾਵੇ ਕੋਈ ਨਾ, ਬਾਣੀਆਂ ਡਰੇ ਇਹ ਆ ਦੇ ਗਿਆ, ਇਹ ਕੋਈ ਨਾ ਕੋਈ ਪੰਗਾ ਪਾ ਕੇ ਜਾਊ। ਬਾਣੀਆਂ ਚੁੱਪ ਕਰਕੇ ਖਲੋਤਾ ਤੇ ਉਹ ਬੰਦਾ ਜਿਹੜਾ ਇਹ ਵੇਖੇ ਤਾਂ ਠਾਂ ਵੀ ਬਾਣੀਆਂ ਬੋਲਦਾ ਨਹੀਂ, ਉਹ ਇੱਧਰ ਉੱਧਰ ਦੁਕਾਨ 'ਚ ਤੁਰਨ ਫਿਰਨ ਲੱਗਾ ਤੇ ਇੱਕ ਪੀਪੇ 'ਚ ਨਾ ਸੀਰਾ ਪਿਆ ਹੈ, ਉਹਨੇ ਉਂਗਲ ਡੋਬ ਕੇ ਨਾ ਮਿੱਠੇ ਵਾਲੀ ਤੇ ਕੰਧ 'ਤੇ ਲਾ ਤੀ, ਜਿਹਨੂੰ ਕਹਿੰਦੇ ਉਂਗਲ ਲਾ ਕੇ ਤਮਾਸ਼ਾ ਵੇਖਣਾ। ਉਹਨੇ ਉਂਗਲ ਲਾ ਕੇ
ਤੇ ਆਪ ਪਛਾਂ ਹੋ ਗਏ ਖਲੋ ਗਿਆ। ਬਾਣੀਆਂ ਦੀ ਕਿਸਮਤ ਬਾੜੀ ਬਾੜਾ ਟੇ ਬਾਣੀਆਂ ਟੇਢਾ ਟੇਢਾ ਵੇਖ ਕੇ ਵੀ ਇਹਦੇ ਹੱਥ ਨਚਵੇ ਰਹਿੰਦੇ ਨਹੀਂ ਹੈ, ਕੁਝ ਨਾ ਕੁਝ ਕਰੂ ਜ਼ਰੂਰ, ਕਿਉਂਕਿ ਇਹਦਾ ਕੰਮ ਆ ਕਲੇ ਦਾ ਮੁੱਢ ਬੰਨ ਕੇ ਰੱਖਣਾ, ਪਿੰਡ 'ਚ ਸਭ ਤੋਂ ਜ਼ਿਆਦਾ ਬਦਨਾਮ ਆ। ਬਾਣੀਆਂ ਦੀ ਕਿਸਮਤ ਮਾੜੀ, ਮੱਖੀਆਂ ਆ ਗਏ ਤੇ ਮਿੱਠੇ ਤੇ ਬਹਿ ਗਈਆਂ, ਮੱਖੀਆਂ ਮਿੱਠੇ ਤੇ ਬਹਿ ਗਈਆਂ। ਹੁਣ ਮੱਖੀਆਂ ਵੇਖ ਕੇ ਤੇ ਕੋੜ ਕਿਰਲੀਆਂ ਨੂੰ ਚਾਅ ਚੜ ਗਿਆ, ਹੁਣ ਕੋੜ ਕਿਰਲੀਆਂ ਆਪਣਾ ਸ਼ਿਕਾਰ ਲੱਭਣ ਆ ਗਈਆਂ। ਤੇ ਜਦੋਂ ਕੋੜ ਕਿਰਲੀਆਂ ਸ਼ਿਕਾਰ ਲੱਭਣ ਵਾਸਤੇ ਆਈਆਂ ਤੇ ਇੱਧਰ ਕਿਸਮਤ ਮਾੜੀ ਬਾਣੀਏ ਦੀ ਦੁਕਾਨ ਵਿੱਚੋਂ ਬੋਰੀ ਦੇ ਮਗਰਲੇ ਬੰਨੇ ਇੱਕ ਚੂਹਾ ਭੱਜਦਾ ਫਿਰੇ ਇੱਧਰ ਉੱਧਰ, ਚੂਹਾ। ਉਸ ਚੂਹੇ ਦਾ ਸ਼ਿਕਾਰ ਕਰਨ ਵਾਸਤੇ ਬਾਣੀਏ ਨੇ ਬਿੱਲੀ ਰੱਖੀ, ਉਹ ਬਿੱਲੀ ਚੂਹੇ ਵਾਲੂ ਭੱਜੀ। ਇੰਨੇ ਚਿਰ ਨੂੰ ਇੱਕ ਗਾਹਕ ਆ ਗਿਆ ਦੁਕਾਨ ਉੱਤੇ ਜਿਹਦੇ ਕੋਲ ਕੁੱਤਾ ਬੜਾ ਤਗੜਾ, ਕੁੱਤੇ ਨੇ ਬਿੱਲੀ ਵੇਖੀ, ਉਹਨੇ ਝਪਟਾ ਮਾਰ ਕੇ ਤੇ ਬਿੱਲੀ ਮਾਰ ਦਿੱਤੀ। ਜਦੋਂ ਬਿੱਲੀ ਮਾਰ ਦਿੱਤੀ ਤੇ ਬਾਣੀਏ ਨੇ ਫੜਿਆ ਲਾਗੋਂ ਵੱਟਾ ਦਿਓ ਗਾਹਕ ਦੇ ਸਿਰ 'ਚ ਮਾਰ ਦਿੱਤਾ। ਤੋੜੇ ਕਿੱਧਰ ਰਿੜਦੇ ਫਿਰਨ, ਪਤੀਲੇ ਕਿੱਧਰ ਰਿੜਦੇ ਫਿਰਨ, ਛਾਬੇ ਕਿਤੇ ਭੱਜੇ ਫਿਰਨ। ਉਹ ਜਿਹੜਾ ਉਂਗਲ ਲਾ ਕੇ ਖਲੋਤਾ ਹੈ ਨਾ, ਉਹ ਨਾਲੇ ਹੱਸ ਕੇ ਕਹਿੰਦਾ, ਅੱਜ ਤੇ ਮੈਂ ਕੁਝ ਨਹੀਂ ਆਖਿਆ, ਮੇਰਾ ਤੇ ਨਾਂ ਹੀ ਲੱਗਦਾ, ਮੇਰਾ ਤੇ ਨਾਂ ਹੀ ਲੱਗਦਾ ਸੀ। ਇਹ ਗੱਲ ਆ ਉਂਗਲ ਲਾ ਕੇ ਤਮਾਸ਼ਾ ਵੇਖਣ ਵਾਲਿਆਂ ਦੀ, ਬਚ ਕੇ ਰਹੋ, ਜਿੰਨਾ ਬਚਿਆ ਜਾਂਦਾ ਤੁਹਾਨੂੰ ਹਰ ਜਗ੍ਹਾ ਹੀ ਮਿਲ ਜਾਣਗੇ, ਹਰ ਜਗ੍ਹਾ, ਮੇਲੇ, ਮੱਸਿਆ, ਸੰਗਰਾਂਦ, ਹਸਪਤਾਲ, ਚੌਂਕ 'ਚ, ਮਹੱਲੇ 'ਚ, ਪਿੰਡ 'ਚ, ਸ਼ਹਿਰ 'ਚ, ਕੌਮ 'ਚ, ਸਾਡੀ ਕੌਮ 'ਚ ਬਥੇਰੇ ਹਰ ਜਗ੍ਹਾ ਹੀ ਹੈਗੇ ਆ ਬੰਦੇ। ਅਦੀਨਾ ਬੇ ਕਹਿੰਦਾ ਪੈਂਦੇ ਖਾਂ, ਇਹ ਟੱਬਰ ਹੈਗਾ ਜੀ ਤਮਾਸ਼ਾ ਵੇਖਣ ਵਾਲਾ। ਜਦੋਂ ਸਿੱਖਾਂ ਨੇ ਵਰਾਈਆਂ ਨਾ ਅਗਲੇ ਬੰਨਿਓ, ਇਹ ਪੈਂਦੀਆਂ 'ਚ ਭੱਜਣੇ, ਅਤੇ ਹਿੰਦੂ ਰਾਜੇ ਕਹਿੰਦੇ ਪੈਂਦੇ ਖਾਂ ਡਰੀ ਨਾ, ਜਿੰਨਾ ਚਿਰ ਅਸੀਂ ਨਾਲ ਆ ਉਹਨਾਂ ਚਿਰ ਗੱਲ ਵਿਗੜਨ ਨਹੀਂ ਦਿੰਦੇ। ਗੁਰੂ ਘਰ ਦਾ ਇੱਕ ਜਸੂਸ ਆ, ਇਹਦਾ ਨਾਮ ਆ ਭਾਈ ਕੁਲਦੀਪ ਸਿੰਘ। ਉਹਨੇ ਆ ਕੇ ਮਹਾਰਾਜ ਨੂੰ ਦੱਸਿਆ, ਕਹਿੰਦਾ ਸੱਚੇ ਪਾਤਸ਼ਾਹ, 40,000 ਬੰਦਾ ਤੁਹਾਨੂੰ ਫੜਨ ਵਾਸਤੇ ਆ ਰਿਹਾ। ਮਹਾਰਾਜ ਆਪਣੀ ਤਿਆਰੀ ਕੀ ਕਹਿੰਦੀ ਆ, ਸੱਚੇ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਦਾ ਘਰ ਆ, ਸ਼ੀਸ਼ੇ ਵਰਗਾ, ਵਿੰਗਾ ਮੂੰਹ ਬਣਾਉ ਤੇ ਵਿੰਗਾ ਹੀ ਦਿਸੂ, ਜੇ ਸਿੱਧਾ ਬਣਾਉਣਗੇ ਤੇ ਸਿੱਧਾ, ਜੇ ਸਿੱਧੇ ਹੋ ਗਏ ਆਉਣਗੇ ਤੇ ਸਿੱਧੇ ਆ, ਜੇ ਵਿੰਗੇ ਹੋ ਗਏ ਆਉਣਗੇ ਤੇ ਵਿੰਗੇ ਹੋ ਜਾਣਗੇ। ਤਿਆਰੀ ਕਰੋ, ਦੱਸ ਦਿਓ ਇਹਨਾਂ ਨੂੰ ਵੀ ਜੱਟ, ਬੂਟ, ਛੀਂਬੇ, ਨਾਈ, ਝੂਰ, ਜਦੋਂ ਇੱਕ ਝੰਡੇ ਥੱਲੇ ਹੋ ਕੇ ਲੜਨਾ, ਵੱਡਿਆਂ ਵੱਡਿਆਂ ਸਿਆਸਤਦਾਨਾਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੰਦੇ ਆ, ਲਓ ਜੀ ਆਨੰਦਪੁਰ ਦੀ ਧਰਤੀ ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਬਹਾਦਰ ਵਧੇ। ਅੱਗੇ ਅੱਗੇ ਪੰਜ ਪਿਆਰੇ, ਭਾਈ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮਾਨ ਸਿੰਘ, ਮੋਹਕਮ ਸਿੰਘ ਵਰਗੇ, ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਲੈ ਕੇ ਸਾਹਿਬਜ਼ਾਦਾ ਅਜੀਤ ਸਿੰਘ, 14 ਸਾਲਾਂ ਦਾ ਮੁੰਡਾ, ਅਣਦਾੜੀਆ ਜੇ ਸੀ ਬਿਲਕੁਲ, ਸਾਹਿਬਜ਼ਾਦਾ ਅਜੀਤ ਸਿੰਘ, ਉਹ ਵੀ ਕਹਿੰਦਾ ਪਿਤਾ ਜੀ ਮੈਂ ਵੀ ਜਾਣਾ ਮੈਦਾਨੇ ਜੰਗ ਨੂੰ। ਸੱਚੇ ਪਾਤਸ਼ਾਹ ਨੇ ਮੁਸਕਰਾ ਕੇ ਮੋਢੇ ਤੇ ਹੱਥ ਰੱਖ ਕੇ ਆਖਿਆ, ਪੁੱਤ ਜਦੋਂ ਵੱਡੇ ਪੇਪਰ ਦੀ ਤਿਆਰੀ ਕਰਨੀ ਹੋਵੇ ਤੇ ਛੋਟੇ ਤੋਂ ਸ਼ੁਰੂ ਹੋਈਦਾ, ਬੇਟਾ ਤੇਰਾ ਇਮਤਿਹਾਨ ਬੜਾ ਵੱਡਾ ਹੈ। ਤੇ ਗੁਰੂ ਨੂੰ ਪਤਾ ਸੀ ਇੱਕ ਦਿਨ ਆਉਣਾ ਮੇਰੇ ਪੁੱਤ ਨੇ 10 ਲੱਖ ਦਾ ਮੁਕਾਬਲਾ ਕਰਨਾ, ਤੇ ਸ਼ੁਰੂਆਤ ਅੱਜ ਹੀ ਕਰਾ ਦੇਣਾ। ਆਓ ਦੇਖੋ, ਇੱਕ ਬੰਨੇ ਅਦੀਨਾ ਬੇਗ ਪੈਂਦੇ ਖਾਂ ਤੇ ਹਿੰਦੂ ਰਾਜੇ 40,000 ਫੌਜ, ਇੱਕ ਬੰਨੇ ਗੁਰੂ ਕਲਗੀਧਰ ਪਾਤਸ਼ਾਹ ਦਾ ਵੀਰ ਬਹਾਦਰ ਖਾਲਸਾ, ਵੱਧ ਵੱਧ ਕੇ ਮੈਦਾਨੇ ਜੰਗ ਅੰਦਰ ਇੱਕ ਦੂਜੇ ਤੇ ਵਾਰ ਹੈ।
ਇੱਕ ਵਾਰ ਸਾਰੀ ਸੰਗਤ ਸੀਸ ਚੁਕਾ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬਲ। ਢਾਡੀ ਕਲਾ ਦਾ ਇੱਕ ਪੁਰਾਤਨ ਰਾਗ, ਇਹਨੂੰ ਵਾਰ ਢਾਈਆ ਕਹਿੰਦੇ ਆ। ਇਹਦੀ ਸ਼ਬਦਾਵਲੀ ਤੇ ਆਪਣੇ ਤਰੀਕੇ ਦੀ, ਇਹਨੂੰ ਕਹਿਣ ਦਾ ਤਰੀਕਾ ਆਪਣੇ ਤਰੀਕੇ ਦਾ ਹੈ, ਪਰ ਇਹਦੇ ਵਿੱਚ ਢੱਡ ਤੇ ਸਰੰਗੀ ਦਾ ਇੱਕ ਸੁਮੇਲ ਹੁੰਦਾ ਜਿਹਦੇ ਕਰਕੇ ਇਹਨੂੰ ਢਾਈਆ ਰਾਗ ਕਿਹਾ ਜਾਂਦਾ, ਢਾਈਆ ਵਾਰ ਕਹਿ ਦਿੱਤਾ ਜਾਂਦਾ। ਢਾਡੀ ਕਲਾ ਦੀ ਇੱਕ ਬਾਹ ਕਮਾਲ ਬਣ ਗਈ ਜਿਹੜੀ ਤੁਸੀਂ ਢਾਡੀ ਸਿੰਘਾਂ ਪਾਸੋਂ ਸਰਵਣ ਕੀਤੀ ਹੈ। ਗੁਰੂ ਕਿਰਪਾ ਕਰੇ ਇੱਕ ਵਾਰ ਸਾਰੀ ਸੰਗਤ ਹੱਥ ਜੋੜ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੁਹਾਡੇ ਦਿੱਤੇ ਹੋਏ ਸਮੇਂ 'ਚੋਂ ਚੰਦ ਕੁ ਮਿੰਟ ਮੇਰੇ ਕੋਲ ਬਾਕੀ ਨੇ, ਮੈਂ ਆਖਰੀ ਵਾਰ ਕਹਿ ਕੇ ਇਸ ਪ੍ਰਸੰਗ ਦਾ ਰਿਜ਼ਲਟ ਠੀਕ ਆਪਣੇ ਨਿਸ਼ਚਿਤ ਸਮੇਂ 'ਚ ਤੁਹਾਡੇ ਚਰਨਾਂ 'ਚ ਬਿਣੇ ਕਰ ਦੇਣਾ। ਤੁਸੀਂ ਇਤਿਹਾਸ ਦਾ ਮਾਣ ਸਨਮਾਨ ਕਰਦੇ, ਬੇਅੰਤ ਅਸੀਸਾਂ ਮਾਇਆ ਦੇ ਰੂਪ ਅੰਦਰ ਦਿੱਤੀਆਂ ਨੇ। ਗੁਰੂ ਪਾਤਸ਼ਾਹ ਕਿਰਪਾ ਕਰੇ ਤੁਹਾਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ੇ। ਰਹਿੰਦੀ ਅਰਦਾਸੇ ਮੈਂ ਅਖੀਰ ਦੇ ਉੱਤੇ ਕਰ ਦਿਆਂਗਾ। ਬਾਪੂ ਸੀਤਲ ਜੀ ਲਿਖਦੇ ਨੇ, ਕਹਿੰਦੇ ਆਮੋ ਸਾਹਮਣੇ ਪੈਂਤੜੇ ਮੱਲ ਲਏ ਨੇ, ਦੋਵਾਂ ਧਿਰਾਂ ਦੇ ਯੋਧਿਆਂ ਮਾਨੀਆਂ ਨੇ, ਇੱਕ ਧਿਰ ਸਿੱਖ ਤੇ ਖੜੇ ਪਠਾਨ ਇੱਕ ਧਿਰ, ਫੱਟ ਖਾਣ ਨੂੰ ਛਾਤੀਆਂ ਤਾਣੀਆਂ ਨੇ, ਉਹ ਜਿਵੇਂ ਸ਼ਮਾ ਤੇ ਪੌਣ ਪਤੰਗ ਝੁਰਮਟ, ਸਦਕੇ ਮੌਤ ਤੋਂ ਕਈ ਜਿੰਦ ਗਾਨੀਆਂ ਨੇ। ਸੀਤਲ ਅੱਜ ਤਲਵਾਰ ਦੀ ਭੇਟ ਹੋਣਾ, ਪਲਾਂ ਵਿੱਚ ਹੀ ਕਈ ਜਵਾਨੀਆਂ ਨੇ। ਜਿਹੜੇ ਹਿੰਦੂ ਰਾਜੇ ਦੂਜਿਆਂ ਦੇ ਸਿਰ ਤੇ ਨੱਚਦੇ ਫਿਰਦੇ ਸੀ ਨਾ, ਦੂਜਿਆਂ ਦੇ ਸਿਰ ਤੇ ਵੀ ਇਹ ਅੱਗੇ ਲਾ ਕੇ ਇਹਨਾਂ ਨੂੰ ਮੋਹਰਾ ਬਣਾ ਲਈਏ। ਜਦੋਂ ਨਾ ਗੁਰੂ ਕਲਗੀਧਰ ਪਾਤਸ਼ਾਹ ਦੇ ਪੰਜ ਪਿਆਰੇ ਲੜਦੇ ਵੇਖੇ, ਗੁਰੂ ਕਲਗੀਧਰ ਪਾਤਸ਼ਾਹ ਨੂੰ ਆਪ ਲੜਦਿਆਂ ਵੇਖਿਆ, ਅਜੀਤ ਸਿੰਘ ਸਾਹਿਬਜ਼ਾਦੇ ਨੂੰ ਲੜਦਿਆਂ ਵੇਖਿਆ, ਤੇ ਹਿੰਦੂ ਰਾਜਿਆਂ ਨੇ ਉਹੋ ਹੀ ਗੱਲ ਕੀਤੀ ਜਿਹੜੀ ਅਦੀਨਾ ਬੇਗ ਦੇ ਪੈਂਦੇ ਖਾਂ ਕਰਦੇ ਹੁੰਦੇ, ਵੀ ਜਦੋਂ ਡਾਂਗ ਫਿਰੀ ਇਹਨਾਂ ਪੈਂਦਿਆਂ ਭੱਜਣਾ ਹੈ। ਸਿਆਣੇ ਬੈਠੇ ਹੋ, ਸੂਝਵਾਨ ਬੈਠੇ ਹੋ, ਪਤਵੰਤੇ ਬੈਠੇ ਹੋ, ਜਿੰਨਾ ਚਿਰ ਆਪਣੀਆਂ ਲੱਤਾਂ ਭਾਰ ਨਾ ਚੱਲਦੀਆਂ ਹੋਣ, ਉਹਨਾਂ ਚਿਰ ਏਡੀ ਵੱਡੀ ਜਗ੍ਹਾ ਦੇ ਉੱਤੇ ਨਾ ਲੜਨ ਦਾ ਫਾਇਦਾ ਹੈ ਅਤੇ ਨਾ ਕੁਝ ਕਰਨ ਦਾ ਫਾਇਦਾ। ਜੇ ਤੁਸੀਂ ਦੂਜਿਆਂ ਦੀ ਹੱਲਾਸ਼ੇਰੀ ਦੇ ਉੱਤੇ ਆਖੋ ਵੀ ਜਿੱਤ ਜਾਈਏ ਜਾਂ ਦੂਜਿਆਂ ਦੀ ਹੱਲਾਸ਼ੇਰੀ ਦੇ ਉੱਤੇ ਕੁਝ ਕਰ ਜਾਈਏ, ਬੰਦੇ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਹੋਇਆ ਕਰਦੀ। ਇਹਨੂੰ ਕਿਸੇ ਵੀ ਮਹਿਕਮੇ 'ਚ ਲੈ ਜਾਓ, ਸਾਡੇ ਮਹਿਕਮੇ 'ਚ ਲੈ ਜਾਓ, ਜੇ ਦੂਜਿਆਂ ਦੀ ਹੱਲਾਸ਼ੇਰੀ ਦੇ ਉੱਤੇ ਆਖੇ ਬੰਦਾ ਵੀ ਮੈਂ ਇੱਦਾਂ ਕਰਦਿਆਂ ਉੱਦਾਂ ਕਰਦਿਆਂ, ਨਹੀਂ। ਜੇ ਆਪਣੇ ਕੋਲ ਗੁਣ ਹੈਗਾ ਤਾਂ ਤੁਸੀਂ ਕੁਝ ਵੀ ਕਰ ਲਓ, ਲੀਡਰੀ 'ਚ ਲੈ ਜਾਓ, ਸਿਆਸਤ 'ਚ ਲੈ ਜਾਓ ਇਹਨੂੰ। ਦੂਜਿਆਂ ਦੀ ਹੱਲਾਸ਼ੇਰੀ, ਦੂਜਿਆਂ ਦੀਆਂ ਲੱਤਾਂ ਤੇ, ਦੂਜਿਆਂ ਦੇ ਮੋਢਿਆਂ ਤੇ ਕੰਮ ਕਰਨ ਵਾਲੇ ਬੰਦੇ ਫੇਲ ਹੀ ਹੋਏ ਆ। ਜਿਹੜੇ ਆਪ ਕੁਝ ਕਰਤੂਤ ਕਰਨ ਵਾਲੇ ਸੀ ਉਹ ਬੰਦੇ ਸਦਾ ਰਹੇ। ਹੁਣ ਸਾਨੂੰ ਤੇ ਪੰਜਾਬ ਨੂੰ ਵੈਸੇ ਹੀ ਗ੍ਰਹਿਣ ਜਿਹਾ ਲੱਗਾ, ਐਵੇਂ ਹੀ ਆਖੀ ਜਾਂਦੇ ਵੀ ਕੰਮ ਹੋ ਗਿਆ, ਹੁਣ ਸਹੀ ਹੋ ਗਿਆ। ਸਾਰੇ ਦੇ ਦਿੱਲੀ ਦੇ ਜਾ ਕੇ ਤੇ ਪੈਰ ਚੁੰਮਦੇ ਫਿਰਦੇ ਆ, ਦਿੱਲੀ ਦੀਆਂ ਲੱਤਾਂ ਨੂੰ ਚੰਬੜਦੇ ਫਿਰਦੇ ਆ ਵੀ ਉੱਧਰ ਜਾ ਕੇ ਕੁਝ ਬਣ ਜੂਗਾ, ਤੁਹਾਡਾ ਨਹੀਂ ਕੱਖ ਵੀ ਬਣਨਾ। ਪਹਿਲੇ ਵੀ ਉਹੋ ਸੀ ਤੇ ਨਵੇਂ ਵੀ ਉਹੋ ਹੀ ਆ। ਤੁਹਾਡਾ ਉਹ ਬੰਦਾ ਉਹ ਜਿਹੜਾ ਤੁਹਾਡੇ 'ਚ ਰਹਿ ਕੇ ਤੇ ਦਿੱਲੀ ਦੀਆਂ ਅੱਖਾਂ 'ਚ ਅੱਖਾਂ ਪਾਊਗਾ, ਆਪਣੀਆਂ ਲੱਤਾਂ ਭਾਰ ਨਹੀਂ ਪਾਈ ਇਹਨਾਂ ਦੀਆਂ ਚੱਲਦੀਆਂ, ਕਿਸੇ ਵੀ ਮਹਿਕਮੇ 'ਚ ਚਲੇ ਜਾਏ। ਹੁਣ 22 ਧਾਰ ਦੇ ਰਾਜੇ ਲੈ ਤੇ ਆਏ ਇਹਨਾਂ ਨੂੰ, ਤੇ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਦੇ ਬਹਾਦਰਾਂ ਨੇ ਆਪਣਾ ਰੋਹਬ ਵਿਖਾਇਆ, ਬਹਾਦਰੀ ਵਿਖਾਈ, ਉਹ ਭੱਜੇ। ਅਦੀਨਾ ਬੇਗ ਆਵਾਜ਼ ਮਾਰ ਕੇ ਕਹਿੰਦਾ ਪੈਂਦੇ ਖਾਂ ਆਓ ਜਾਂਦੀ। ਜਿਹੜੇ ਕਹਿੰਦੇ ਸੀ ਮਾਂ ਦੀ ਦਾਲ ਤੇ ਕੜਾਹ ਖਾਣ ਵਾਲੇ ਸਾਡੇ ਅੱਗੇ ਕਿੱਦਾਂ ਖਲੋਣਗੇ, ਉਹ ਮਾਂ ਦੀ ਦਾਲ ਵਾਲਿਆਂ ਨੇ ਇੱਕ ਦੇ ਅਸਰ ਵਿਖਾਤਾ ਹੀ, ਜਾਂਦੇ ਹੀ ਉਹ ਰਾਜੇ ਭੱਜੇ। ਕਹਿੰਦਾ ਹੁਣ ਅਦੀਨਾ ਬੇਗ ਕਹਿੰਦਾ ਪੈਂਦੇ ਖਾਂ ਆਪਾਂ ਆਏ ਹਾਂ ਦਿੱਲੀ ਦੇ ਭੇਜੇ, ਆਪਾਂ ਨਾ ਦੇ ਭੱਜਦੇ ਚੰਗੇ ਲੱਗਦੇ ਆ, ਨਾ ਝੁਕਦੇ ਅੱਗੇ ਚੰਗੇ ਲੱਗਦੇ ਆ, ਖੜੇ
ਕੇ ਸਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੱਥਾਂ ਨੂੰ ਹੱਥ ਘੜੀਆਂ ਤੇ ਪੈਰਾਂ ਨੂੰ ਬੇੜੀਆਂ ਲਾ ਕੇ ਖੜਾ ਕੇ ਇਤਿਹਾਸ ਦੇ ਵਡਮੁੱਲੇ ਪੰਨੇ ਪੜੋ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਨੀ ਕੋਈ ਨਹੀਂ, ਸੱਚੇ ਪਾਤਸ਼ਾਹ ਦਰਬਾਰ 'ਚ ਬੈਠੇ ਮਹਾਰਾਜ ਦੇ ਸਾਹਮਣੇ ਬੈਠਾ ਨਾ ਭਾਈ ਨੰਦ ਲਾਲ ਹੱਸ ਪਿਆ। ਮਹਾਰਾਜ ਕਹਿੰਦੇ ਹੱਸਿਆ ਕਿਉਂ? ਕਹਿੰਦਾ ਸੱਚੇ ਪਾਤਸ਼ਾਹ ਤੁਹਾਡੇ ਨਾ ਆ ਦਸਤਾਰ ਦੇ ਵਿੱਚੋਂ ਇੱਕ ਕੇਸ ਲੱਟ ਨਿਕਲ ਕੇ ਤੇ ਮੱਥੇ 'ਤੇ ਲੱਗੀ ਆ ਤੁਹਾਡੀ, ਇੱਕ ਕੇਸ ਆ ਮੱਥੇ 'ਤੇ ਲੱਗਾ ਦਸਤਾਰ ਦੇ ਵਿੱਚੋਂ ਬਾਹਰ ਨਿਕਲਿਆ। ਮਹਾਰਾਜ ਉਹ ਸੋਹਣਾ ਇੰਨਾ ਲੱਗਦਾ, ਇੰਨਾ ਕੁ ਜ਼ਿਆਦਾ ਸੋਹਣਾ ਲੱਗਣ ਡਿਆ, ਮੈਂ ਸੋਚਣ ਡਿਆ ਵੀ ਕੇਸ ਦਾ ਕੀ ਮੁੱਲ ਪੈ ਸਕਦਾ। ਪਾਤਸ਼ਾਹ ਕਹਿੰਦੇ ਪਾਇਆ ਫਿਰ ਕੋਈ ਮੁੱਲ? ਕਹਿੰਦਾ ਮਹਾਰਾਜ ਧਰਤੀ ਦੀ ਦੌਲਤ ਤੇ ਮੁੱਕ ਗਈ, ਤੇਰਾ ਕੇਸ ਇੱਕ ਬੰਨੇ ਆ, ਸਾਰੀ ਦੁਨੀਆ ਦੀ ਦੌਲਤ ਇੱਕ ਬੰਨੇ ਰਹਿ ਗਈ, ਇੱਕ ਬੰਨੇ ਰਹਿ ਗਈ। ਫਿਰ ਆਵਾਜ਼ ਮਾਰ ਕੇ ਭਾਈ ਨੰਦ ਲਾਲ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਖਸਾਰ ਮਾਂ ਹਰ ਦੋ ਆਲਮ ਕੀਮਤੇ ਯਕਤਾਰ ਮੂਏ ਯਾਰ ਮਾਂ। ਮਹਾਰਾਜ ਕੱਲੀ ਐਸ ਜਹਾਨ ਦੀ ਦੌਲਤ ਨਹੀਂ, ਤਰਲੋਕੀ ਦੀ ਦੌਲਤ ਵੀ ਇੱਕ ਪਾਲੇ ਚ ਪਾ ਕੇ ਵੇਖੀ, ਤੇਰੇ ਕੇਸ ਦਾ ਮੁੱਲ ਤਾਂ ਵੀ ਉਹਦੇ ਨੂੰ ਕਿਤੇ ਜ਼ਿਆਦਾ ਨਿਕਲਦਾ। ਮਹਾਰਾਜ ਤੇਰਾ ਸਾਨੀ ਕੋਈ ਨਹੀਂ। ਹੁਣ ਬਾਈ ਧਾਰ ਦੇ ਰਾਜੇ ਕੀ ਜਾਣਨ ਵੀ ਅਸੀਂ ਗੁਰੂ ਗੋਬਿੰਦ ਸਿੰਘ ਨਾਲ ਲੜਨ ਆਏ ਹਾਂ, ਜਿਸ ਗੁਰੂ ਗੋਬਿੰਦ ਸਿੰਘ ਨੇ ਦੂਜਿਆਂ ਵਾਸਤੇ ਹਮੇਸ਼ਾ ਬੜਾ ਕੁਝ ਕੀਤਾ, ਆਪਣੇ ਲਈ ਕੁਝ ਨਹੀਂ ਕੀਤਾ, ਸਾਡੇ ਗੁਰੂ ਆਪਣੇ ਲਈ ਕੁਝ ਨਹੀਂ ਕੀਤਾ, ਤੇ ਨਾ ਵੀ ਉਹਨਾਂ ਦਾ ਹੀ ਦੁਨੀਆਂ ਦੇ ਜਿਹਨਾਂ ਦੂਜਿਆਂ ਲਈ ਜ਼ਿੰਦਗੀ ਜੀ ਕੇ ਵਿਖਾਈ ਆ। ਜਿਹੜੇ ਆਪਣੇ ਤੱਕ ਸੀਮਤ ਰਹੇ ਉਹ ਮਰਨ ਤੋਂ 2-4 ਸਾਲ ਬਾਅਦ ਲੋਕਾਂ ਨੂੰ ਚੇਤੇ ਰਹਿੰਦੇ, ਮੁੜ ਕੇ ਭੁੱਲ ਜਾਂਦੇ ਹੁੰਦੇ ਲੋਕੀ ਵੀ ਫਲਾਣਾ ਸੋਹ ਵੀ ਹੁੰਦਾ ਹੈ। ਜਿਹੜੇ ਦੂਜਿਆਂ ਲਈ ਮਰੇ, ਦੂਜਿਆਂ ਲਈ ਜੀਵੇ, ਦੂਜਿਆਂ ਲਈ ਜ਼ਿੰਦਗੀ ਕੱਢ ਕੇ ਗਏ, ਮੇਲੇ ਉਹਨਾਂ ਦੇ ਹੀ ਲੱਗਦੇ ਆ। ਕਦੇ ਮੇਰੇ ਵਰਗਿਆਂ ਦੇ ਮੇਲੇ ਥੋੜ੍ਹਾ ਲੱਗ ਜਾਣੇ ਇੱਥੇ, ਕਦੇ ਮੇਰੇ ਮੇਲੇ ਥੋੜ੍ਹਾ ਲੱਗ ਜਾਣੇ, ਮੇਲੇ ਤਾਂ ਬਾਬੇ ਗੁਰਮੁਖ ਦਾਸ ਉਹਨਾਂ ਦੇ ਐਵੇਂ ਥੋੜ੍ਹਾ ਲੱਗਣੇ ਆ, ਉਹਨਾਂ ਦੇ ਲੱਗਣੇ ਆ, ਸ਼ਹੀਦਾਂ ਦੇ ਲੱਗਣੇ ਆ ਜਿਹਨਾਂ ਨੇ ਦੂਜਿਆਂ ਲਈ ਜ਼ਿੰਦਗੀ ਜੀ ਕੇ ਵਿਖਾਈ। ਗੁਰੂ ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਦੇ ਕੋਲ ਖਲੋਤੇ ਬਹਾਦਰਾਂ ਨੇ ਆਖਿਆ ਮਹਾਰਾਜ ਦੇਗ ਤੇ ਤੇਗ ਦੋਵੇਂ ਚੀਜ਼ਾਂ ਸਾਡੇ ਕੋਲ ਆ। ਤੇ ਮਹਾਰਾਜ ਕਹਿਣ ਲੱਗੇ ਸਿੰਘੋ ਜਿੰਨਾ ਚਿਰ ਦੇਗ ਤੇ ਤੇਗ ਸਾਂਭ ਕੇ ਰੱਖੋਗੇ ਨਾ ਤੁਹਾਡਾ ਵਾਲ ਕੋਈ ਵਿੰਗਾ ਨਹੀਂ ਕਰ ਸਕਦਾ। ਅੱਜ ਤੁਹਾਡੀ ਦੇਗ ਤੇ ਚੰਗੀ ਲੱਗਦੀ ਉਹਨਾਂ ਨੂੰ, ਤੁਹਾਡਾ ਲੰਗਰ ਫੁਲਕਾ ਤੇ ਬੜਾ ਸੋਹਣਾ ਲੱਗਦਾ, ਪਰ ਤੁਹਾਡੇ ਹੱਥ 'ਚ ਤੇਗ ਫੜੀ ਨਹੀਂ ਜੇ ਕਿਸੇ ਨੂੰ ਚੰਗੀ ਲੱਗਦੀ। ਤੁਸੀਂ ਲਾਂਗਰੀ ਬਣ ਕੇ ਦਾਲ ਵਰਤਾਉਂਦੇ ਰਹੋ, ਜਿੰਨੇ ਮਰਜ਼ੀਆਂ ਸ਼ਬੀਲਾਂ ਲੋਕਾਂ ਨੂੰ ਖਿਲਾਰ ਖਿਲਾ, ਉਦੋਂ ਸਿੱਖ ਬਹੁਤ ਅੱਛੇ, ਸਿੱਖ ਬਹੁਤ ਚੰਗੇ ਨੇ। ਤੇ ਜਿੱਦਣ ਸਿੰਘ ਆਖਣ ਵੀ ਨਹੀਂ ਹੁਣ ਇੰਨਾ ਕਰ ਲਿਆ, ਅਸੀਂ ਇਸ ਦੇਸ਼ ਲਈ ਮਰ ਲਿਆ ਖਪ ਲਿਆ, ਕੁਝ ਤੇ ਸਾਡਾ ਹਿੱਸਾ ਵੱਧ ਹੋਣਾ ਚਾਹੀਦਾ ਨਾ, ਹੁਣ ਜਿਹੜਾ ਇੱਕ ਦੋ ਪੁੱਤ ਹੋਣ, ਇੱਕ ਸਵੇਰ ਤੋਂ ਲੈ ਕੇ ਪੱਠੇ ਤੱਥੇ ਨੂੰ ਨਿਕਲ ਜੇ, ਨਾ ਉਹਦੇ ਕੋਲ ਨਹਾਤਾ ਜਾਵੇ, ਨਾ ਉਹਦੇ ਕੋਲ ਚੰਗੀ ਤਰ੍ਹਾਂ ਰੋਟੀ ਖਾਧੀ ਜਾਵੇ, ਤੇ ਇੱਕ ਮੇਰੇ ਵਰਗਾ ਲਾ ਕੇ ਵਾਲਾਂ ਨੂੰ ਜੈਲ ਕੱਢੇ, ਬੁਲਟ ਮੋਟਰਸਾਈਕਲ ਦੇ ਛਾਵਾਂ ਨੂੰ ਦੁੱਧ ਵੀ ਬਰਾਬਰ ਦਾ ਪੀਵੇ, ਉਹ ਜਿਹੜਾ ਰੋਜ਼ ਖਵਣ ਡਿਆ ਗੋਹੇ ਦੇ ਵਿੱਚ, ਉਹ ਇੱਕ ਦਿਨ ਦੇ ਕਲਪ ਕੇ ਕਹੂ ਨਾ ਪਾਪਾ ਜਾਂ ਦੇ ਅੱਡ ਕਰਦੇ ਤੇ ਜਾਂ ਹਿੱਸਾ ਵੱਧ ਦਿਆ ਕਰ ਥੋੜ੍ਹਾ ਜਿਹਾ, ਜਾਂ ਵੱਖਰਿਆਂ ਹੀ ਕਰਦੇ ਹਾਰ ਕੇ, ਰੋਜ਼ ਇਹਦੇ ਨਾਲ ਉਹ ਜਲੀਲ ਨਹੀਂ ਹੋਇਆ ਜਾਂਦਾ। ਤੁਹਾਡੇ ਨਾਲ ਆਹ ਕੁਝ ਹੋਇਆ, ਤੁਸੀਂ ਦੇਸ਼ ਲਈ ਕੁਰਬਾਨੀਆਂ ਦਿੱਤੀਆਂ, ਪੁੱਤ ਦਿੱਤੇ ਬਾਰਡਰਾਂ ਦੇ ਉੱਤੇ, ਤੇ ਮੁੱਲ ਕੀ ਪੈਂਦਾ? ਆ ਨਵੀਂ ਸਰਕਾਰ ਨੇ ਇੱਕ ਪਾਲਿਸੀ ਸ਼ੁਰੂ ਕੀਤੀ ਆ ਮਿਲਟਰੀ ਦੇ ਵਿੱਚ, ਅਗਨੀ ਵੀਰ, ਤੁਹਾਡੇ 'ਚੋਂ ਆਰਮੀ ਵਾਲੇ ਵੀਰ ਬੈਠੇ ਹੋਣਗੇ, ਰਿਟਾਇਰਮੈਂਟ ਵੀ ਬੈਠੇ ਹੋਣਗੇ ਵੀਰ ਜਿਨ੍ਹਾਂ ਨੇ ਆਰਮੀ 'ਚ ਸੇਵਾ ਕੀਤੀ, ਆ ਨਵਾਂ ਇੱਕ ਕੰਮ ਸ਼ੁਰੂ ਕਰ ਲਿਆ ਦੇਸ਼ ਦੀ ਸਰਕਾਰ ਨੇ, ਅਗਨੀ ਵੀਰ। ਵੇਖੋ ਤਰੀਕਾ ਕੀ ਆ ਜ਼ਲੀਲ ਕਰਨ ਦਾ। ਉਹ ਅੰਮ੍ਰਿਤਪਾਲ ਸਿੰਘ ਨਾਂ ਦਾ ਫੌਜੀ ਮੁੰਡਾ ਸ਼ਹੀਦ ਹੋ ਜਾਂਦਾ ਹੈ, ਉਹਨੂੰ ਕੋਈ ਸਨਮਾਨ ਨਹੀਂ,
ਅਖੇ ਜੀ ਤੂੰ ਉਸ ਪਾਲਿਸੀ ਦੇ ਵਿੱਚ ਮਰਿਆ। ਅੱਛਾ ਇਹਦਾ ਮਤਲਬ ਜਿੱਦਣ ਬਾਰਡਰ ਤੇ ਲੜਾਈ ਹੋਈ ਉਦੋਂ ਅਗਨਵੀਰ ਭੱਜ ਕੇ ਸਾਰੇ ਪਛਾਣ ਨੂੰ ਆ ਜਾਣ ਚੰਗੇ ਹੋਣ ਵੀ ਨਹੀਂ ਨਹੀਂ ਸਾਨੂੰ ਅਸੀਂ ਕਿਹੜੇ ਉਸ ਪਾਲਿਸੀ ਦੇ ਵਿੱਚ ਆਉਣੇ, ਲੜੋ ਮਰੋ ਫਿਰ ਖਬੋ ਤੁਸੀਂ ਆਓ ਬਾਰਡਰਾਂ ਦੇ ਉੱਤੇ। ਇਹ ਤਰੀਕਾ ਨਹੀਂ, ਬਾਰਡਰਾਂ ਦੇ ਪੁੱਤ ਦੇਣ ਤੇ ਪੰਜਾਬਣ ਮਾਵਾਂ ਦੇ ਪੁੱਤ ਦੇਣ, ਇਸ ਦੇਸ਼ ਦਾ ਭੁੱਖੇ ਦਾ ਢਿੱਡ ਭਰਨ ਤੇ ਸਰਦਾਰ ਭਰਨ, ਪੰਜਾਬੀ ਭਰਨ, ਤੁਸੀਂ ਭਰ ਦਿਓ। ਤੇ ਜਿੱਦਣ ਆਪਣੇ ਹੱਕਾਂ ਦੀ ਗੱਲ ਕਰੋ ਤੁਸੀਂ ਅੱਤਵਾਦੀ ਹੋ, ਵੱਖਵਾਦੀ ਹੋ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹਨਾਂ ਅੱਤਵਾਦੀ ਵੱਖਵਾਦੀ ਆਖਿਆ ਰਾਜਿਆਂ ਨੇ, ਇਹੋ ਜਿਹੀ ਵੱਖਰਾ ਕੁਝ ਕਰ ਦਿੱਤਾ। ਜਦੋਂ ਬਾਈ ਧਾਰ ਦੇ ਰਾਜੇ ਭੱਜੇ ਤੇ ਮਗਲ ਰਹਿ ਗਏ, ਮੁਗਲ ਮਗਲ ਖਲੋਤਾ ਅਦੀਨਾ ਬੇਗ ਤੇ ਪੈਂਦੇ ਖਾਂ, ਪੈਂਦੇ ਖਾਂ ਕਹਿੰਦਾ ਹੁਣ ਅਦੀਨਾ ਬੇਗ ਕਹਿੰਦਾ ਪੈਂਦੇ ਖਾਂ ਫਿਰ ਸਿਰ ਧੜਦੀ ਬਾਜੀ ਤੂੰ ਹੀ ਲਾ ਸਕਦਾ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਦਾ, ਤੇ ਤੂੰ ਹੀ ਜਰਨੈਲ ਆ, ਸਾਡੇ ਕੋਲ ਉਹਦੇ ਬਰਾਬਰ ਦਾ ਜਰਨੈਲ ਕੋਈ ਨਹੀਂ ਹੈਗਾ। ਪੈਂਦੇ ਖਾਂ ਨੇ ਲਾਈ ਘੋੜੇ ਨੂੰ ਅੱਡੀ ਮੈਦਾਨੇ ਜੰਗ ਵੱਲ ਨੂੰ ਵਧਿਆ ਵੇ, ਤੇ ਪੈਂਦੇ ਖਾਂ ਦੀ ਇੱਕ ਖਾਸੀਅਤ ਆ, ਅੱਜ ਤੱਕ ਉਹਦੇ ਸਰੀਰ ਦੇ ਉੱਤੇ ਨਾ ਤੀਰ ਦਾ ਨਿਸ਼ਾਨ ਆ ਤੇ ਨਾ ਤਲਵਾਰ ਦਾ ਨਿਸ਼ਾਨ ਆ, ਏਡਾ ਮਾਣ ਹੈ ਬਲੀ ਜਵਾਨ ਜੰਮਿਆ ਸੀ ਪੈਂਦੇ ਖਾਂ। ਇਤਿਹਾਸ ਕਹਿੰਦਾ ਜਿੱਥੇ ਪੈਂਦੇ ਖਾਂ ਨੇ ਲੱਤ ਲਾ ਦਿੱਤੀ ਉਹ ਥਾਂ ਕਦੀ ਉਹ ਹਾਰ ਕੇ ਨਹੀਂ ਸੀ ਵਿਖਾਉਂਦਾ, ਉਹ ਪੈਂਦੇ ਖਾਂ ਅੱਜ ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਆਉਣ ਲੱਗਾ, ਸਿਰ ਤੋਂ ਲੈ ਕੇ ਪੈਰਾਂ ਤੱਕ ਲੋਹੇ ਦੇ ਕੋਟ ਵਿੱਚ ਮੜਿਆ। ਵੱਡਾ ਮਾਣ ਨੂੰ ਇਹੋ ਸੀ ਕਿ ਮੇਰੇ ਕੋਲ ਲੋਹੇ ਦਾ ਕੋਟ ਆ, ਉਹਦੀਆਂ ਅੱਖਾਂ ਨੰਗੀਆਂ ਨੇ, ਉਹਦੇ ਕੰਨ ਨੰਗੇ ਨੇ, ਉਹਦਾ ਬੋਲਣ ਵਾਸਤੇ ਮੂੰਹ ਨੰਗਾ ਏ। ਤੇ ਪੈਂਦੇ ਖਾਂ ਖੁਦ ਕਹਿੰਦਾ ਹੁੰਦਾ ਸੀ ਅਜੇ ਤੱਕ ਦੁਨੀਆ ਤੇ ਮਾਂ ਨੇ ਪੁੱਤ ਨਹੀਂ ਜੰਮਿਆ ਜਿਹੜਾ ਪੈਂਦੇ ਖਾਂ ਨੂੰ ਤੀਰ ਤੇ ਤਲਵਾਰ ਮਾਰ ਜਾਵੇ, ਮਾਂ ਨੇ ਪੁੱਤ ਨਹੀਂ ਪੈਦਾ ਕੀਤਾ। ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਆਇਆ, ਸੱਚੇ ਪਾਤਸ਼ਾਹ ਨੀਲੇ ਦੇ ਸ਼ਾਹ ਸਵਾਰ ਬਣੇ। ਤੇ ਪੈਂਦੇ ਖਾਂ ਮੁਸਕੁਰਾ ਕੇ ਕਹਿੰਦਾ ਗੁਰੂ ਗੋਬਿੰਦ ਸਿੰਘ ਨਾਂ ਬੜਾ ਸੁਣਿਆ ਮੈਂ ਤੇਰਾ, ਮੈਂ ਇੱਥੋਂ ਤੱਕ ਸੁਣਿਆ ਕਿ ਤੇਰੇ ਭੱਠੇ ਚੋਂ ਚੱਲੇ ਤੀਰ ਤੇ ਤੂੰ ਹਰੀ ਚੰਦ ਹੰਡੂਰੀਏ ਦੇ ਪਰਵੱਟਿਆਂ ਦੇ ਵਿੱਚ ਤੀਰ ਮਾਰਿਆ ਸੀ, ਮੈਂ ਸੁਣਿਆ। ਮੈਂ ਇਹ ਵੀ ਸੁਣਿਆ ਕਿ ਤੇਰੀਆਂ ਬਾਹਾਂ 'ਚ ਇੰਨੀ ਤਾਕਤ ਏ ਤੂੰ ਦਿਆਲ ਚੰਦ ਬਿੱਜੜ ਵਾਲੀਏ ਦਾ ਆਉਂਦਾ ਤੀਰ ਨਦਾਉਣ ਦੀ ਜੰਗ 'ਚ ਲੱਕ 'ਚੋਂ ਫੜ ਕੇ ਤੇ ਵਾਪਸ ਮਾਰਿਆ ਸੀ ਉਹਦੇ। ਪਰ ਗੁਰੂ ਗੋਬਿੰਦ ਸਿੰਘ ਭੱਲੇ ਖਾਂ ਨਾ ਰਹਿ ਜੇ, ਅੱਜ ਬਰਾਬਰ ਦਾ ਜਰਨੈਲ ਟੱਕਰਿਆ, ਅੱਜ ਪੈਂਦੇ ਖਾਂ ਟੱਕਰਿਆ ਤੁਹਾਨੂੰ, ਵਾਰ ਕਰ ਲਓ ਨਹੀਂ ਤਾਂ ਪੈਂਦੇ ਖਾਂ ਨੇ ਰੀਝਾਂ ਮਨ 'ਚ ਹੀ ਰੱਖ ਦੇਣੀਆਂ। ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿੰਦੇ ਪੈਂਦੇ ਖਾਂ ਇੰਨਾ ਕੁ ਵਿਉਂ ਤੇ ਬੱਚੂ ਹੋਣਾ ਹੀ ਚਾਹੀਦਾ, ਜੇ ਇੰਨਾ ਵਿਉਂ ਨਾ ਹੋਵੇ ਤੇ ਜੁੱਤੀਆਂ ਖਾ ਕੇ ਘਰੋਂ ਆਈਦਾ, ਕੋਈ ਨੀ ਕੁੱਟ ਖਾਣੀ, ਹਾਰ ਜਿੱਤ ਤੇ ਵੱਖਰੀ ਗੱਲ ਹੈ, ਬੰਦੇ ਨੂੰ ਆਪਣੇ ਆਪ ਦੇ ਵਿਉਂ ਤੇ ਹੋਵੇ, ਤੈਨੂੰ ਤੇਰੇ ਤੇ ਵਿਉਂ ਠੀਕ ਆ, ਇੰਨਾ ਕਦੇ ਮਾਣ ਚਾਹੀਦਾ ਯਾ। ਪਰ ਗੁਰੂ ਨਾਨਕ ਦਾ ਘਰ ਕਹਿੰਦਾ ਹੀ ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਣ, ਨਾ ਡਰ ਦੇਣਾ ਨਾ ਡਰ ਲੈਣਾ, ਬੱਚੂ ਚੜ ਕੇ ਤੂੰ ਆਇਆ ਤੇ ਵਾਰ ਵੀ ਪਹਿਲਾਂ ਤੂੰ ਕਰੇਗਾ ਸਾਡੇ ਉੱਤੇ। ਪੈਂਦੇ ਖਾਂ ਖਚੜਾ ਹਾਸਾ ਹੱਸਿਆ, ਮਹਾਰਾਜ ਕਹਿੰਦੇ ਕੀ ਹੋਇਆ ਜੀ? ਕਹਿੰਦਾ ਮਹਾਰਾਜ ਮੈਂ ਸੋਚਦਾ ਤੁਸੀਂ ਵਾਕਈ ਸਾਧ ਬਾਬੇ ਜੇ, ਤੁਹਾਨੂੰ ਰਾਜਨੀਤੀ ਦੀਆਂ ਕੁੰਡੀਆਂ ਨਹੀਂ ਜੇ ਆਉਂਦੀਆਂ, ਭੋਲਾ ਹੀ ਆ ਤੂੰ ਮਹਾਰਾਜ। ਮਹਾਰਾਜ ਕਹਿੰਦੇ ਕਿਉਂ? ਉਹ ਕਹਿੰਦਾ ਲੋਕੀ ਦੇ ਮੇਰੇ ਤੋਂ ਕੋਹਾਂ ਪਿੱਛੇ ਭਾਈਦੇ ਵੀ ਪੈਂਦੇ ਖਾਂ ਨਾ ਮੱਥੇ ਲੱਗ ਜਾਏ, ਤੁਸੀਂ ਕਹਿੰਦੇ ਵਾਰ ਪਹਿਲਾਂ ਕਰ। ਮਹਾਰਾਜ ਕਹਿੰਦੇ ਪੈਂਦੇ ਖਾਂ ਜੇ ਤਿਹਾਰ ਉਸ ਕਰਤਾਰ ਦੇ ਵਸਿਆ ਜਿਹਨੇ ਪਟਕੀਆਂ ਲਵਾਉਣੀਆਂ ਉਹਨੇ ਤਗੜਿਆਂ ਤਗੜਿਆਂ ਲਵਾ ਦੇਣੀਆਂ, ਜਿਹਨੂੰ ਜਿਤਾਉਣ ਤੇ ਆਇਆ ਉਹਨੇ ਮਾੜੇ ਧਾੜੇ ਜਿਤਾ ਦੇਣੇ ਆ, ਨਿਯਮ ਦੇ ਮੁਤਾਬਕ ਬੱਚੂ ਵਾਰ ਤੂੰ ਕਰੇਗਾ, ਸਾਡੇ ਖੂਨ 'ਚ ਹੀ ਨਹੀਂ ਹੈਗਾ ਕਿਸੇ ਤੇ ਪਹਿਲ ਕਰਨੀਆਂ। ਹਾਂ ਤੂੰ ਕਰ, ਚਾਰ ਸਾਡੇ ਤੇ ਭਾਜੀ
ਜੇ ਨਿਉਂਦਾ ਰੱਖ ਜੀਏ ਤੇ ਫਿਰ ਸਾਨੂੰ ਆਖੇ ਵਸਾਵਾਂ ਮੋੜ ਮੋੜ ਕੇ ਵਿਖਾਵਾਂਗੇ। ਮੈਂ ਦੇਖਾ ਕਹਿੰਦਾ ਮਹਾਰਾਜ ਕਰੋ ਫਿਰ ਤਿਆਰੀ। ਉਹਨੇ ਪੱਥੇ ਵਿੱਚੋਂ ਲੈ ਕੇ ਇੱਕ ਤੀਰ ਚਾੜਿਆ ਦੋ ਕਲਗੀਧਰ ਪਾਤਸ਼ਾਹ ਦੇ ਉੱਤੇ ਛੱਡਿਆ। ਮੇਰੇ ਦਾਤੇ ਨੇ ਘੋੜੇ ਦਾ ਪੈਂਤੜਾ ਬਦਲਿਆ, ਤੀਰ ਕੰਨ ਦੇ ਲਾਗੋ ਸ਼ਾਂ ਕਰਕੇ ਲੰਘਿਆ। ਸੱਚੀ ਸਰਕਾਰ ਨੇ ਮੁਸਕੁਰਾ ਕੇ ਆਖਿਆ ਪੈ ਦੇਖਾਂ ਇੱਦਾਂ ਨੀ, ਹੌਸਲਾ ਰੱਖ ਥੋੜਾ ਕਾਲਾ ਨਾ ਪਏ, ਜਾਂ ਤੂੰ ਵੀ ਕੀ ਯਾਦ ਪਿਆ ਕਰੇਗਾ, ਇੱਕ ਮੌਕਾ ਹੋਰ। ਪੈ ਦੇਖਾਂ ਫੇਰ ਹੱਸ ਪਿਆ, ਕਹਿੰਦਾ ਮਹਾਰਾਜ ਗਲਤੀ ਤੇ ਨਹੀਂ ਕਰਦੇ? ਪਾਤਸ਼ਾਹ ਕਹਿੰਦੇ ਗੁਰੂ ਨਾਨਕ ਦਾ ਘਰ ਗਲਤੀਆਂ ਕਰਨ ਵਾਲਾ ਹੈਗਾ ਹੀ ਨਹੀਂ, ਗਲਤੀ ਕਾਦੀ, ਵਾਰ ਕਰ। ਪਹਿਦੇ ਖਾਂ ਨੇ ਦੂਸਰਾ ਵਾਰ ਕੀਤਾ, ਉਹਨੇ ਘੋੜੇ ਦੀ ਰਕਾਬ ਚ ਪੂਰਾ ਭਾਰ ਪਾਇਆ, ਜਦੋਂ ਤੀਰ ਛੱਡਿਆ ਤੇ ਮੇਰੇ ਦਾਤੇ ਨੇ ਢਾਲੇ ਦੇ ਉੱਤੇ ਰੋਕ ਦਿੱਤਾ। ਦੋ ਵਾਰ ਖਾਲੀ ਗਏ। ਮਹਾਰਾਜ ਕਹਿੰਦੇ ਪਹਿਦੇ ਖਾਂ ਜਾਂ ਤੇ ਤੂੰ ਨਿਕੰਮਾ ਤੇ ਜਾਂ ਤੇਰਾ ਉਸਤਾਦ ਨਿਕੰਮਾ, ਦੋਵਾਂ ਚੋਂ ਇੱਕ ਚ ਕਮੀ ਤੇ ਹੈਗੀ ਹੈਗੀ ਆ। ਉਹ ਕਮਲਿਆ ਵਾਰ ਹੈਦਾਂ ਥੋੜਾ ਕਰੀਦਾ ਜਿੱਦਾਂ ਤੂੰ ਕਰਦਾ, ਚੱਲ ਤੂੰ ਵੀ ਕੀ ਯਾਦ ਪਿਆ ਕਰੇਗਾ, ਇੱਕ ਮੌਕਾ ਹੋਰ। ਹੁਣ ਆ ਮੌਕੇ ਕਿਉਂ ਆ? ਆ ਵੀ ਢੁੰਡੀ ਸਮਝਣ ਵਾਲੀ ਆ। ਮੌਕਾ ਗੁਰੂ ਇਸ ਕਰਕੇ ਦਿੰਦਾ, ਅਸਲ ਚ ਗੁਰੂ ਜੰਗ ਚਾਹੁੰਦਾ ਨਹੀਂ ਆ, ਵੀ ਦੋ ਵਾਰ ਰੋਕੇ ਆ, ਅਗਲਾ ਮੌਕਾ ਤਾਂ ਦਿੰਦਾ ਵੀ ਅਗਲਾ ਕਵੇ ਮਹਾਰਾਜ ਛੱਡੀਏ ਲੜਾਈ ਤੇ ਸੁਲਾ ਕਰ ਲਈਏ। ਅਸਲ ਚ ਗੁਰੂ ਸੁਲਾ ਦਾ ਹਾਮੀ ਆ, ਵੀ ਬਹਿ ਕੇ ਗੱਲ ਨਿਬੜ ਜਾਵੇ ਚੰਗੀ ਗੱਲ ਆ। ਹਾਂ ਸਿਰ ਤੋਂ ਪਾਣੀ ਲੰਘ ਗਿਆ, ਫਿਰ ਤੇ ਬਰਾਬਰ ਤੇ ਹੋ ਕੇ ਟੱਕਰਾਂਗੇ। ਮਹਾਰਾਜ ਕਹਿੰਦੇ ਪੈਂਦੇ ਖਾਂ ਇੱਕ ਹੋਰ ਕਰ। ਪੈਂਦੇ ਖਾਂ ਨੇ ਤੀਸਰਾ ਵਾਰ ਕੀਤਾ, ਗੁਰੂ ਕਲਗੀਧਰ ਪਾਤਸ਼ਾਹ ਨੇ ਉਸ ਵਾਰ ਨੂੰ ਪੈਂਤਲਾ ਬਦਲ ਕੇ ਖਾਲੀ ਕੱਢ ਦਿੱਤਾ। ਦਾਤਾ ਕਹਿੰਦੇ ਪੈਂਦੇ ਖਾਂ ਤਿੰਨ ਵਾਰ ਖਾਲੀ ਕਰ, ਆ ਤੈਨੂੰ ਦੱਸੀਏ ਵਾਰ ਕਰੀਦਾ ਕਿੱਦਾਂ। ਪੈਂਦੇ ਖਾਂ ਮਨ ਹੀ ਮਨ ਸੋਚਦਾ, ਪੈਂਦੇ ਖਾਂ ਤੇਰੇ ਤਿੰਨ ਰੁਕ ਗਏ ਆ, ਐਡਾ ਵੀ ਗਿਆ ਗੁਜ਼ਰਿਆ ਨਹੀਂ ਵੀ ਇੱਕ ਸਾਧ ਬਾਬੇ ਦਾ ਇੱਕ ਵਾਰ ਵੀ ਨਾ, ਹੁਣ ਸਾਧ ਬਾਬਾ ਹੀ ਸਮਝਦਾ ਨਾ ਮਹਾਰਾਜ ਨੂੰ, ਵੀ ਇਸ ਸਾਧ ਗੁਰੂ ਦਾ ਇੱਕ ਨਾ ਰੋਕੇਗਾ, ਨਾਲੇ ਇਹਨਾਂ ਨੂੰ ਕੀ ਪਤਾ ਤੀਰ ਚਲਾਈਦਾ ਕਿੱਦਾਂ, ਇਹਦਾ ਧੱਕੇ ਨਾਲ ਕਮਾਨਾ ਚੁੱਕੀ ਫਿਰਦੇ, ਕਿਰਪਾਨਾ ਚੁੱਕੀ ਫਿਰਦੇ, ਲੜਨ ਆ ਗਏ ਸਾਡੇ ਨਾਲ। ਪਹਿਲੀ ਤੇ ਗੱਲ ਤੀਰ ਮੇਰੇ ਤੱਕ ਪਹੁੰਚਣਾ ਹੀ ਨਹੀਂ, ਇਹਦਾ ਸੁਣਿਆ ਤੇ ਬੜਾ ਨਾ, ਪਰ ਪੈ ਦੇਖਾਂ ਤੇਰੇ ਬਰਾਬਰ ਨੀ ਗੱਲ ਬਾਨੇ। ਕਹਿੰਦਾ ਮਹਾਰਾਜ ਕਰੋ ਵਾਰ। ਸੱਚੇ ਪਾਤਸ਼ਾਹ ਕਹਿੰਦੇ ਬੱਚੂ ਖਲੋਤਾ ਰਵੀ, ਸਿਰ ਤੋਂ ਲੈ ਕੇ ਪੈਰਾਂ ਤੱਕ ਲੋਹੇ ਦੇ ਕੋਟ ਵਿੱਚ ਮੜਿਆ ਪੈ ਦੇਖਾਂ, ਅੱਖਾਂ ਨੰਗੀਆਂ ਕੰਨ ਨੰਗੇ। ਉਹਨੂੰ ਇਹ ਵੀ ਮਾਣ ਸੀ ਜੇ ਪਹੁੰਚ ਗਿਆ ਮੇਰੇ ਤੱਕ ਤੇ ਤੀਰ ਮਾਰਨਾ ਕਿੱਥੇ ਆ ਮੈਨੂੰ, ਲੋਹੇ ਦੇ ਕੋਟ ਨੂੰ ਤੇ ਗੁਰੂ ਗੋਬਿੰਦ ਸਿੰਘ ਨੇ ਚੀਰ ਦੇਣ ਲੱਗਾ। ਸੱਚੇ ਪਾਤਸ਼ਾਹ ਕਹਿੰਦੇ ਖਲੋ ਜਰਾ ਤੈਨੂੰ ਦੱਸੀਏ ਵਾਰ ਕਰੀਦਾ ਕਿੱਦਾਂ। ਹਜ਼ੂਰ ਦਾਤੇ ਨੇ ਜਦੋਂ ਮੋਢੇ ਤੋਂ ਨੌ ਟੰਕ ਦੀ ਕਮਾਨ ਲਾ ਕੇ ਸਾਹਮਣੇ ਕੀਤੀ ਨਾ, ਤੇ ਪੈਂਦੇ ਖਾਂ ਦੰਦਾਂ ਥੱਲੇ ਜਬਾਨ ਲੈ ਕੇ ਕਹਿੰਦਾ ਸੁਭਾਨ ਅੱਲਾ ਸੁਭਾਨ ਅੱਲਾ। ਪੈਂਦੇ ਖਾਂ ਗਲਤੀ ਕਰ ਗਿਆ, ਤੂੰ ਰਾਜਿਆਂ ਦੀ ਚੌਕਟ ਆ ਗਏ। ਕਹਿੰਦੇ ਮਾਂ ਦੀ ਦਾਲ ਤੇ ਪਲਣ ਵਾਲੇ ਬੰਦੇ ਤੇ ਨੌ ਨੌ ਟੰਕ ਦੀਆਂ ਕਮਾਨਾਂ ਚੁੱਕੀ ਫਿਰਦੇ। ਪੈਂਦੇ ਖਾਂ ਦੂਰੋਂ ਆਵਾਜ਼ ਮਾਰ ਕੇ ਕਹਿੰਦਾ ਮਹਾਰਾਜ ਚਲਾਉਣੀ ਵੀ ਆਉਂਦੀ ਯਾਰ, ਕਹਿੰਦਾ ਐਵੇਂ ਨੌ ਟੰਕ ਦੀ ਕਮਾਨ ਮੋਢੇ ਤੇ ਰੱਖੀ ਆ। ਮਹਾਰਾਜ ਕਹਿੰਦੇ ਚੱਲੇਗੀ ਵੀ, ਅਸਰ ਵੀ ਕਰੇਗੀ ਤੇਰੇ ਤੇ। ਹੁਣ ਤੁਸੀਂ ਆਖੋਗੇ ਵੀ ਨੌ ਟੰਕ ਹੈ ਕੀ ਜੇ ਜਿਹਨੂੰ ਵੇਖ ਕੇ ਪੈਂਦੇ ਖਾਂ ਵਰਗੇ ਬੰਦੇ ਦੇ ਤੋਤੇ ਉੱਡ ਜਾਣ, ਸਮਝ ਲਿਓ ਪਤਾ ਲੱਗ ਜੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਬਾਹਾਂ 'ਚ ਤਾਕਤ ਕਿੰਨੀ। ਕਿਹਾ ਇੱਕ ਟੰਕ ਹੁੰਦਾ ਵਾ 25 ਕਿਲੋ ਦਾ, 25 ਕਿਲੋ ਭਾਰ ਇੱਕ ਬੰਨੇ ਕਰੀਏ ਇੱਕ ਟੰਕ ਬਣਦਾ। ਦੁਨੀਆਂ ਤੇ ਅੱਜ ਤੱਕ ਜਿੰਨੀਆਂ ਕਮਾਨਾਂ ਬਣੀਆਂ ਵਾ ਨੌ ਟੰਕ ਤੱਕ ਬਣੀਆਂ, ਨੌ ਟੰਕ ਤੋਂ ਵੱਡੀ ਕਮਾਨ ਕੋਈ ਨਹੀਂ ਹੁੰਦੀ। ਟੰਕ ਕਮਾਨ ਟੰਕ ਦੀ ਬਣਦੀ ਕਿੱਦਾਂ ਵਾ, ਮੰਨ ਲਓ ਆ ਕਮਾਨ ਆ, ਆ ਕਮਾਨ ਇਹਨੂੰ ਇੱਕ ਟੰਕ ਦੀ ਬਣਾਉਣਾ ਹੈ,
ਇਹਦੀ ਤੰਦੀ ਦੇ ਨਾਲ 25 ਕਿਲੋ ਵਜ਼ਨ ਬੰਨਣਾ ਪਊਗਾ। 25 ਕਿਲੋ ਵਜ਼ਨ ਇਹ ਤੰਦੀ ਜਿੱਥੇ ਜਾ ਕੇ ਲਿਫ ਗਈ ਨਾ 25 ਕਿਲੋ ਦੇ ਨਾਲ, ਸਮਝ ਲਓ ਵੀ ਇਹ ਕਮਾਨ ਜਿਹੜੀ ਆ ਇੱਕ ਟੰਕ ਦੀ ਹੋ ਗਈ ਆ। ਇਹ ਚੱਲਣੀ ਉਦੋਂ ਆ ਜਦੋਂ ਇਹਦੇ ਉੱਤੇ ਚਲਾਉਣ ਵਾਲੇ ਨੇ 25 ਕਿਲੋ ਦੀ ਖਿੱਚ ਪਾਈ। ਜੇ ਇਹਨੂੰ ਬਣਾਉਣਾ ਵਾ ਦੋ ਟੰਕ ਦੀ, 25 ਨੂੰ 2 ਨਾਲ ਗੁਣਾ ਕਰ ਲਓ 50, ਜਾਣੀ ਕਿ ਇਹਦੇ ਉੱਤੇ 50 ਕਿਲੋ ਦੀ ਖਿੱਚ ਪੈਣੀ ਚਾਹੀਦੀ ਆ। ਕਹਿਣਾ ਸੌਖਾ ਜੇ 50 ਕਿਲੋ ਖਿੱਚ ਪੈਣੀ ਨਹੀਂ ਆ ਕਿਸੇ ਦੇ ਕੋਲੋਂ, ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਚਲਾਉਣੀ ਆ 9 ਟੰਕ ਦੀ ਕਮਾਨ। 25 ਨੂੰ 9 ਨਾਲ ਗੁਣਾ ਕਰ ਲਓ, ਜਿਹੜੀ ਕਮਾਨ ਗੁਰੂ ਕਲਗੀਧਰ ਪਾਤਸ਼ਾਹ ਦੇ ਹੱਥਾਂ 'ਚ ਚੱਲਣੀ ਆ ਉਹਦੇ ਉੱਤੇ 2 ਕੁਇੰਟਲ ਤੇ 25 ਕਿਲੋ ਦੀ ਖਿੱਚ ਪਵੇ ਤੇ ਜਾ ਕੇ 9 ਟੰਕ ਦੀ ਕਮਾਨ ਚੱਲਦੀ ਆ। ਜਾਣੀ ਕਿ 9 ਟੰਕ ਦੀ ਕਮਾਨ ਉਹ ਬੰਦਾ ਚਲਾ ਸਕਦਾ ਜਿਹੜਾ 2 ਕੁਇੰਟਲ ਤੇ 25 ਕਿਲੋ ਵਜ਼ਨ ਇੱਕ ਹੱਥ ਨਾਲ ਖਿੱਚ ਕੇ ਪਾਸੇ ਕਰ ਲਵੇ। ਹਿਸਾਬ ਲਾ ਲਓ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਬਾਹਾਂ 'ਚ ਕਿੰਨੀ ਤਾਕਤ ਹੋਊਗੀ। ਕਹਿੰਦੇ ਨੇ 9 ਟੰਕ ਦੀ ਕਮਾਨ 'ਚੋਂ ਬੰਦਾ ਲਗਾਤਾਰ ਕੋਈ ਪ੍ਰੈਕਟਿਸ ਕਰਨ ਵਾਲਾ ਹੋਵੇ, ਲਗਾਤਾਰ ਕਿਸੇ ਚਲੋ ਬਾਹਾਂ 'ਚ ਤਾਕਤ ਇੰਨੀ ਹੋਵੇ ਪੂਰਾ ਜ਼ੋਰ ਲਾਵੇ, 5-6 ਤੋਂ ਵੱਧ ਤੀਰ ਨਹੀਂ ਚੱਲ ਸਕਦੇ ਜੇ ਕਿਸੇ ਕੋਈ ਨਹੀਂ ਤਾਕਤ ਹੈ। ਪਰ ਤੁਹਾਡੇ ਬਾਪੂ ਦੀਆਂ ਬਾਹਾਂ 'ਚ ਇੰਨੀ ਤਾਕਤ ਆ, 9 ਟੰਕ ਦੀ ਕਮਾਨ ਦੇ ਨਾਲ ਚਮਕੌਰ ਦੀ ਗੜੀ 'ਚੋਂ ਗੁਰੂ ਨੇ ਹਜ਼ਾਰਾਂ ਹੀ ਤੀਰ ਚਲਾ ਦਿੱਤੇ ਸੀ, ਹਜ਼ਾਰਾਂ ਹੀ ਤੀਰ, ਇੰਨਾ ਤਗੜਾ ਸਰੀਰ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਹੁਣ ਦੁਨੀਆਂ ਦੀ ਸਭ ਤੋਂ ਵੱਡੀ ਕਮਾਨ ਗੁਰੂ ਕਲਗੀਧਰ ਪਾਤਸ਼ਾਹ ਦੇ ਹੱਥ 'ਚ ਤੇ ਪੈਂਦੇ ਖਾਂ ਦੇ ਤੇ ਤੋਤੇ ਉੱਡਣੇ ਹੀ ਉੱਡਣੇ ਸੀ। ਕਹਿੰਦਾ ਪੈਂਦੇ ਖਾਂ ਗਲਤ ਜਗ੍ਹਾ ਆ ਗਿਆ ਤੂੰ, ਕਹਿਣ ਨੂੰ ਸਾਧ ਬਾਬੇ ਦੇ 9-9 ਟੰਕ ਦੀਆਂ ਕਮਾਨਾਂ ਚੁੱਕੀ ਫਿਰਦੇ ਈਏ, 9-9 ਟੰਕ ਦੀਆਂ ਕਮਾਨਾਂ ਚੁੱਕੀ ਫਿਰਦੇ ਸਾਨੂੰ ਮਾਰਨ ਵਾਸਤੇ। ਹੁਣ 9 ਟੰਕ ਦੀ ਕਮਾਨ 'ਚੋਂ ਚੱਲਿਆ ਹੋਇਆ ਤੀਰ ਦੂਰੀ ਕਿੰਨੀ ਤੈਅ ਕਰਦਾ ਹੈ। ਜਦੋਂ ਸੱਚੇ ਪਾਤਸ਼ਾਹ ਦਿੱਲੀ ਗਏ ਨਾ ਮੋਤੀ ਬਾਗ, ਮੋਤੀ ਬਾਗ ਵਿੱਚੋਂ ਇੱਕ ਤੀਰ ਮਹਾਰਾਜ ਨੇ ਲਾਲ ਕਿਲੇ 'ਚ ਚਲਾਇਆ ਵਾ, ਉਹਦੀ ਜੇ ਸਿੱਧੀ ਦੂਰੀ ਮਿਣੀਏ ਨਾ ਤਕਰੀਬਨ 9 ਟੰਕ ਦੀ ਕਮਾਨ 'ਚੋਂ ਚੱਲਿਆ ਤੀਰ, ਜਿਹੜਾ ਬਾਜਾਂ ਵਾਲਾ ਮਾਹੀ ਚਲਾਉਂਦਾ ਗੁਰੂ ਕਲਗੀਧਰ ਪਾਤਸ਼ਾਹ ਚਲਾਉਂਦੇ ਆ, 16 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਮਾਨ 'ਚੋਂ ਚੱਲਿਆ ਤੀਰ। ਆਪੇ ਹਿਸਾਬ ਲਾ ਲਓ ਕਿੰਨੀ ਤਾਕਤ ਆ ਗੁਰੂ ਕਲਗੀਧਰ ਪਾਤਸ਼ਾਹ ਦੇ ਡੌਲਿਆਂ 'ਚ, ਐਵੇਂ ਥੋੜਾ ਪੈਂਦੇ ਖਾਂ ਭੱਜਣ ਵਾਲਾ ਆ। ਹੁਣ 9 ਟੰਕ ਦੀ ਕਮਾਨ ਤਕਰੀਬਨ 16 ਕਿਲੋਮੀਟਰ ਦਾ ਸਫ਼ਰ ਤੇ 9 ਟੰਕ ਦੀ ਕਮਾਨ 'ਚੋਂ ਚੱਲਿਆ ਤੀਰ ਦੀ ਸਪੀਡ ਕਿੰਨੀ ਆ, ਪੈਂਦੇ ਖਾਂ ਭੱਜਣ ਵਾਲਾ ਹੋਣ ਲੱਗਾ। 32 ਬੋਰ ਦੇ ਰਿਵਾਲਵਰ 'ਚੋਂ ਜਦੋਂ ਗੋਲੀ ਚੱਲਦੀ ਹੈ ਤਕਰੀਬਨ 2500 ਫੁੱਟ ਪਰ ਸੈਕਿੰਡ ਦੇ ਹਿਸਾਬ ਨਾਲ ਗੋਲੀ ਨਿਕਲਦੀ ਹੈ ਤਕਰੀਬਨ, ਤੇ 9 ਟੰਕ ਦੀ ਕਮਾਨ 'ਚੋਂ ਚੱਲਿਆ ਤੀਰ 3200 ਫੁੱਟ ਪਰ ਸੈਕਿੰਡ ਦੇ ਹਿਸਾਬ ਨਾਲ ਤੀਰ ਚੱਲਦਾ। ਜਾਣੀ ਕਿ 9 ਟੰਕ ਦੀ ਕਮਾਨ 'ਚੋਂ ਚੱਲਿਆ ਤੀਰ 32 ਬੋਰ ਦੇ ਰਿਵਾਲਵਰ ਦੇ ਗੋਲੀ ਨਾਲੋਂ ਜ਼ਿਆਦਾ ਖਤਰਨਾਕ ਹੋਇਆ ਕਰਦਾ। ਪੈਂਦੇ ਖਾਂ ਨੇ ਮੂੰਹ ਤਾਂ ਚੁੱਕਿਆ, ਕਹਿੰਦਾ ਜਾ ਖੁਦਾ ਇਹਦੇ ਬੱਚੂ 2 ਦੇ 3 ਕੋਟ ਪਾਇਆ, ਜੇ ਤੀਰ ਟਿਕਾਣੇ ਲੱਗ ਗਿਆ ਤਿੰਨੇ ਪਾੜ ਕੇ ਗੁਰੂ ਨੇ ਲੰਘ ਜਾਣਾ। ਪੈਂਦੇ ਖਾਂ ਗਲਤ ਜਗ੍ਹਾ ਆ ਗਿਆ, ਇਹਨੇ ਮੂੰਹ ਤਾਂ ਚੁੱਕਿਆ, ਆਖਿਆ ਜਾ ਖੁਦਾਇਆ ਯਾ ਅੱਲਾ ਯਾ ਪਰਵਤਕਾਰ ਮੌਲਾ ਇੱਕ ਵਾਰੀ ਭਜਾ ਕੇ ਲੈ ਜਾ, ਕਸਮ ਤੇਰੇ ਚਰਨਾਂ ਦੀ ਮੈਂ ਜ਼ਿੰਦਗੀ 'ਚ ਗੁਰੂ ਗੋਬਿੰਦ ਸਿੰਘ ਦੇ
ਮੱਥੇ ਨਹੀਂ ਲੱਗਦਾ। ਇੰਨੀ ਕਹਿ ਕੇ ਉਹਨੇ ਖਿੱਚੀਆਂ ਘੋੜੇ ਦੀਆਂ ਵਾਗਾਂ, ਲਾਈ ਘੋੜੇ ਨੂੰ ਅੱਡੀ, ਜਦੋਂ ਘੋੜੇ ਨੂੰ ਸੱਜੇ ਬੰਨੇ ਮੋੜਿਆ ਤੇ ਖੱਬਾ ਕੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਹੋ ਗਿਆ। ਕਾਨੀ ਦੇ ਕੰਨ ਨੰਗੇ ਸੀ, ਸਾਰਾ ਲੋਹੇ ਦੇ ਕੋਟ ਵਿੱਚ ਸੀ। ਜਦੋਂ ਖੱਬਾ ਕੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਆਇਆ, ਨੌ ਟੰਕ ਦੀ ਕਮਾਨ ਕੀਤੀ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਹਮਣੇ, ਤਿਰਸ਼ੀ ਨਜ਼ਰ ਨਾਲ ਵੇਖਿਆ ਭੱਥੇ ਵੱਲ ਨੂੰ, ਭੱਥੇ ਚੋਂ ਉੱਛਲ ਉੱਛਲ ਕੇ ਪੈਂਦਾ ਸਵਰਨ ਮੁਖੀ ਤੀਰ ਚਾਰ ਕੇ ਧਨਖ ਦੀ ਤੰਦੀ ਤੇ ਖਿੱਚ ਕੇ ਕੰਨਾਂ ਤੱਕ ਪੈਂਦੇ ਖਾਂ ਦੇ ਕੰਨ ਦਾ ਨਿਸ਼ਾਨਾ ਲੈ ਕੇ ਵਾਰ
ਖਾਨ ਦੇ ਕੋਲ ਇੱਕ ਸਕਿੰਟ ਤੋਂ ਘੱਟ ਵੀ ਸਮਾਂ ਸੀ ਸੰਭਲਣ ਵਾਸਤੇ। ਗੁਰੂ ਕਲਗੀਧਰ ਪਾਤਸ਼ਾਹ ਦੀ 9 ਟੰਕ ਦੀ ਕਮਾਨ ਚੋਂ ਚੱਲਿਆ ਤੀਰ 3200 ਫੁੱਟ ਪਰ ਸੈਕਿੰਡ ਦੇ ਹਿਸਾਬ ਨਾਲ ਆਇਆ ਤੀਰ। ਪੈਂਦੇ ਖਾਨ ਨੂੰ ਪਤਾ ਹੀ ਨਾ ਲੱਗਾ ਵੀ ਕਿਹੜੇ ਵੇਲੇ ਖੱਬੇ ਕੰਨ ਚ ਵੱਜਾ ਤੇ ਸੱਜੇ ਕੰਨ ਚੋਂ ਪਾਰ ਹੋ ਗਿਆ, ਧਰਤੀ ਤੇ ਡਿੱਗਾ। ਬਾਕੀ ਦੀਆਂ ਫੌਜਾਂ ਅੱਗੇ ਲੱਕੇ ਭੱਜੀਆਂ। ਇਹ ਸੀ ਖਾਲਸੇ ਪੰਥ ਦੀ ਸਭ ਤੋਂ ਪਹਿਲੀ ਜੰਗ। ਇੱਕ ਬੰਨੇ ਸ਼ਾਮਾਂ ਦਾ ਸੂਰਜ ਅਸਤ ਹੋਇਆ, ਗੁਰੂ ਦੇ ਸਿੰਘਾਂ ਨੇ ਜੈਕਾਰੇ ਲਾਏ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤਾਈਆਂ। ਸੱਚੇ ਪਾਤਸ਼ਾਹ ਗੁਰੂ ਕਲਗੀਧਰ ਮਹਾਰਾਜ ਨੇ ਉਸ ਪਰਮਾਤਮਾ ਦਾ ਕੋਟਾਨ ਕੋਟਾਨ ਸ਼ੁਕਰਾਨਾ ਕੀਤਾ। ਇਹ ਦਾਸਤਾਂ ਤੁਸੀਂ ਸਰਵਣ ਕੀਤੀ ਹੈ ਕਲਗੀਆਂ ਵਾਲੇ ਪ੍ਰੀਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਵਿੱਚੋਂ, ਖਾਲਸੇ ਦੀ ਸਭ ਤੋਂ ਪਹਿਲੀ ਜੰਗ ਜੋ ਆਪ ਗੁਰੂ ਕੀ ਸੰਗਤ ਦੇ ਚਰਨਾਂ 'ਚ ਬਿਣੇ ਕੀਤੀ, ਇਤਿਹਾਸ ਬਿਣੇ ਕਰਦਿਆਂ ਏਕ ਨਹੀਂ ਅਨੇਕ ਗਲਤੀਆਂ ਹੋਈਆਂ ਨੇ, ਗੁਰੂ ਦੀ ਸੰਗਤ ਬਖਸ਼ਣ ਜੋਗੇ। ਇਤਿਹਾਸ ਦਾ ਮਾਣ ਅਤੇ ਸਨਮਾਨ ਕਰਦੇ ਹੋਏ ਡਾਕਟਰ ਲਖਵਿੰਦਰ ਸਿੰਘ ਸਰਪੰਚ ਆਸਟ੍ਰੇਲੀਆ 'ਚ ਰਹਿੰਦੇ ਆਪਣੇ ਬੱਚਿਆਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਕਰਦੇ ਨੇ, ਗੁਰੂ ਕਿਰਪਾ ਕਰੇ ਉਹਨਾਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਸਰਪੰਚ ਜੋਬਨਜੀਤ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਅਤੇ ਸਨਮਾਨ ਆਇਆ, ਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਪਾਤਸ਼ਾਹ ਗੁਰਦੇਵ। ਇਤਿਹਾਸ ਦਾ ਮਾਣ ਅਤੇ ਸਨਮਾਨ ਕਰਦੇ ਹੋਏ ਸਰਪੰਚ ਸਵਰਗਵਾਸੀ ਸਰਦਾਰ ਕਰਤਾਰ ਸਿੰਘ ਜੀ, ਸਰਦਾਰ ਸਰਵਿੰਦਰ ਸਿੰਘ ਜੀ ਕਲੰਜਰ, ਵੀਰ ਗੁਰਪਾਲ ਸਿੰਘ ਜੀ ਦੀ ਮਾਤਾ ਸਵਰਗ ਅਤੇ ਸਵਰਗਵਾਸੀ ਸਰਦਾਰ ਬਚਿੱਤਰ ਸਿੰਘ, ਸਰਦਾਰ ਬਲਰਾਜ ਸਿੰਘ ਜੀ, ਸਰਦਾਰ ਹਰਪਾਲ ਸਿੰਘ ਜੀ ਦੇ ਮਾਤਾ ਵੱਲੋਂ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਨਾਂ ਤੋਂ, ਅਤੇ ਸਰਦਾਰ ਗੁਰਦੇਵ ਸਿੰਘ ਜੀ ਲਾਖਣਾ, ਵੀਰ ਇੰਦਰ ਸਿੰਘ UK, ਪ੍ਰਭਜੀਤ ਸਿੰਘ, ਇਹਨਾਂ ਵੀਰਾਂ ਵੱਲੋਂ ਬਹੁਤ ਸਾਰਾ ਮਾਣ ਅਤੇ ਸਨਮਾਨ ਦੇ ਕੇ ਨਵਾਜਿਆ, ਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਦੇ ਦਾਤ ਬਖਸ਼ੇ। ਭੈਣ ਜੀਆਂ ਵੱਲੋਂ ਅਰਦਾਸ ਬੇਨਤੀ ਹੈ ਕਿ ਗੁਰੂ ਕਿਰਪਾ ਕਰੇ ਉਹਨਾਂ ਦੇ ਵਿਦੇਸ਼ਾਂ ਦੇ ਕਾਰਜ ਰਾਸ ਹੋ ਜਾਣ, ਅਖੰਡ ਪਾਠ ਕਰਵਾਉਣਗੇ। ਸੁਖਚੈਨ ਸਿੰਘ ਨੂੰ ਭਚੰਗੀ ਦੀ ਦਾਤ ਬਖਸ਼ੋ, ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੀ ਦਾਤ ਬਖਸ਼ਣ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਸਰਦਾਰ ਪਰਮਜੀਤ ਸਿੰਘ ਜੀ, ਸਾਨਵ ਸਰਦਾਰ ਅਮਰੀਕ ਸਿੰਘ ਘਰ ਸੁੱਖ ਵਾਸਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ, ਗੁਰੂ ਕਿਰਪਾ ਕਰੇ ਸਿਰ 'ਤੇ ਮੇਰੇ ਭਰਿਆ ਹੱਥ ਰੱਖਣ। ਦਰੋ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚਰਨਾ ਕਮਲਾਂ ਦਾ ਓਟ ਅਤੇ ਆਸਰਾ ਬਖਸ਼ਣ। ਹੋਰ ਵੀ ਆਪ ਗੁਰੂ ਕੀ ਸੰਗਤ ਨੇ ਸਰਦਾਰ ਕਿਰਪਾਲ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਅਤੇ ਸਨਮਾਨ ਦੇ ਕੇ ਨਵਾਜਿਆ ਗਿਆ, ਉਹਨਾਂ ਵੀਰਾਂ ਦੀ ਵੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਜਥੇ ਦੀ ਅਤੇ ਆਉਣ ਵਾਲੇ ਜਥੇ ਗਿਆਨੀ ਕੇਵਲ ਸਿੰਘ ਜੀ ਮਹਿਤਾ, ਇਹਨਾਂ ਦੋ ਜਥਿਆਂ ਦੀ ਜੋ ਭੇਟਾ ਹੈ ਮਾਇਆ ਦੇ ਰੂਪ ਅੰਦਰ ਉਹ ਦੇ ਕੇ ਨਵਾਜਣਾ। ਗੁਰੂ ਪਾਤਸ਼ਾਹ ਉਹਨਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਣ, ਸਿਰ 'ਤੇ ਮੇਰੇ ਭਰਿਆ ਹੱਥ ਰੱਖਣ। ਹੋਰ ਸਟੇਜ ਸੈਕਟਰੀ ਸਾਹਿਬ ਸਤਿਕਾਰਯੋਗ ਬਾਬਾ ਹਰੀ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਮੁੱਚੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਸਿਆਣੇ ਸੂਝਵਾਨ ਪ੍ਰਬੰਧਕਾਂ ਦਾ ਧੰਨਵਾਦ, ਸਾਰੀਆਂ ਸੇਵਾਵਾਂ ਕਰਨ ਵਾਲੇ ਸੇਵਾਦਾਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਕਾਕਾ ਫਤਿਹ ਸਿੰਘ ਦੇ ਨਾਂ ਤੋਂ ਮਾਤਾ ਜੀ ਉਹਨਾਂ ਵੱਲੋਂ ਅਰਦਾਸ ਬੇਨਤੀ ਹੈ, ਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਦੀ ਦਾਤ ਬਖਸ਼ੇ। ਤੁਸੀਂ ਵੀ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ ਨੇ ਜਿਨ੍ਹਾਂ ਦੇ ਨਾਮ ਮੈਂ ਨਹੀਂ ਬੋਲੇ, ਪਰ ਵਿਣ ਬੋਲਿਆਂ ਸਭ ਕੁਛ ਜਾਣਦਾ ਕਿਸ ਆਗਿਆ ਕੀਚੇ ਅਰਦਾਸ, ਗੁਰੂ ਤੁਹਾਡੇ ਸਾਰਿਆਂ ਦੇ ਕਾਰਜ ਰਾਸ ਕਰੇ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ੇ, ਤੰਦਰੁਸਤੀ ਦੀਆਂ ਦਾਤਾਂ ਦੇ ਨਾਲ ਨਵਾਜੇ। ਸਿਕੰਦਰ ਸਿੰਘ ਜੀ ਕਲੰਜਰਾਂ ਤੋਂ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਅਤੇ ਸਨਮਾਨ, ਸਰਦਾਰ ਹਰਦੇਵ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਅਤੇ ਸਨਮਾਨ ਆਇਆ। ਪ੍ਰੋਗਰਾਮ ਲਾਈਵ ਕਰਨ ਵਾਲੇ ਦਸ਼ਮੇਸ਼ TV ਇਹਨਾਂ ਵੀਰਾਂ ਦਾ ਧੰਨਵਾਦ। ਕਾਬਲ ਸਾਊਂਡ ਨਾ ਹੀ ਸਾਊਂਡ ਦਾ ਕਾਬਲ ਨੇ, ਉਹ ਬੰਦਾ ਵਾਕਈ ਕਾਬਲ ਆ ਭਾਈ ਤੁਹਾਡਾ, ਉਸ ਬੰਦੇ ਨੇ ਵੀਰ ਨੇ ਆਪਣੇ ਨਾਂ ਦੇ ਮੁਤਾਬਕ ਕੰਮ ਕੀਤਾ, ਅਤੇ ਜਿਹੜਾ ਨਾਂ ਦੇ ਮੁਤਾਬਕ ਕੰਮ ਕਰ ਜਾਏ ਉਹ ਬੰਦਾ ਕਦੀ ਮਰਦਾ ਨਹੀਂ ਹੁੰਦਾ, ਹਾਰਦਾ ਨਹੀਂ ਹੁੰਦਾ, ਉਹ ਬੰਦਾ ਹਮੇਸ਼ਾ ਵੱਧਦਾ ਹੀ ਹੁੰਦਾ ਵਾ। ਨਾਂ ਵੀ ਕਾਬਲ ਆ, ਕੰਮ ਵੀ ਕਾਬਲ ਵਾਲੇ ਕੀਤੇ ਆ, ਬਹੁਤ ਵਧੀਆ ਸੈਟਿੰਗ, ਬਹੁਤ ਵਧੀਆ ਪ੍ਰੋਗਰਾਮ ਵੀਰ ਨੇ ਦਿੱਤਾ, ਧੰਨਵਾਦ ਇਸ ਵੀਰ ਦਾ। ਆਉਣ ਵਾਲਾ ਜਥਾ ਇਸ ਵਕਤ ਪੰਜਾਬ ਦਾ ਇੱਕ ਨੰਬਰ ਦਾ ਕਵੀਸ਼ਰੀ ਜਥਾ, ਗਿਆਨੀ ਕੇਵਲ ਸਿੰਘ ਜੀ ਮਹਿਤਾ ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਯੋਗ ਬੁਲੰਦ ਆਵਾਜ਼ਾਂ
ਜਿਨ੍ਹਾਂ ਦੀ ਗੱਲ ਜਿੰਨੀ ਕਰੀਏ ਉਨੀ ਥੋੜ੍ਹੀ ਆ। ਮੇਰੇ ਬਹੁਤ ਸਤਿਕਾਰਯੋਗ ਅਜ਼ੀਜ਼ ਮਿੱਤਰਾਂ ਵਿੱਚੋਂ ਵੀਰ ਕਾਬਲ ਸਿੰਘ ਸੋਹੀ ਅਤੇ ਗੁਰਪ੍ਰੀਤ ਸਿੰਘ ਕੋਮਲ, ਇਸ ਜੋੜੀ ਨੂੰ ਤੁਸੀਂ ਹੁਣ ਮਾਈਕ ਦਾ ਸ਼ਿੰਗਾਰ ਬਣਦਿਆਂ ਵੇਖਣਾ ਹੈ। ਗਿਆਨੀ ਕੇਵਲ ਸਿੰਘ ਮਹਿਤਾ ਨੇ ਆਪ ਜੀ ਦੇ ਨਾਲ ਇਤਿਹਾਸ ਦੇ ਪੰਨੇ ਸਾਂਝੇ ਕਰਨੇ ਨੇ। ਆਉਣ ਵਾਲੇ ਜਥੇ ਨੂੰ ਹਾਰਦਿਕ ਤੌਰ 'ਤੇ ਜੀ ਆਇਆ, ਇਹ ਜਥਾ ਤੁਹਾਡਾ ਹੈ। ਹਜ਼ੂਰੀ ਢਾਡੀ ਜਥਾ ਸ਼੍ਰੀ ਅਕਾਲ ਤਖਤ ਸਾਹਿਬ ਗੁਰਪ੍ਰਤਾਪ ਸਿੰਘ ਪਦਮ, ਪਿੰਡ ਖਾਪੜਖੇੜੀ, ਜ਼ਿਲ੍ਹਾ ਅੰਮ੍ਰਿਤਸਰ, ਓਂਕਾਰ ਸਿੰਘ ਗਹਿਰੀ, ਭਾਈ ਹਰਸ਼ਰਨਜੀਤ ਸਿੰਘ ਕੋਮਲ ਤੁਹਾਡੇ ਨਜ਼ਦੀਕ ਨਗਰ ਕਲੰਜਰਾਂ ਤੋਂ, ਗਿਆਨੀ ਕੇਵਲ ਸਿੰਘ ਜੀ ਕੋਮਲ ਕਲੰਜਰਾਂ ਵਾਲੇ, ਉਹਨਾਂ ਦਾ ਇਹ ਪਚੰਗੀ ਹੈ। ਗਿਆਨੀ ਜੀ ਪਿਛਲੇ ਕੁਝ ਸਾਲਾਂ ਤੋਂ ਸਰੀਰਕ ਕਸ਼ਟ ਆਉਣ ਕਰਕੇ ਸਟੇਜਾਂ ਤੋਂ ਦੂਰ ਨੇ। ਗੁਰੂ ਕਿਰਪਾ ਕਰੇ ਉਹਨਾਂ ਨੂੰ ਤੰਦਰੁਸਤੀ, ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਸਰੰਗੀ ਮਾਸਟਰ ਭਾਈ ਮਨਮੋਹਨ ਸਿੰਘ ਆਪਦੇ ਦਰਸ਼ਨ ਦਾਰੇ ਕਰ ਰਹੇ ਸਾਂ। ਅਗਲਾ ਪ੍ਰੋਗਰਾਮ ਪ੍ਰਬੰਧਕ ਜਨਾ ਪਾਸੋਂ ਸਰਵਣ ਕਰੋ। ਤਰਲੋਚਨ ਸਿੰਘ ਸਾਡੇ ਬਿਲਕੁਲ ਇਸ ਸਾਈਡ 'ਤੇ ਰੱਬ ਦੇ ਬੰਦੇ ਹੀ ਖਲੋਤੇ ਆ, ਅਤੇ ਇਹਨਾਂ ਦੀਆਂ ਥੋੜ੍ਹੀ ਥੋੜ੍ਹੀ ਜਿਹੜੀ ਅਸੀਸ ਆ ਨਾ, ਇੱਦਾਂ ਕਹੋ ਵੀ ਸਾਰੀ ਉਮਰ ਹੀ ਸਾਡੇ ਨਾਲ ਨਿਭਣੀ ਆ, ਇਹੋ ਜਿਹੀਆਂ ਅਸੀਸਾਂ ਨਹੀਂ ਕਦੀ ਮੁੱਕਦੀਆਂ ਹੁੰਦੀਆਂ। ਗੁਰੂ ਕਿਰਪਾ ਕਰੇ, ਧੰਨਵਾਦ ਹੈ ਭਾਈ ਤੁਹਾਡਾ ਸਾਰਿਆਂ ਦਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗੁਰਪ੍ਰਤਾਪ ਸਿੰਘ ਜੀ ਪਦਮ, ਜਿਨ੍ਹਾਂ ਨੇ ਆਪ ਜੀ ਨੂੰ ਕਲਗੀ ਤਾਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਦੀ ਵਿਸਾਖੀ ਤੋਂ ਪਹਿਲੋਂ ਲੈ ਕੇ ਪਹਿਲੀ ਜੰਗ ਜਿਹੜੀ ਆ ਉਹਨਾਂ ਦੱਸਿਆ ਵੀ ਖਾਲਸੇ ਦੀ ਜੰਗ ਪਹਿਲੀ ਉਹ ਹੀ ਆ। ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਨਾਂ ਨੂੰ ਹੋਰ ਵਿਦਿਆ ਦਾ ਦਾਨ ਬਖਸ਼ੇ, ਚੜ੍ਹਦੀ ਕਲਾ ਬਖਸ਼ੇ, ਮਹਾਰਾਜ ਸੱਚੇ ਪਾਤਸ਼ਾਹ ਸੇਵਾ ਕਰਨ ਦਾ ਬਲ ਅਰਦਾਸ ਕਰਨੇ ਆ ਅਰਦਾਸੇ, ਅਤੇ ਇਹਨਾਂ ਤੋਂ ਬਾਅਦ ਅਰਦਾਸੇ ਥੋੜ੍ਹੇ ਜਿਹੇ ਕਰ ਲਈਏ। ਜਿਹੜੇ ਸੰਗਤਾਂ ਨੇ ਗੁਰੂ ਕੇ ਲੰਗਰਾਂ ਵਾਸਤੇ, ਇਮਾਰਤਾਂ ਵਾਸਤੇ, ਸੁਆਵਾਂ ਵਾਸਤੇ ਮਾਇਆ ਭੇਜੀ, ਉਹਨਾਂ ਦੇ ਨਾਮ ਭਾਈ ਮੁਖਤਾਰ ਸਿੰਘ ਜੀ ਹੈੱਡ ਗ੍ਰੰਥੀ ਇੱਥੋਂ ਦਾ ਜਿਹੜਾ ਉਹ ਸੇਵਾ ਕਰਨਗੇ। ਉਸ ਤੋਂ ਬਾਅਦ ਪਦਮ ਸਾਹਿਬ ਨੇ ਬੋਲ ਹੀ ਦਿੱਤਾ ਹੈ ਕਿ ਪੰਜਾਬ ਦਾ ਪਹਿਲਾ ਕਵੀਸ਼ਰੀ ਜਥਾ ਹੈੱਡ, ਉਹ ਮਿਸਾਲ ਉਹ ਆਪ ਹੀ ਨੇ ਜਿਹਨਾਂ ਦੀ ਆਵਾਜ਼ਾਂ ਅੱਜ ਮਨਜੀਤ ਸੋਹਣੀ ਆ ਕੀ ਗੱਲ ਬਣੀ ਆ, ਮਨਜੀਤ ਸੋਹਣੀ ਆਇਆ। ਚਲੋ ਚਲੋ, ਇਹ ਸੰਗਤ ਅੱਗੇ ਬੇਨਤੀ ਆ ਕਿ ਜਦੋਂ ਜਥਾ ਲੱਗਣਾ ਹੋਵੇ ਇਸ ਸੰਗਤੀ ਉੱਠ ਫਿਰ ਮਨ ਮਾਰਿਆ ਜਾਂਦਾ, ਉਹਨਾਂ ਦਾ ਕੀ ਮਾਰਿਆ ਜਾਂਦਾ, ਮੇਰਾ ਵੀ ਮਾਰਿਆ ਜਾਂਦਾ ਨਾਲ ਲਗਵਾਈ। ਵਾਹਿਗੁਰੂ। ਅਤੇ ਇਸ ਕਰਕੇ ਬੇਨਤੀ ਮੈਂ ਕਰਦਾ ਕਿ ਬੈਠੇ ਰਹੋ। ਇਹ ਭੁੱਖ ਜਿਹੜੀ ਫੇਰ ਕਦੇ ਨਹੀਂ ਲੱਭਦੀ ਇਹੋ ਜਿਹੀ ਜਿਹੜੀ ਹੁੰਦੀ ਆ ਸਾਡੇ ਵਿੱਚ। ਬਹੁਤ ਹੀ ਸਤਿਕਾਰ ਜੋ ਗੁਰਦੇਵ ਸਿੰਘ ਜੀ ਜੋ ਲਾਹੜੇ ਤੋਂ ਨੇ ਉਹ ਆਏ ਨੇ, ਹੋਰ ਨਾਲ ਪਤਵੰਤੇ ਸੱਜਣ ਆਏ ਨੇ, ਭਾਈ ਪਰਮਜੀਤ ਸਿੰਘ ਬਾਬਾ ਢੁੱਲਣ ਵਾਲੇ ਉਹ ਆਏ ਨੇ, ਭਾਈ ਅਮਰੀਕ ਸਿੰਘ ਜੀ ਜੋਧਪੁਰੀ, ਹੋਰ ਸਾਰੇ ਪਤਵੰਤੇ ਇੱਕੋ ਜਿਹੇ ਹੁੰਦੇ ਆ। ਚਲੋ ਥੋੜ੍ਹਾ ਜਿਹਾ ਨਾਂ ਲੈ ਤਾ, ਪਰ ਜਿਹੜੀ ਸੰਗਤ ਉਹਦੀ ਇੱਕੋ ਹੀ ਹੁੰਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਗੁਰੂ ਕੇ ਇਮਾਰਤਾਂ, ਗੁਰੂ ਕੇ ਲੰਗਰ ਵਾਸਤੇ ਮਾਇਆ ਭੇਜੀ, ਉਹਨਾਂ ਦੇ ਨਾਮ ਇਸ ਪ੍ਰਕਾਰ ਹਨ। ਭਾਈ ਦਰਬਾਰਾ ਸਿੰਘ ਚੜ੍ਹਦੀ ਕਲਾ ਵਾਸਤੇ 100 ਰੁਪਈਆ, ਅਨਮੋਲਪ੍ਰੀਤ ਸਿੰਘ ਨੌਕਰੀ ਦੀ ਦਾਤ ਵਾਸਤੇ 200 ਰੁਪਈਆ, ਹਾਜ਼ਰ ਕਰਦੇ ਸਤਿਗੁਰੂ ਨੌਕਰੀ ਬਖਸ਼ਣਾ। ਓਂਕਾਰਦੀਪ ਸਿੰਘ ਬਹਿਰੀਨ ਦੇ ਵਿੱਚ ਕਾਰੋਬਾਰ ਸੈੱਟ ਹੋਣ ਵਾਸਤੇ 200 ਰੁਪਈਆ, ਹਾਜ਼ਰ ਕਰਦੇ ਸਤਿਗੁਰੂ ਕਿਰਪਾ ਕਰਨ। ਜਸਵਿੰਦਰ ਕੌਰ ਮਾਣਕਪੁਰ ਤੋਂ ਵਿਦੇਸ਼ ਚਲੇ ਜਾਣ, ਸ੍ਰੀ ਅਖੰਡ ਪਾਠ ਕਰਾਉਣਗੇ, 100 ਰੁਪਈਆ, ਹਾਜ਼ਰ ਕਰਦੇ ਸਤਿਗੁਰੂ ਚੜ੍ਹਦੀ ਕਲਾ ਕਰਨ ਦੇਸ਼ ਦੀ ਯਾਤਰਾ ਬਖਸ਼ਣ। ਇਸੇ ਤਰ੍ਹਾਂ ਭਾਈ ਇੰਦਰਜੀਤ ਸਿੰਘ ਸਾਂਦਰੇ ਤੋਂ ਨੌਕਰੀ ਮਿਲ ਜਾਵੇ,
ਤੇ ਅਖੰਡ ਪਾਠ ਕਰਾਉਣਗੇ ਜੋੜ ਮੇਲੇ ਤੇ 100 ਰੁਪਏ ਹਾਜ਼ਰ ਕਰਦੇ ਸਤਿਗੁਰੂ ਨੌਕਰੀ ਦਾਤਾਂ ਬਖਸ਼ ਕੇ ਨਿਹਾਲ ਕਰਨ ਕੁਲਦੀਪ ਕੌਰ ਪਿਓ ਪੁੱਤਰ ਦੀ ਤੰਦਰੁਸਤੀ ਵਾਸਤੇ 100 ਰੁਪਏ ਹਾਜ਼ਰ ਕਰਦੇ ਨੇ। ਇਸੇ ਤਰ੍ਹਾਂ ਗੁਰਤੇਵ ਵੀਰ ਸਿੰਘ ਵਿਦੇਸ਼ ਵਾਸਤੇ ਚੜ੍ਹਦੀ ਕਲਾ ਵਾਸਤੇ 100 ਰੁਪਏ ਹਾਜ਼ਰ ਕਰਦੇ ਸਤਿਗੁਰ ਚੜ੍ਹਦੀ ਕਲਾ ਕਰਨ ਸਵਰਗ ਵਾਸੀ ਗੁਰਕਰਨ ਵੀਰ ਸਿੰਘ ਦੇ ਨਾਂ ਤੋਂ 100 ਰੁਪਏ ਹਾਜ਼ਰ ਹੋਇਆ। ਦਲੇਰ ਸਿੰਘ ਪਿੰਡ ਸੁਹਾਵੇ ਤੋਂ ਵਿਦੇਸ਼ ਜਾਣ ਦੀ ਖੁਸ਼ੀ ਵੀ 500 ਰੁਪਇਆ ਹਾਜ਼ਰ ਕਰਦੇ ਸਤਿਗੁਰੂ ਚੜ੍ਹਦੀ ਕਲਾ ਕਰਨ ਆਉਂਦੇ ਮੇਲੇ 'ਤੇ ਸ੍ਰੀ ਅਖੰਡ ਪਾਠ ਕਰਾਉਣਗੇ। ਸਰੂਪ ਸਿੰਘ ਪਲੋਪਤੀ ਤੋਂ 200 ਰੁਪਇਆ ਹਾਜ਼ਰ ਕਰਦੇ ਨੇ। ਸਤਨਾਮ ਸਿੰਘ ਨਵੀਪੁਰ ਤੋਂ ਚੜ੍ਹਦੀ ਕਲਾ ਵਾਸਤੇ 100 ਰੁਪਇਆ ਹਾਜ਼ਰ ਕਰਦੇ ਨੇ। ਓਂਕਾਰ ਸਿੰਘ ਸਰੀਰਕ ਤੰਦਰੁਸਤੀ ਵਾਸਤੇ 100 ਰੁਪਇਆ ਹਾਜ਼ਰ ਕਰਦੇ ਨੇ। ਗੁਰਦਾਨ 100 ਰੁਪਇਆ ਸਰੀਰਕ ਤੰਦਰੁਸਤੀ ਵਾਸਤੇ 100 ਰੁਪਇਆ ਹਾਜ਼ਰ ਹੋਇਆ ਸਤਿਗੁਰ ਤੰਦਰੁਸਤੀਆਂ ਦਾਤਾਂ ਬਖਸ਼। ਧਰਮਪ੍ਰੀਤ ਸਿੰਘ ਵੀਜ਼ਾ ਲੱਗ ਜਾਵੇ ਸ੍ਰੀ ਅਖੰਡ ਪਾਠ ਕਰਾਉਣਗੇ ਅਤੇ 100 ਰੁਪਇਆ ਹਾਜ਼ਰ ਕਰਦੇ ਨੇ। ਇਸੇ ਤਰ੍ਹਾਂ ਭੈਣ ਜੀ ਵੱਲੋਂ ਅਰਦਾਸ ਭਰਾ ਦੇ ਵਿਆਹ ਹੋ ਜਾਵੇ 100 ਰੁਪਇਆ ਹਾਜ਼ਰ ਕਰਦੇ ਨੇ। ਉਹਨਾਂ ਦੇ ਭਰਾ ਵਿਆਹ ਹੋ ਜਾਵੇ ਗੁਰਫਤਿਹ ਸਿੰਘ ਅਤੇ ਗੁਰਮਿਲਾਪ ਸਿੰਘ ਦੀ ਤੰਦਰੁਸਤੀ ਵਾਸਤੇ 100 ਰੁਪਇਆ ਹਾਜ਼ਰ ਹੋਇਆ ਹੈ। ਸਤਿਗੁਰ ਚੜ੍ਹਦੀ ਕਲਾ ਕਰਨ ਮਨੋਕਾਮਨਾ ਪੂਰਨ ਕਰਨ। ਸੁਖਬੀਰ ਸਿੰਘ ਸਾਨੂੰ ਗੰਗਾ ਸਿੰਘ 1000 ਰੁਪਇਆ ਹਾਜ਼ਰ ਕਰਦੇ ਨੇ। ਕੁਲਵਿੰਦਰ ਸਿੰਘ ਬੱਬੂ 500 ਰੁਪਇਆ ਗੁਰੂ ਕੀ ਇਮਾਰਤਾਂ ਉੱਤੇ ਹਾਜ਼ਰ ਕਰਦੇ ਨੇ। ਸੁਰਿੰਦਰ ਸਿੰਘ ਬਾਜਵਾ ਆਪਣੀ ਕਿਰਤ ਕਮਾਈ ਦੇ 1100 ਰੁਪਇਆ ਹਾਜ਼ਰ ਕਰਦੇ ਸਤਿਗੁਰੂ ਚੜ੍ਹਦੀਆਂ ਕਲਾ ਕਰਨ। ਕੋਮਲਪ੍ਰੀਤ ਸਿੰਘ ਪਿੰਡ ਤੂਤ ਵਿਦੇਸ਼ ਚਲੇ ਜਾਣ ਵਾਸਤੇ 100 ਰੁਪਇਆ ਅਰਦਾਸ ਕਰਾਉਂਦੇ ਨੇ। ਸਤਿਗੁਰੂ ਜੀ ਨੂੰ ਵਿਦੇਸ਼ ਦੀ ਯਾਤਰਾ ਬਖਸ਼ਣ। ਗੁਰਲਾਲ ਸਿੰਘ ਇਟਲੀ ਪੱਕੇ ਹੋਣ ਵਾਸਤੇ ਅਰਦਾਸ ਬੇਨਤੀ ਕਰਾਉਂਦੇ 500 ਰੁਪਇਆ ਸਤਿਗੁਰੂ ਕਿਰਪਾ ਕਰਨ। ਗੁਰਪਾਲ ਸਿੰਘ ਅਤੇ ਇੰਦਰਜੀਤ ਸਿੰਘ USA ਚੜ੍ਹਦੀ ਕਲਾ ਵਾਸਤੇ 500 ਰੁਪਇਆ ਹਾਜ਼ਰ ਕਰਦੇ ਨੇ। ਸਵਰਗਵਾਸੀ ਗੁਰਮੁਖ ਸਿੰਘ ਦੇ ਮਾਤਾ ਗੁਰਬਚਨ ਕੌਰ 200 ਰੁਪਇਆ ਹਾਜ਼ਰ ਕਰਦੇ ਨੇ। ਕੁਲਦੀਪ ਸਿੰਘ ਕੈਨੇਡਾ ਵਿੱਚ ਗੁਰਭੇਜ ਸਿੰਘ ਭਰਾ ਵੱਲੋਂ